आ गया जी आ गया, छा गया जी छा गया, आ गया जी आ गया, छा गया जी छा गया। सब कुछ नवा नवा है, नवी सोच ते नवा समा है। सब कुछ नवा नवा है, नवी सोच ते नवा समा है। थोड़े संग एफएम, ए रंग एफएम, तुसी सुन रहे हो रंग एफएम। ਅਸੀਂ ਮਰ ਮਰ ਕੇ ਜਿਉਂਦੇ ਹਾਂ, ਭਲਾ ਇਸਦਾ ਮਜ਼ਾ ਕੀ ਹੈ? ਚਲੋ ਪੁੱਛੀਏ ਉਸ ਰੱਬ ਕੋਲੋਂ ਉਸਦੀ ਰਜ਼ਾ ਕੀ ਹੈ। ਪਰਿੰਦੇ ਉੱਡ ਰਹੇ ਆਜ਼ਾਦ, ਪਰ ਇਨਸਾਨ ਕੈਦੀ ਹੈ। ਨਹੀਂ ਕੁਛ ਵੀ ਵਜ੍ਹਾ ਇੱਥੇ, ਇਸਦੀ ਵਜ੍ਹਾ ਕੋਈ ਹੈ। ਆਓ ਇਹਨਾਂ ਕਾਰਨਾਂ ਬਾਰੇ ਜਿਹੜੀ ਸਾਡੇ ਸਮਾਜ ਵਿੱਚ ਉਥਲ ਪੁਥਲ ਹੋ ਰਹੀ ਹੈ, ਇਹਦੇ ਬਾਰੇ ਜਾਣਨ ਲਈ ਅੱਜ ਬਹੁਤ ਹੀ ਬਹੁ ਪੱਖੀ ਸ਼ਖਸੀਅਤ ਦੀਪਕ ਸ਼ਰਮਾ ਜੀ ਸਾਡੇ ਵਿਚਕਾਰ ਨੇ। ਉਹਨਾਂ ਤੋਂ ਸਮਾਜ ਵਿੱਚ ਉਥਲ ਪੁਥਲ ਅਤੇ ਸਮਾਜ ਵਿੱਚ ਜਿਹੜੇ ਅਜਿਹੇ ਕਾਰਨ ਬਣ ਰਹੇ ਨੇ ਕਿ ਇਹਨਾਂ ਨੂੰ ਇਹ ਬਣਨਾ ਕੁਛ ਹੋਰ ਚਾਹੁੰਦੇ ਨੇ ਤੇ ਬਣ ਕੁਛ ਹੋਰ ਗਏ, ਇਸ ਰਾਹ ਤੇ ਤੁਰਨਾ ਪਿਆ। ਦੀਪਕ ਜੀ, ਤੁਹਾਡਾ ਸਾਡੇ ਐਫਐਮ ਪਰਿਵਾਰ ਵਿੱਚ ਬਹੁਤ ਬਹੁਤ ਸਵਾਗਤ ਹੈ। ਤੇ ਨਾਲ ਹੀ ਮੈਂ ਆਪਣੇ ਰੱਬ ਰੂਪੀ ਸਰੋਤਿਆਂ ਦਾ, ਜਿਨ੍ਹਾਂ ਦੀ ਬਦੌਲਤ ਸਾਡਾ ਐਫਐਮ ਰਾਤ ਤੋਂ ਰਾਤ ਤਰੱਕੀਆਂ ਦੀ ਰਾਹ ਤੇ ਚੱਲ ਰਿਹਾ ਹੈ, ਉਹਨਾਂ ਸਰੋਤਿਆਂ ਦਾ ਵੀ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਦੀਪਕ ਜੀ ਬਾਰੇ ਮੈਂ ਦੋ ਲਾਈਨਾਂ ਕਹਿਣਾ ਚਾਹੁੰਦੀ ਹਾਂ। ਦੀਪਕ ਹੈ ਜਲਤਾ, ਦੀਪਕ ਹੈ ਜਲਤਾ ਰਹੇਗਾ, ਆਂਧੀਓ ਮੇਂ ਵੀ ਮਚਲਤਾ ਰਹੇਗਾ। ਦੀਪਕ ਹੈ ਜਲਤਾ ਰਹੇਗਾ, ਆਂਧੀਓ ਮੇਂ ਵੀ ਚਲਤਾ ਰਹੇਗਾ। ਨਾ ਰੁਕਾ ਹੈ ਨਾ ਰੋਕ ਸਕੇਗਾ ਕੋਈ, ਨਾ ਰੁਕਾ ਹੈ ਨਾ ਰੋਕ ਸਕੇਗਾ ਕੋਈ, ਬਹਿਤਾ ਸਮੁੰਦਰ ਹੈ ਇਹ ਤੋਂ ਐਸੇ ਹੀ ਚਲਤਾ ਰਹੇਗਾ। ਸੋ ਇਹਨਾਂ ਸ਼ਬਦਾਂ ਨਾਲ ਦੀਪਕ ਜੀ ਮੈਂ ਤੁਹਾਡਾ ਵਾਰ ਵਾਰ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕਰਦੀ ਹਾਂ। ਬਹੁਤ ਬਹੁਤ ਸ਼ੁਕਰੀਆ ਸੋਨੀਆ ਜੀ। ਅੱਜ ਮੈਂ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ, ਤੇ ਸੋਨੀਆ ਦਾ ਖਾਸ ਕਰਕੇ ਉਚੇਚਾ ਧੰਨਵਾਦ ਜਿਹਨੇ ਮੈਨੂੰ ਤੁਹਾਡੇ ਸਭ ਦੇ ਰੂਬਰੂ ਕਰਾਇਆ, ਰੰਗ ਐਫਐਮ ਦੇ ਦਰਸ਼ਕਾਂ ਦੇ ਰੂਬਰੂ ਕਰਾਇਆ। ਸੋ ਗੱਲਾਂ ਕਰਾਂਗੇ, ਜੋ ਸਵਾਲ ਹੋਣਗੇ ਉਹਦੇ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ। ਸੋ ਕਾਫੀ ਵਧਾ ਚੜਾ ਕੇ ਉਹਨੇ ਸ਼ੇਅਰ ਪੜ੍ਹ ਦਿੱਤਾ, ਪਰ ਮੈਂ ਕਹਿਣਾ ਚਾਹੁੰਦਾ ਕਿ ਕਿਸੀ ਕਾ ਨਾਮ ਹੋਤਾ ਹੈ ਕਿਸੀ ਕਾ ਕਾਮ ਹੋਤਾ ਹੈ, ਜਲਤੇ ਹੈ ਤੇਲ ਔਰ ਬਾਤੀ, ਦੀਪਕ ਕਾ ਤੋ ਬਸ ਨਾਮ ਹੋਤਾ ਹੈ। ਧੰਨਵਾਦ। ਜ਼ਿੰਦਗੀ ਕਾ ਸਭਸੇ ਖੂਬਸੂਰਤ ਅਹਿਸਾਸ ਹੈ ਕਿਸੀ ਕੀ ਖੁਸ਼ੀ ਕਾ ਕਾਰਨ ਬਣਨਾ। ਦੀਪਕ ਜੀ, ਤੁਸੀਂ ਉਹ ਕਾਰਨ ਨੂੰ ਇਸੇ ਕਾਰਨ ਅੱਜ ਸਾਡੇ ਸਰੋਤਿਆਂ ਦੇ ਰੂਬਰੂ ਹੋਏ ਹੋ। ਦੀਪਕ ਜੀ, ਤੁਸੀਂ ਸਾਡੇ ਸਰੋਤਿਆਂ ਨੂੰ ਆਪਣੇ ਜਨਮ ਸਥਾਨ ਅਤੇ ਮਾਤਾ ਪਿਤਾ ਬਾਰੇ ਜਾਣਕਾਰੀ ਜ਼ਰੂਰ ਦਿਓ। ਮੇਰੀ ਜਨਮ ਭੂਮੀ ਜੇਕਰ ਦੇਖਿਆ ਜਾਵੇ ਕਾਗਜ਼ਾਂ ਦੇ ਹਿਸਾਬ ਨਾਲ ਤਾਂ ਜਲੰਧਰ ਨਗਰੀ ਹੈ, ਜਲਦੀ ਨਗਰੀ ਜਲੰਧਰ। ਉਸ ਸਮੇਂ ਮੇਰੇ ਬਾਪੂ ਜੀ ਹੁਣੀ ਉੱਥੇ ਹੀ ਨੌਕਰੀ ਕਰਦੇ ਸੀ ਅਤੇ ਉੱਥੇ ਹੀ ਵਿਆਹ ਹੋਇਆ ਅਤੇ ਵਿਆਹ ਤੋਂ ਬਾਅਦ ਉੱਥੇ ਹੀ ਜਨਮ ਹੋਇਆ। ਪਰ ਮੇਰਾ ਜੇਕਰ ਜੱਦੀ ਜ਼ਿਲ੍ਹਾ ਉਹ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਹੈ, ਅਤੇ ਜਿੱਥੇ ਮੈਂ ਆਪਣਾ ਬਚਪਨ ਗੁਜ਼ਾਰਿਆ, ਜਿੱਥੋਂ ਮੈਂ ਸਰਕਾਰੀ ਸਕੂਲ ਤੋਂ ਦਸਵੀਂ ਕੀਤੀ ਅਤੇ ਉਸ ਤੋਂ ਬਾਅਦ ਫਿਰ ਮਤਲਬ ਕਿ ਬਾਹਰ ਪੜ੍ਹਨ ਲਈ ਨਿਕਲਿਆ ਅਤੇ ਇਸ ਕੰਮ 'ਚ ਆਇਆ। ਸੋ ਇਸ ਲਈ ਜਨਮ ਭੂਮੀ ਦੇ ਹਿਸਾਬ ਨਾਲ ਮੇਰਾ ਉਹ ਹੈ, ਅਤੇ ਪਿਤਾ ਸ਼੍ਰੀ ਗੰਗਾ ਪ੍ਰਸ਼ਾਦ ਸ਼ਰਮਾ ਜੀ ਜਿਹੜੇ ਇਹ ਬਿਜਲੀ ਬੋਰਡ 'ਚ ਰਹੇ ਅਤੇ ਜਿਨ੍ਹਾਂ ਤੋਂ ਮੈਨੂੰ ਬੋਲਣ ਦੀ ਗੁੜਤੀ, ਮਾਂ ਬੋਲੀ ਦੀ ਗੁੜਤੀ, ਭਾਸ਼ਾ ਦੀ ਗੁੜਤੀ, ਸਮਾਜਿਕ ਚੇਤਨਾ ਉਹ ਘਰੋਂ ਮਿਲੀ, ਕਿਹੜਾ ਗ੍ਰੰਥ ਆ ਜਿਹੜਾ ਅਸੀਂ ਉਹਨਾਂ ਤੋਂ ਸੁਣਿਆ ਨਹੀਂ, ਸੋ ਸਾਰੀ ਸਮਾਜਿਕ ਚੇਤਨਾ ਮੈਨੂੰ ਉੱਥੋਂ ਮਿਲੀ। ਅਤੇ ਮੈਨੂੰ ਲੱਗਦਾ ਮੇਰੀ ਤਾਕਤ ਮੇਰੀ ਮਾਂ ਰਾਜ ਰਾਣੀ ਆ, ਜਿਹੜੀ ਹਮੇਸ਼ਾ ਮਤਲਬ ਮੈਨੂੰ ਪ੍ਰੇਰਦੀ ਰਹਿੰਦੀ ਆ ਅਤੇ ਚੰਗਾ ਕਰਨ ਲਈ ਉਕਸਾਉਂਦੀ ਰਹਿੰਦੀ। ਸੋ ਇਸ ਲਈ ਘਰੋਂ ਜਿਹੜੀ ਚਿਣਗ ਲੱਗਦੀ ਆ ਉਹ ਚਿਣਗ ਫਿਰ ਚਿੰਗਾਰੀ ਬਣਦੀ ਆ, ਇਹ ਚਿਣਗ ਘਰੋਂ ਮਿਲੀ ਜੀ। ਦੀਪਕ ਜੀ, ਤੁਸੀਂ ਆਪਣੀ ਮੁੰਡਲੀ ਪੜ੍ਹਾਈ ਦੇ ਨਾਲ ਨਾਲ ਆਪਣੀ ਪ੍ਰੋਫੈਸ਼ਨਲ ਪੜ੍ਹਾਈ ਬਾਰੇ ਸਾਡੇ ਸਰੋਤਿਆਂ ਨਾਲ ਸਾਂਝ ਪਾਓ। ਜਿਵੇਂ ਕਿ ਮੈਂ ਦੱਸਿਆ ਕਿ ਜਨਮ ਜਲੰਧਰ ਸੀਗਾ, ਪਰ ਉਸ ਤੋਂ ਬਾਅਦ ਜਦੋਂ ਦਾਦਾ ਜੀ ਹੋਣੀ ਮੇਰੇ ਮਤਲਬ ਕਿ ਬਜ਼ੁਰਗ ਸੀਗੇ, ਉਹ ਜਦੋਂ ਚੜ੍ਹਾਈ ਕਰਦੇ ਨੇ ਅਤੇ ਫਿਰ ਪਿਤਾ ਜੀ ਹੋਣੀ ਬਦਲੀ ਕਰਾ ਲੈਂਦੇ ਨੇ ਅਤੇ ਅਸੀਂ ਸਰਹੰਦ ਪਿੰਡ ਆ ਜਾਂਦੇ ਹਾਂ।
ਤੇ ਪਿੰਡ ਆ ਕੇ ਮੇਰਾ ਫਿਰ ਮਤਲਬ ਕਿ ਪੜ੍ਹਾਈ ਪਿੰਡ ਸ਼ੁਰੂ ਹੁੰਦੀ ਆ 10ਵੀਂ ਤੱਕ, ਕਿਉਂਕਿ ਉਸ ਸਮੇਂ ਮੇਰਾ ਖਿਆਲ ਮੈਂ 2-2.5 ਸਾਲ ਦਾ ਸੀ ਜਦੋਂ ਅਸੀਂ ਪਿੰਡ ਵਾਪਸ ਆਉਂਦੇ ਹਾਂ, ਅਤੇ ਉਹ ਤੋਂ ਬਾਅਦ ਮੇਰਾ ਉਹੀ ਮੇਰੀ ਪਿੰਡ ਦੀ ਭੂਮੀ ਹੈ ਜਿਹੜੀ ਜਨਮ ਭੂਮੀ ਆ ਮੇਰੀ, ਕਹਿ ਸਕਦੇ ਹੋ ਅਸੀਂ ਕਰਮ ਭੂਮੀ ਹੈ। ਉਸ ਥਾਂ ਦੇ ਉੱਤੇ ਹੀ ਸਰਕਾਰੀ ਸਕੂਲ 'ਚ 10ਵੀਂ ਤੱਕ ਉੱਥੇ ਪੜ੍ਹਿਆ, ਅਤੇ ਉਸ ਤੋਂ ਬਾਅਦ ਫਿਰ 12ਵੀਂ ਲਈ ਮੈਂ ਦਿੱਲੀ ਗਿਆ, ਖਾਸ ਕਰ ਨੋਇਡਾ ਕਹਿ ਸਕਦੇ ਯੂਪੀ ਦੇ ਵਿੱਚ ਨੋਇਡਾ ਤੋਂ ਮੈਂ +1 +2 ਕੀਤੀ। ਫਿਰ ਮੇਰੀ ਅਨੰਦਪੁਰ ਸਾਹਿਬ ਵਾਪਸੀ ਹੁੰਦੀ ਆ, ਅਨੰਦਪੁਰ ਸਾਹਿਬ ਮੇਰੇ ਨਾਨਕੇ ਆ, ਅਤੇ ਉੱਥੇ ਮਾਮਿਆਂ ਦੇ ਘਰ ਰਹਿ ਕੇ ਮੈਂ ਪੜ੍ਹਿਆ ਨੰਗਲ ਦੇ ਸ਼ਿਵਾਲਿਕ ਕਾਲਜ, ਜਿੱਥੋਂ ਮੈਂ BCOM ਵੀ ਕੀਤੀ। ਅਤੇ ਉਸ ਤੋਂ ਬਾਅਦ ਮੈਂ ਪੱਤਰਕਾਰੀ ਦੇ ਖੇਤਰ 'ਚ ਕਾਲਜ ਪੜ੍ਹਦਿਆਂ ਪੜ੍ਹਦਿਆਂ ਹੀ ਆ ਗਿਆ ਸੀ 1999 ਦੇ ਵਿੱਚ, 1998 ਦੇ ਵਿੱਚ ਦਸੰਬਰ 1998 'ਚ ਮੈਂ ਅਜੀਤ ਦੀ ਪੱਤਰਕਾਰੀ ਨਾਲ ਇਹ ਸਫ਼ਰ ਸ਼ੁਰੂ ਕੀਤਾ, ਅਤੇ 1999 'ਚ ਮੈਂ ਪੂਰੀ ਤਰ੍ਹਾਂ ਨਾਲ ਅਜੀਤ ਨਾਲ ਜੁੜ ਗਿਆ ਸੀਗਾ। ਪਰ ਜਰਨਲਿਜ਼ਮ ਮੈਂ ਘੱਟੋ ਘੱਟ 2 ਸਾਲ ਬਾਅਦ ਕੀਤੀ, 2001 ਤੋਂ ਬਾਅਦ ਜਦੋਂ ਮੈਂ ਦੈਨਿਕ ਜਾਗਰਣ ਨਾਲ ਜੁੜਿਆ। ਅਤੇ ਕਿਉਂਕਿ ਮੇਰੇ ਕੋਲ ਨਾ ਤਾਂ ਮੈਂ ਕੋਈ ਮਾਸਟਰ ਲੱਗਿਆ ਹੋਇਆ ਸੀ, ਨਾ ਮੇਰੀ ਕੋਈ ਦੁਕਾਨ ਸੀ, ਨਾ ਮੇਰਾ ਕੋਈ ਹੋਰ ਧੰਦਾ ਚੱਲਦਾ ਸੀ, ਜਦੋਂ ਮੈਂ 24 ਘੰਟੇ ਹੀ ਪੱਤਰਕਾਰੀ ਕਰਨੀ ਸਮੇਂ ਲੱਗਿਆ ਕਿ ਮੈਨੂੰ ਪ੍ਰੋਫੈਸ਼ਨਲੀ ਉਹ ਡਿਗਰੀ ਉਹ ਕੋਰਸ ਕਰਨਾ ਚਾਹੀਦਾ। ਫਿਰ ਇਲਾਹਾਬਾਦ ਯੂਨੀਵਰਸਿਟੀ ਤੋਂ ਮੈਂ ਜਰਨਲਿਜ਼ਮ ਕੀਤੀ, ਅਤੇ ਉਸ ਤੋਂ ਬਾਅਦ ਮੈਂ ਪੂਰੀ ਤਰ੍ਹਾਂ ਨਾਲ ਪੱਤਰਕਾਰੀ ਦੇ ਖੇਤਰ 'ਚ ਨਿੱਤਰ ਪਿਆ, ਅਤੇ ਵੱਖ ਵੱਖ ਅਦਾਰਿਆਂ 'ਚ ਕੰਮ ਕਰਦਿਆਂ ਹੋਇਆਂ ਅੱਜ ਤੁਹਾਡੇ ਸਾਹਮਣੇ ਰੂਬਰੂ। ਦੀਪਕ ਜੀ, ਤੁਸੀਂ ਜਿਵੇਂ ਦੱਸਿਆ ਕਿ ਤੁਹਾਡੀ ਪ੍ਰੋਫੈਸ਼ਨਲ ਜੋ ਕਾਲਜ ਹੈ ਅਨੰਦਪੁਰ ਸਾਹਿਬ ਨਾਲ ਰਿਹਾ ਹੈ, ਸ਼੍ਰੀ ਅਨੰਦਪੁਰ ਸਾਹਿਬ ਨਾਲ ਤੁਹਾਡਾ ਕੋਈ ਖਾਸ ਲਗਾਵ ਹੈ, ਉਸ ਬਾਰੇ ਸਾਡੇ ਸਰੋਤਿਆਂ ਨਾਲ ਜ਼ਰੂਰ ਸਾਂਝ ਪਾਓ ਕਿ ਸ਼੍ਰੀ ਅਨੰਦਪੁਰ ਸਾਹਿਬ ਤੁਹਾਡੇ ਸ਼ਬਦਾਂ ਵਿੱਚ, ਤੁਹਾਡੇ ਹਰ ਇੱਕ ਗੱਲਬਾਤ ਵਿੱਚ ਵਾਰ ਵਾਰ ਆਉਂਦਾ ਹੈ, ਤੁਹਾਡਾ ਬਹੁਤ ਜ਼ਿਆਦਾ ਲਗਾਵ ਹੈ ਅਨੰਦਪੁਰ ਸਾਹਿਬ ਨਾਲ, ਉਹਦਾ ਕੀ ਕਾਰਨ ਹੈ? ਸੁਣਿਆ ਜੀ, ਤੁਸੀਂ ਜਦੋਂ ਇਹ ਸਵਾਲ ਕਰ ਰਹੇ ਸੀ ਤਾਂ ਫਿਰ ਮੇਰੇ ਮਤਲਬ ਕਿ ਉਹ ਕਹਿੰਦੇ ਰੋਂਗਟੇ ਖੜੇ ਹੁੰਦੇ ਆ, ਕਿਉਂਕਿ ਅਨੰਦਪੁਰ ਸਾਹਿਬ ਮੇਰੀ ਜੀਵਨ ਦੀ ਕਰਮ ਭੂਮੀ ਆ, ਜਿੱਥੋਂ ਮਤਲਬ ਕਿ ਤੁਸੀਂ ਸਿੱਖਿਆ ਦਾ ਉਹ ਸਿਖਰ ਲੈਣ ਤੋਂ ਬਾਅਦ ਇਸ ਖੇਤਰ 'ਚ ਉਤਰਦੇ ਹੋ, ਅਤੇ ਕਿੰਨੇ ਪੜਾਅ ਮੇਰੇ ਜੁੜੇ ਔਰ ਕਾਫੀ ਕੁਛ ਜਿਹੜਾ ਤੁਸੀਂ ਵੀ ਉਹਦੇ ਗਵਾਹ ਹੋ, ਕਿਉਂਕਿ ਇਹ ਜਿਹੜੀਆਂ ਅਸੀਂ ਸੰਸਥਾਵਾਂ ਨਾਲ ਆਪਾਂ ਤੁਰਦੇ ਰਹੇ ਹਾਂ, ਉਹਨਾਂ ਸੰਸਥਾਵਾਂ 'ਚ ਤੁਸੀਂ ਵੀ ਮੁੱਢਲੀ ਭੂਮਿਕਾ ਨਿਭਾਉਂਦੇ ਰਹੇ ਹੋ, ਸੋ ਹੁਣ ਵੀ ਆਪਾਂ ਲਗਾਤਾਰ ਉਸ ਪਰਿਵਾਰ ਨਾਲ ਤੇ ਜੁੜੇ ਹਾਂ, ਸੋ ਇਸ ਲਈ ਕਾਫੀ ਕੁਛ ਤਾਂ ਤੁਸੀਂ ਜਾਣਦੇ ਹੋ, ਮੈਨੂੰ ਪਤਾ ਤੁਸੀਂ ਦਰਸ਼ਕਾਂ ਨੂੰ ਦੱਸਣ ਲਈ ਮੈਨੂੰ ਪੁੱਛੀ ਜਾਂਦੇ ਹੋ। ਸੋ ਹਾਂ, ਅਨੰਦਪੁਰ ਸਾਹਿਬ ਇੱਕ ਤਾਂ ਨਾਨਕੇ ਵੈਸੇ ਹੀ ਪਿਆਰੇ ਹੁੰਦੇ ਨੇ, ਸੋ ਸਾਰਾ ਸ਼ਹਿਰ ਮਾਮਿਆਂ ਦਾ ਸ਼ਹਿਰ, ਸੋ ਜਿੱਥੇ ਮਰਜ਼ੀ ਚੱਲ ਜਾਓ ਪਿਆਰੇ ਮਿਲਦਾ, ਸ਼ਗਨੇ ਮਿਲਦੇ, ਸੋ ਇਸ ਲਈ ਉਹ ਬੜਾ ਮੇਰੇ ਲਈ ਮਤਲਬ ਪਿਆਰਾ। ਫਿਰ ਦੂਸਰਾ, ਇੱਥੋਂ ਜਦੋਂ ਪੜ੍ਹਾਈ ਕੀਤੀ, ਪੜ੍ਹਾਈ ਦੇ ਨਾਲ ਨਾਲ ਜਿਹੜਾ ਸੀਗਾ ਉਹ ਬੜਾ ਅਹਿਮ ਸੀਗਾ ਜੀਵਨ ਦੇ ਵਿੱਚ। ਇੱਕ ਤਾਂ ਮਤਲਬ ਕਿ ਮਾਮਿਆਂ ਦੀਆਂ ਦੁਕਾਨਾਂ ਸੀਗੀਆਂ, ਜਿਨ੍ਹਾਂ 'ਚੋਂ ਖਾਸ ਕਰਕੇ ਸਭ ਤੋਂ ਬੜੇ ਮਾਮੇ ਦੀ ਸਬਜ਼ੀ ਦੀ ਦੁਕਾਨ, ਅਤੇ ਉੱਥੇ ਸਮਝ ਲਓ ਇੱਕ ਤਰ੍ਹਾਂ ਨਾਲ ਉਸ ਦੁਕਾਨ 'ਤੇ ਲੇਬਰ ਦਾ ਕੰਮ ਵੀ ਕੀਤਾ ਕਹਿ ਲਓ। ਸਕੂਲ ਕਾਲਜ ਜਾਣ ਤੋਂ ਪਹਿਲਾਂ, ਨੰਗਲ ਕਾਲਜ ਜਾਣ ਤੋਂ ਪਹਿਲਾਂ ਸਵੇਰੇ ਲਗਭਗ ਦੁਕਾਨ ਖਿਲਾ ਕੇ ਜਾਣਾ, ਸਬਜ਼ੀਆਂ ਧੋ ਕੇ ਲਾ ਕੇ ਜਾਣੀਆਂ, ਸੋ ਉਹਦੇ ਵਿੱਚ ਬਾਜ਼ਾਰ ਦੇ ਕਿੰਨੇ ਮੁੰਡੇ ਹੈਲਪ ਕਰਦੇ ਸੀ, ਕਿਉਂਕਿ ਇੱਕੋ ਟੂਟੀ ਲੱਗੀ ਹੁੰਦੀ ਸੀ ਬਾਜ਼ਾਰ 'ਚ ਸੁਨਿਆਰਿਆਂ ਦੀ ਦੁਕਾਨ ਕੋਲ, ਉੱਥੋਂ ਟੱਪ ਭਰਨਾ ਅਤੇ ਉਹ ਟੱਪ ਚੁਕਾ ਕੇ ਕਿਸੇ ਨੇ ਭਰਨਾ ਸੀ, ਇਸ ਲਈ ਉਹ ਇੱਕ ਡਿਊਟੀ ਬਣ ਗਈ ਸੀ। ਹਾਂ, ਜਦੋਂ ਕਿ ਘਰ ਦਾ ਹੀ ਕੰਮ ਆ, ਪਰ ਇੱਕ ਤੁਹਾਨੂੰ ਸਿੱਖਣ ਦਾ ਬਹੁਤ ਕੁਛ ਮਿਲਦਾ। ਫਿਰ ਕਾਲਜ ਤੋਂ ਆ ਕੇ ਵੀ 2 ਘੰਟੇ ਦੁਕਾਨ 'ਤੇ ਜ਼ਰੂਰ ਬੈਠਣਾ, ਅਤੇ ਇਸ ਲਈ ਉਹ ਤੋਲ ਭਾਵ ਸਬਜ਼ੀਆਂ ਦਾ ਲੈਣ ਦੇਣ ਉਹ ਸਾਰਾ ਕੁਛ ਸਿੱਖ ਲਿਆ, ਉਹਦੇ ਨਾਲ ਜੀਵਨ ਦਾ ਕਿੰਨਾ ਕੁਛ ਸਿੱਖਿਆ ਕਿ ਕਿਵੇਂ ਕਿਸੇ ਨਾਲ ਵਿਚਰਨਾ, ਤਰ੍ਹਾਂ ਤਰ੍ਹਾਂ ਦੇ ਲੋਕਾਂ ਦੇ ਆਉਣਾ, ਉਹਨਾਂ ਨਾਲ ਵਾਹ ਇੱਕ ਉਹ। ਦੂਸਰਾ, ਸਭ ਤੋਂ ਮੈਨੂੰ ਸ਼ੁਰੂ ਤੋਂ ਇੱਕ ਰਿਹਾ ਕਿ ਮੈਂ ਕੁਛ ਨਾ ਕੁਛ ਆਪਣੇ ਦਮ 'ਤੇ ਕਰਾਂ, ਉਸ ਆਪਣੇ ਦਮ ਨੇ ਮਤਲਬ ਕਿ ਮੇਰੇ ਲਈ ਇਹ ਮਾਣ ਵਾਲੀ ਗੱਲ ਹੈ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ, ਕਿ ਮੈਂ ਹੌਕਰ ਤੋਂ ਆਡੀਟਰ ਤੱਕ ਦਾ ਸਫ਼ਰ ਤੈਅ ਕੀਤਾ। ਮੈਂ ਅਨੰਦਪੁਰ ਸਾਹਿਬ ਦੀ ਧਰਤੀ ਦੇ ਰਹਿੰਦਿਆਂ 1.5 ਸਾਲ 250 ਅਖਬਾਰ ਰੋਜ਼ ਸਵੇਰੇ ਸਿੱਟ ਕੇ ਫਿਰ ਕਾਲਜ ਜਾਂਦਾ ਸੀ। ਸੋ ਗਿਰੀ ਹੋਰਾਂ ਦਾ ਪਰਿਵਾਰ ਸੀਗਾ ਜਿਹਨਾਂ ਕੋਲ ਇੱਥੇ ਅਖਬਾਰਾਂ ਦੀ ਏਜੰਸੀ ਸੀਗੀ, ਅਤੇ ਸਵੇਰੇ 3:30 ਵਜੇ 4:15 ਵਜੇ ਮੈਂ ਬੱਸ ਸਟੈਂਡ ਪਹੁੰਚ ਜਾਣਾ ਅਨੰਦਪੁਰ ਸਾਹਿਬ ਦੇ, ਅਤੇ ਜਦੋਂ ਉਸ ਸਮੇਂ ਉਹ ਅਖਬਾਰਾਂ ਦੇ ਮਾਲਕ ਜਿਹਨਾਂ ਦੀ ਏਜੰਸੀ ਉਹ ਵੀ ਨਹੀਂ ਆਏ ਹੁੰਦੇ ਸੀ, ਮੈਂ ਅਖਬਾਰਾਂ ਗਿਣ ਕੇ ਆਪਣੀਆਂ ਪਹਿਲਾਂ ਕੱਢ ਲੈਣੀਆਂ, ਅਤੇ ਫਿਰ ਸਾਰਾ ਉਹ ਕੇਸਗੜ੍ਹ ਵਾਲਾ ਮਹੱਲਾ ਹੈ, ਫਿਰ ਉਹ ਸਾਰਾ ਜਿਹੜਾ ਬਾਗ ਵਾਲਾ ਮਹੱਲਾ ਹੈ, ਫਿਰ ਆਪਣਾ ਚੋਈ ਬਾਜ਼ਾਰ ਹੈ, ਫਿਰ ਇਹ ਸਾਰਾ ਏਰੀਆ ਪੂਰਾ ਉੱਪਰ ਘੱਟੀਆਲ ਤੱਕ ਸਾਰਾ ਉਹ ਕਵਰ ਕਰਕੇ ਮੈਂ 250 ਦੇ ਕਰੀਬ ਅਖਬਾਰ ਸਿੱਟ ਕੇ ਫਿਰ ਬੱਸ ਸਟੈਂਡ ਦੁਬਾਰਾ ਜਾਣਾ, ਸਾਈਕਲ ਉੱਥੇ ਖੜ੍ਹਾ ਕਰਨਾ, ਅਤੇ ਉੱਥੇ ਨਲਕੇ ਦੇ ਉੱਤੇ ਮੂੰਹ ਧੋ ਕੇ ਉਹਨਾਂ ਦੇ ਕੋਲ ਜਿੱਥੇ ਅਖਬਾਰਾਂ ਲੱਗਦੀ ਸੀ ਉੱਥੇ ਮੈਂ ਇੱਕ ਲਿਫਾਫੇ 'ਚ ਕਮੀਜ਼ ਪਾ ਕੇ ਰੱਖ ਲੈਂਦਾ, ਕਿਉਂਕਿ ਕਈ ਵਾਰ ਗਰਮੀਆਂ 'ਚ ਜਾਂ ਮੀਂਹ 'ਚ ਪਸੀਨਾ ਆਉਣਾ ਜਾਂ ਕੱਪੜੇ ਭੇਜਣ, ਉੱਥੋਂ ਕਮੀਜ਼ ਨਵੀਂ ਬਦਲਣੀ ਅਤੇ ਬੱਸ ਚੜ੍ਹ ਕੇ ਕਾਲਜ ਚਲੇ ਜਾਣਾ। ਸੋ ਇਸ ਲਈ ਉਸ ਦੇ ਵਿੱਚੋਂ ਬਹੁਤ ਕੁਛ ਸਿੱਖਿਆ। ਪਰ ਇੱਥੇ ਹੀ ਨਹੀਂ ਰੁਕਿਆ ਮੈਂ,
ਉਸ ਦੇ ਨਾਲ ਨਾਲ ਸਕੂਲਾਂ ਕਾਲਜਾਂ ਦੇ ਵਿੱਚ ਜਿੱਥੇ ਆਪ ਭਾਗ ਲੈਂਦੇ ਸੀ ਕਲਚਰ ਐਕਟੀਵਿਟੀ ਨਾਲ ਵਾਹ ਵਾਸਤਾ ਰਹੇ, ਉੱਥੇ ਸਕੂਲਾਂ ਕਾਲਜਾਂ ਦੇ 15 ਅਗਸਤ ਦੇ 26 ਜਨਵਰੀ ਦੇ ਪ੍ਰੋਗਰਾਮ ਤਿਆਰ ਕਰਾਉਣੇ, ਚਾਹੇ ਉਹ ਸ੍ਰੀ ਗੁਰੂ ਤੇਗ ਬਹਾਦਰ ਸਕੂਲ ਹੋਵੇ ਨੰਗਲ ਦਾ, ਅਤੇ ਚਾਹੇ ਖਾਲਸਾ ਸਕੂਲ ਹੋਵੇ ਅਨੰਦਪੁਰ ਸਾਹਿਬ ਦਾ, ਚਾਹੇ ਕਿਤੇ ਹੋਰ, ਚਾਹੇ ਹੋਰ ਕੁਛ ਸਕੂਲ ਹੋਣ, ਉਹਨਾਂ 'ਚ ਵੱਖ ਵੱਖਾਂ 'ਚ ਇਹ ਸਮਾਗਮ ਜ਼ਰੂਰ ਕਰਾਉਂਦੇ ਰਹੇ। ਇਸ ਦੌਰਾਨ ਹੀ ਸੁਣੀਆ ਜੀ ਅਨੰਦਪੁਰ ਸਾਹਿਬ ਨਾਲ ਵਾਸਤਾ ਇਸ ਲਈ ਵੀ ਗੂੜਾ ਹੋਇਆ ਕਿ ਕੁਝ ਦੋਸਤ ਇਕੱਠੇ ਹੋਏ, ਚਾਹੇ ਉਹ ਮਾਸਟਰ ਦਰਸ਼ਨ ਜੀ ਸੀਗੇ, ਚਾਹੇ ਮਾਸਟਰ ਅਜੇ ਜੀ ਸੀਗੇ, ਚਾਹੇ ਮੈਂ ਸੀਗਾ, ਅਤੇ ਚਾਹੇ ਕੁਝ ਹੋਰ ਸਾਥੀ ਜੁੜੇ। ਅਸੀਂ ਫਰੈਂਡਜ ਇੱਕ ਕਲੱਬ ਬਣਾਇਆ ਜਿਹਦੇ ਨਾਂ 'ਤੇ ਅਸੀਂ ਇੱਕ ਟਿਊਸ਼ਨ ਸੈਂਟਰ ਖੋਲਿਆ, ਚੋਈ ਬਾਜ਼ਾਰ ਦੇ ਵਿੱਚ ਇੱਕ ਥਾਂ ਸੀਗਾ ਉੱਥੇ ਅਸੀਂ, ਅਤੇ ਖਾਸ ਕਰਕੇ ਉਹਨਾਂ ਬੱਚਿਆਂ ਲਈ ਜਿਹੜੇ ਵੱਡੀਆਂ ਫੀਸਾਂ ਨਹੀਂ ਦੇ ਸਕਦੇ ਸੀ, ਕਿ ਉਹਨਾਂ ਨੂੰ 20 ਰੁਪਈਏ 30 ਰੁਪਈਏ, ਇਹ ਵੀ ਨਾ ਲੱਗੇ ਕਿ ਅਸੀਂ ਮੁਫ਼ਤ ਪੜ੍ਹਾ ਰਹੇ ਹਾਂ, ਔਰ ਸਾਨੂੰ ਵੀ ਲੱਗੇ ਕਿ ਹਾਂ ਅਸੀਂ ਜੇਕਰ ਫੀਸ ਲੈ ਰਹੇ ਹਾਂ, ਚਾਹੇ ਉਸ ਸਮੇਂ ਦੇ ਹਿਸਾਬ ਨਾਲ ਜੇਕਰ ਕੋਈ 100 ਲੈਂਦਾ ਸੀ ਅਸੀਂ 20 ਰੁਪਏ ਲੈਂਦੇ ਸੀ ਉਹਦੀ ਫੀਸ, ਤਾਂ ਕਿ ਉਹ ਬੱਚੇ ਜਿਹੜੇ ਨਹੀਂ ਜਾ ਪਾਉਂਦੇ, ਜਿਹਨਾਂ ਨੂੰ ਲੱਗਦਾ ਕਿ ਅਸੀਂ ਟਿਊਸ਼ਨ ਸਾਡੀ ਖੁੰਝ ਰਹੀ ਆ, ਉਹਨਾਂ ਨੂੰ ਅਸੀਂ ਕਾਲਜ ਤੋਂ ਸਕੂਲਾਂ ਤੋਂ ਆ ਕੇ 2 ਘੰਟੇ ਟਿਊਸ਼ਨ ਪੜ੍ਹਾਉਣਾ। ਸੋ ਇਸ ਲਈ ਮੇਰਾ ਇਹ ਵਾਸਤਾ ਬਹੁਤ ਰਿਹਾ, ਅਤੇ ਉਹ ਤੋਂ ਬਿਨਾਂ ਵੱਖ ਵੱਖ ਸਮਾਜਿਕ ਸੰਗਠਨ, ਇਹ ਸਭ ਚੀਜ਼ਾਂ ਉਹ ਨੇ ਜਿਹੜੀਆਂ ਜੀਵਨ ਨਾਲ ਜੁੜੀਆਂ। ਪਰ ਅਨੰਦਪੁਰ ਸਾਹਿਬ ਦੀ ਧਰਤੀ ਖਾਲਸੇ ਦੀ ਜਨਮ ਭੂਮੀ ਹੈ, ਜਿਸ ਥਾਂ ਦੇ ਉੱਤੇ ਪੰਥ ਦੀ ਸਥਾਪਨਾ ਹੁੰਦੀ ਆ, ਸਿੱਖ ਪੰਥ ਦੀ ਸਾਜਨਾ ਹੁੰਦੀ ਆ, ਪੰਜ ਪਿਆਰਿਆਂ ਦੀ ਸਿਰਜਣਾ ਹੁੰਦੀ ਆ, ਅੰਮ੍ਰਿਤ ਦੀ ਦਾਤ ਜਿਸ ਧਰਤੀ ਤੋਂ ਬਖਸ਼ੀ ਜਾਂਦੀ ਆ, ਉੱਥੋਂ ਤੁਹਾਨੂੰ ਹਰ ਮੌਕੇ ਰੂਹਾਨੀ ਸੰਦੇਸ਼ ਮਿਲਦਾ, ਉੱਥੋਂ ਹਰ ਮੌਕੇ ਤੁਹਾਨੂੰ ਚਾਨਣ ਮਿਲਦਾ, ਹਰ ਮੌਕੇ ਤੁਹਾਨੂੰ ਹੱਕ ਸੱਚ ਲਈ ਖੜਨ ਦਾ ਸੰਦੇਸ਼ ਮਿਲਦਾ। ਸੋ ਇਸ ਲਈ ਇਸ ਧਰਤੀ ਦੇ ਉੱਤੇ ਜਿਹੜਾ ਆਇਆ ਉਹ ਇਸ ਧਰਤੀ ਦਾ ਹੋ ਗਿਆ। ਸੋ ਮੈਂ ਜੀਵਨ ਭਰ ਆਪਣੇ ਆਪ ਲਈ ਫਖਰ ਮਹਿਸੂਸ ਕਰਦਾ ਰਹੂੰਗਾ ਕਿ ਮੈਨੂੰ ਜਿਹੜੀ ਕਿਰਤ ਦੀ ਗੁੜਤੀ ਮਿਲੀ ਆ, ਜਿਹੜੀ ਸੱਚ ਦੀ ਗੁੜਤੀ ਮਿਲੀ ਆ, ਉਹ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਮਿਲਿਆ। ਇਸ ਲਈ ਇਸ ਧਰਤੀ ਨੂੰ ਹਮੇਸ਼ਾ ਸਜਦਾ ਰਹੇਗਾ, ਅਤੇ ਇਹਨੂੰ ਮੈਂ ਭੁਲਾ ਨਹੀਂ ਸਕਦਾ ਕਿ ਇਸ ਨੇ ਮੈਨੂੰ ਜੀਵਨ ਦੇ ਉੱਤੇ ਅੱਗੇ ਵਧਣ ਦਾ ਮੌਕਾ ਦਿੱਤਾ, ਅਤੇ ਇੱਥੋਂ ਮੇਰੀ ਸ਼ੁਰੂਆਤ ਹੋਈ ਹੈ। ਜੀ ਸੋਨੀਆ ਜੀ, ਪਿੱਛੇ ਅਨੰਦਪੁਰ ਸਾਹਿਬ ਵਿੱਚ ਇੱਕ ਪਹਿਲੀ ਸਟਾਰਟਿੰਗ ਸੀਗੀ ਨੱਚਦਾ ਪੰਜਾਬ, ਜਿਹਨੇ ਪੂਰੇ ਰੋਪੜ ਜ਼ਿਲ੍ਹੇ ਵਿੱਚ ਧੂਮਾਂ ਮਚਾ ਦਿੱਤੀਆਂ ਸੀ। ਇੱਕ ਸਟੂਡੈਂਟ, ਨਾ ਤਾਂ ਕੋਈ ਵੱਡੀ ਏਜ ਦਾ ਕੋਈ ਸਿਆਣਾ ਬੰਦਾ ਸੀ, ਇੱਕ ਛੋਟੀ ਜਿਹੀ ਉਮਰ ਦਾ ਲੜਕਾ ਜਿਹੜਾ ਸੋਸ਼ਲ ਵਰਕ ਕਰਦਾ ਹੋਇਆ, ਸਮਾਜ ਨੂੰ ਸੇਧ ਦਿੰਦਾ ਹੋਇਆ, ਸਮਾਜ ਵਿੱਚ ਇੱਕ ਐਡਾ ਵੱਡਾ ਕੰਮ ਕੀਤਾ ਸੀ ਜਿਹਦੀ ਗੂੰਜ ਰੋਪੜ ਡਿਸਟ੍ਰਿਕਟ ਵਿੱਚ ਪੂਰੀ ਗੂੰਜੀ ਸੀ, ਨੱਚਦਾ ਪੰਜਾਬ, ਉਹਦੇ ਲਈ ਤੁਸੀਂ ਕੀ ਕਹਿਣਾ ਚਾਹੋਗੇ? ਸੋਨੀਆ, ਇਸ ਤਰ੍ਹਾਂ ਕਿ ਇੱਕ ਵਾਰ ਖਾਲਸਾ ਸਕੂਲ 'ਚ ਆਪਾਂ ਸਭ ਤੋਂ ਪਹਿਲਾਂ ਇੱਕ ਸਮਾਗਮ ਕਰਾਇਆ ਸੀਗਾ, ਉਹ 'ਚ ਤੁਸੀਂ ਵੀ ਪਾਰਟੀਸਪੇਟ ਕੀਤਾ ਸੀ, ਮੈਨੂੰ ਪਤਾ ਸੀ। ਬੱਚਿਆਂ ਦੇ ਡਾਂਸ ਮੁਕਾਬਲੇ ਕਰਾਏ ਸੀ, ਮੈਂ ਕਿਹਾ ਤੁਹਾਡਾ ਉਹ 'ਚ ਹਾਂ ਫਸਟ ਪ੍ਰਾਈਜ਼ ਮਿਲਿਆ ਸੀਗਾ, ਮੈਨੂੰ ਯਾਦ ਹੈ। ਅਤੇ ਉਸ ਤੋਂ ਬਾਅਦ ਫਿਰ 2 ਨੱਚਦਾ ਪੰਜਾਬ ਸਮਾਗਮ ਆਪਾਂ ਬਹੁਤ ਵੱਡੇ ਪੱਧਰ 'ਤੇ ਜਿਹੜੇ ਕਰਾਏ। ਮੈਂ ਇਹ ਦੱਸਣਾ ਚਾਹੁੰਦਾ ਕਿ ਉਸ ਮੌਕੇ ਅਸੀਂ ਖਾਸ ਕਰਕੇ ਮੈਂ ਅਤੇ ਗੁਰਮੀਤ 2 ਦੋਸਤ ਅਸੀਂ ਇਹ ਸੁਪਨਾ ਲੈ ਕੇ ਤੁਰੇ ਸੀਗੇ। ਉਹ ਮੇਰੇ ਕਾਲਜ ਫਾਰਮੇਸੀ ਕਰਦਾ ਸੀ ਅਤੇ ਮੈਂ ਬੀਕੌਮ ਕਰ ਰਿਹਾ ਸੀਗਾ। ਸਾਡਾ ਦੋਨੋਂ ਦਾ ਸੁਪਨਾ ਸੀਗਾ, ਅਸਲ 'ਚ ਮੈਂ ਦੇਖਦਾ ਸੀ ਕਿ ਅਨੰਦਪੁਰ ਸਾਹਿਬ ਗਾਇਕੀ ਦੇ ਪ੍ਰੋਗਰਾਮ ਬਹੁਤ ਹੁੰਦੇ, ਸਿੰਗਰਾਂ ਨੂੰ ਬੁਲਾਉਣਾ ਹੈ, ਜਾਂ ਕਵਾਲੀਆਂ ਦੇ ਪ੍ਰੋਗਰਾਮ, ਜਾਂ ਧਾਰਮਿਕ ਜਗਰਾਤੇ ਹੈ, ਜਾਂ ਕੋਈ ਹੋਰ ਧਾਰਮਿਕ ਸਮਾਗਮ, ਉਹ ਬਹੁਤ ਹੁੰਦੇ ਸੀ ਜਿਹਦੇ ਵਿੱਚ ਮਤਲਬ ਕਿ ਬਾਹਰੋਂ ਵੀ ਸ਼ਖਸੀਅਤਾਂ ਆਉਂਦੀਆਂ ਸੀ। ਖਾਸ ਕਰ ਜਿਹੜੇ ਮੈਂ ਕਲਚਰ ਦੇਖਦਾ ਸੀਗਾ, ਸੱਭਿਆਚਾਰਕ ਸਮਾਗਮ ਦੇਖਦਾ ਸੀਗਾ, ਉਹਨਾਂ ਦੇ ਵਿੱਚ ਕਿਰਾਏ 'ਤੇ ਪੈਸਾ ਲਾ ਕੇ ਗਾਇਕ ਬੁਲਾਏ ਜਾਂਦੇ, ਸਾਨੂੰ ਕਹਿੰਦੇ ਸੀ ਆ ਕੇ ਸੁਣ ਲਓ। ਸੋ ਮੈਨੂੰ ਲੱਗਿਆ ਕਿ ਆਪਣੇ ਬੱਚਿਆਂ ਨੂੰ ਸਟੇਜ ਕਿਉਂ ਨਹੀਂ, ਜਿਹੜੀਆਂ ਅਸੀਂ ਜਦੋਂ ਕਾਲਜ ਦੇ ਵਿੱਚ ਗਏ ਹਾਂ, ਅਸੀਂ ਯੂਥ ਫੈਸਟੀਵਲਾਂ 'ਚ ਜਿਵੇਂ ਭਾਗ ਲਿਆ, ਸਾਨੂੰ ਸਾਡੇ ਟੀਚਰਾਂ ਨੇ ਮੌਕਾ ਦਿੱਤਾ, ਸੋ ਸਾਨੂੰ ਸਕੂਲ ਪੱਧਰ 'ਤੇ ਉਹ ਮੌਕੇ ਨਹੀਂ ਮਿਲੇ ਸੀ ਜਿਹੜੇ ਮਿਲਣੇ ਚਾਹੀਦੇ ਨੇ, ਕਿਉਂਕਿ ਅਸੀਂ ਜਿਹੇ ਜਿਹੇ ਸਕੂਲਾਂ 'ਚ ਪੜ੍ਹੇ, ਜਿਸ ਸਰਕਾਰੀ ਸਕੂਲ 'ਚ ਪੜ੍ਹੇ ਸੀ, ਉਸ ਮੌਕੇ ਸ਼ਨੀਵਾਰ ਨੂੰ ਹੁੰਦਾ ਸੀ ਕਿ ਖੜਾ ਹੋ ਜਾ ਵੀ ਚੁਟਕਲਾ ਸੁਣਾ ਦੇ, ਕਵਿਤਾ ਸੁਣਾ ਦੇ। ਸੋ ਇਸ ਲਈ ਅਸੀਂ ਸਿੱਧੇ ਜਦੋਂ ਕਾਲਜ ਗਏ ਤਾਂ ਵੱਡੀ ਸਟੇਜ ਸੀ, ਖਾਸ ਕਰ ਜਦੋਂ ਮੈਂ ਦਿੱਲੀ ਪੜ੍ਹਿਆ ਪਲੱਸ ਟੂ ਦੇ ਵਿੱਚ, ਤਦ ਮੇਰੇ ਲਈ ਉਹ ਵੱਡਾ ਪਲੇਟਫਾਰਮ ਸੀਗਾ ਜਿੱਥੇ ਮੈਂ ਬੋਲਣ ਲੱਗੇ ਵੀ 100 ਵਾਰ ਸੋਚਦਾ ਸੀਗਾ ਕਿ ਇੰਨੇ ਬੱਚਿਆਂ 'ਚ, ਇੰਨੇ ਲੋਕਾਂ 'ਚ, ਇੰਨੇ ਪੜ੍ਹੇ ਲਿਖੇ ਜਿਹਨਾਂ ਨੂੰ ਅੰਗਰੇਜ਼ੀਆਂ ਤੋਤੇ ਮੰਗ ਆਉਂਦੀ ਆ। ਪਰ ਮੈਨੂੰ ਆਪਣੀ ਬੋਲੀ ਦੇ ਉੱਤੇ ਵੀ, ਆਪਣੇ ਪਹਿਰਾਵੇ ਦੇ ਉੱਤੇ ਵੀ, ਅਤੇ ਆਪਣੇ ਪੇਂਡੂ ਬਣੇ 'ਤੇ ਵੀ ਹਮੇਸ਼ਾ ਮਾਣ ਰਿਹਾ ਕਿ ਮੈਂ ਦੇਸੀ ਹਾਂ ਔਰ ਮਾਣ ਕਰਦਾ ਕਿ ਮੈਂ ਪੰਜਾਬੀ ਹਾਂ। ਸੋ ਇਸ ਲਈ ਮੈਂ ਉਹ ਪ੍ਰੋਗਰਾਮਾਂ 'ਚੋਂ ਅਨੰਦਪੁਰ ਸਾਹਿਬ 'ਚ ਮਹਿਸੂਸ ਕੀਤਾ ਕਿ ਮੈਂ ਚਾਹਵਾਂ ਕਿ ਮੇਰੀ ਆਉਣ ਵਾਲੀ ਪੀੜ੍ਹੀ ਆ ਜਿਹੜੀ ਸਭ ਤੋਂ ਆਉਣ ਵਾਲੇ ਅਗਲੇ ਬੱਚੇ ਨੇ, ਉਹ ਸਕੂਲ ਪੱਧਰ ਤੋਂ ਇੰਨੇ ਪਰਿਪੱਕ ਹੋ ਜਾਣ ਕਿ ਉਹਨਾਂ ਨੂੰ ਸਟੇਜ 'ਤੇ ਜਾਣ ਲੱਗਿਆ, ਕਿਸੇ ਫੀਲਡ 'ਚ ਜਾਣ ਲੱਗਿਆ। ਜਿਹੜਾ ਬੱਚਾ ਸਟੇਜ 'ਤੇ ਪਰਫੋਰਮ ਕਰਨਾ ਸਿੱਖ ਗਿਆ, ਉਹ ਜੀਵਨ 'ਚ ਕਦੇ ਮਾਰ ਨਹੀਂ ਖਾਂਦਾ। ਅਤੇ ਉਹਦੀ ਮੈਂ ਇੱਕ ਉਦਾਹਰਣ ਤੁਹਾਡੇ ਸਾਹਮਣੇ ਰੱਖ ਦੇਣਾ, ਆਹ ਸੋਨੀਆ ਸ਼ਰਮਾ ਉਹ ਸਟੇਜ ਦੀ ਪੈਦਾਇਸ਼ ਹੈ ਜਿਹੜੀ ਇਹਨਾਂ ਸਟੇਜਾਂ ਤੋਂ ਉੱਠੀ ਅਤੇ ਅੱਜ ਇੰਨੀ ਬੇਵਾਕੀ ਨਾਲ, ਚਾਹੇ ਉਹ ਆਪਣੇ ਕਿੱਤੇ ਦੇ ਵਿੱਚ ਹੋਵੇ, ਸਕੂਲ ਦਾ ਕਿੱਤਾ ਹੋਵੇ ਉਹਦਾ, ਚਾਹੇ ਉਹਦਾ ਸਮਾਜਿਕ ਕਿੱਤਾ ਹੋਵੇ, ਅਤੇ ਚਾਹੇ ਅਨੰਦਪੁਰ ਸਾਹਿਬ 'ਚ ਪਰਿਵਾਰਕ ਜ਼ਿੰਮੇਵਾਰੀਆਂ ਕੋਈ ਹੋਣ, ਹਰ ਥਾਂ ਉਹ ਮੂਹਰੇ ਹੋ ਕੇ ਲੜਨ ਦੀ
ਹਿੰਮਤ ਰੱਖਦੀ ਆ, ਉਮਰ ਚ ਹਲੇ ਵੀ ਜਵਾਕੜੀ ਹੋ ਲੱਗਦੀ ਆ ਕਿ ਪਤਾ ਨੀ ਸਕੂਲ ਪੜ੍ਹਦੀ ਹੋਏਗੀ। ਹਾਂ, ਸੋ ਇਸ ਲਈ ਉਸ ਮੌਕੇ ਅਸੀਂ ਇਹ ਤੈਅ ਕੀਤਾ ਕਿ ਅਸੀਂ ਬੱਚਿਆਂ ਨੂੰ ਸਾਹਮਣੇ ਲਿਆਵਾਂਗੇ। ਔਰ ਜੀ ਉਸ ਮੌਕੇ ਅਸੀਂ ਜਿੰਨੇ ਸਕੂਲ ਸੀਗੇ ਅਨੰਦਪੁਰ ਸਾਹਿਬ ਦੇ ਆਲੇ ਦੁਆਲੇ ਦੇ, ਇਕੱਲੇ ਇਕੱਲੇ ਸਕੂਲ 'ਚ ਸਵੇਰੇ ਆਪ ਗਏ, ਪ੍ਰੇਅਰ 'ਚ ਅਨਾਊਂਸਮੈਂਟ ਕੀਤੀ ਕਿ 19 ਤਰੀਕ ਨੂੰ 10-10 ਰੁਪਈਏ ਰਜਿਸਟ੍ਰੇਸ਼ਨ ਫੀਸ ਆ, ਅਤੇ ਉਹ 10-10 ਰੁਪਈਏ ਰਜਿਸਟ੍ਰੇਸ਼ਨ ਫੀਸ ਨਾਲ ਅਸੀਂ ਬੱਚਿਆਂ ਦਾ ਟੈਸਟ ਲੈਣਾ, ਜਿਹੜੇ ਬੱਚੇ ਉਹ 'ਚ ਸਿਲੈਕਟ ਹੋਣਗੇ ਉਹਨਾਂ ਲਈ ਇੱਕ ਮੁਕਾਬਲਾ ਪ੍ਰੋਗਰਾਮ ਕਰਾਇਆ ਜਾਏਗਾ। ਸੋ ਉਹਦੇ ਵਿੱਚ ਘੱਟੋ ਘੱਟ 300-400 ਬੱਚਾ ਆਇਆ ਸੀਗਾ ਪਹਿਲੀ ਵਾਰ ਵੀ, ਜਦੋਂ ਆਪਾਂ ਖਾਲਸਾ ਸਕੂਲ 'ਚ ਹੀ ਸਾਨੂੰ ਉਹਨਾਂ ਨੇ ਕਮਰਾ ਪ੍ਰੋਵਾਈਡ ਕਰਾਇਆ, ਅਤੇ ਉਸ ਤੋਂ ਬਾਅਦ ਉਹਦੇ ਵਿੱਚੋਂ ਅਸੀਂ 70-80 ਬੱਚੇ ਆਪਾਂ ਚੁਣੇ, ਜਿਹਨਾਂ 'ਚ ਤੁਸੀਂ ਵੀ ਸੀਗੇ, ਸੰਦੀਪ ਵਿੱਕੀ ਵੀ ਸੀਗਾ, ਹੋਰ ਕਿੰਨੇ ਮਤਲਬ ਕਿ ਬੱਚੇ ਨਿਕਲ ਗਏ, ਅਮਨ ਸੀਗਾ, ਇੰਨੇ ਕਿੰਨੇ ਹੀ ਬੱਚੇ ਨਵੇਂ ਨਿਕਲ ਗਏ, ਸ਼ਿੰਦਾ ਜਿਹੜਾ ਵੱਡਾ ਫੇਸ ਵੀ ਅੱਜ ਕੱਲ੍ਹ ਇਸ ਇਲਾਕੇ ਦਾ ਉਹ ਮੁੰਡਾ ਨਿਕਲ ਗਿਆ, ਅਤੇ ਕਿੰਨੇ ਆਪਣੇ ਕੋਲ ਜੁੜੇ, ਅਤੇ ਉਹਨਾਂ ਬੱਚਿਆਂ ਨੂੰ ਅਸੀਂ ਵੱਖੋ ਵੱਖ ਵਰਗਾਂ 'ਚ ਵੰਡਿਆ, ਨਾਟਕ ਵਾਲਿਆਂ ਨੂੰ ਨਾਟਕ 'ਚ, ਸਕਿੱਟ ਵਾਲਿਆਂ ਨੂੰ ਸਕਿੱਟ 'ਚ, ਭੰਗੜੇ ਵਾਲਿਆਂ ਨੂੰ ਭੰਗੜੇ 'ਚ, ਕੋਰੋਗ੍ਰਾਫੀ ਵਾਲਿਆਂ ਨੂੰ ਕੋਰੋਗ੍ਰਾਫੀ 'ਚ, ਫਿਰ ਉਹਦੇ ਨਾਲ ਸਾਡੇ ਨਾਲ ਕਿੰਨੇ ਕੋਚ ਜੁੜਦੇ ਰਹੇ, ਵੱਖ ਵੱਖ ਧਿਰਾਂ ਜੁੜਦੀਆਂ ਰਹੀਆਂ, ਸੰਗਠਨ ਜੁੜਦੇ ਰਹੇ, ਅਤੇ ਉਹ ਬੱਚਿਆਂ ਨੂੰ 1.5-1.5 ਮਹੀਨਾ ਆਪਾਂ ਰਿਹਰਸਲ ਕਰਾਈ। ਪਰ ਮੈਨੂੰ ਇੱਕ ਦਿਨ ਉਹ ਵੀ ਯਾਦ ਆ ਕਿ ਜਿਸ ਦਿਨ ਸਮਾਗਮ ਹੋਣਾ ਸੀ ਉਸ ਦਿਨ ਮੀਂਹ ਵਰਦਾ, ਪ੍ਰੋਗਰਾਮ ਰੱਦ ਹੋ ਜਾਂਦਾ, ਟੈਂਟ ਉੱਡ ਜਾਂਦਾ, ਸਟੇਜ ਉੱਡ ਜਾਂਦੀ ਆ, ਅਤੇ ਅਸੀਂ ਸਾਰੇ ਬੱਚੇ, ਤੁਸੀਂ ਸਾਰੇ, ਅਸੀਂ ਗੱਲ ਲੱਗ ਕੇ ਰੋਂਦੇ ਹਾਂ, ਅਤੇ ਉਸ ਤੋਂ ਬਾਅਦ ਪਰ ਫਿਰ ਹਫ਼ਤੇ ਬਾਅਦ ਪ੍ਰੋਗਰਾਮ ਦੁਬਾਰਾ ਉਲੀਕਦੇ। ਸੋ ਉਸ ਗੱਲ ਨੂੰ ਅਨੰਦਪੁਰ ਸਾਹਿਬ ਦੇ ਸਾਰੇ ਸੰਗਠਨਾਂ ਨੇ ਸਾਨੂੰ ਮਾਣ ਦਿੱਤਾ, ਜਦੋਂ ਮੈਂ ਕਾਲਜ ਦਾ 2nd ਈਅਰ ਦਾ ਮੇਰਾ ਕੱਲ੍ਹ ਵਿਦਿਆਰਥੀ ਸੀਗਾ। ਸੋ ਉਸ ਮੌਕੇ ਜਦੋਂ ਅਸੀਂ ਬੱਚੇ ਸੀਗੇ ਖੁਦ, ਤਦ ਸਾਰੇ ਸੰਗਠਨ ਨੇ ਸਾਨੂੰ ਸ਼ਾਬਾਸ਼ ਦਿੱਤੀ ਕਿ ਅਕਸਰ ਅਜਿਹੇ ਪ੍ਰੋਗਰਾਮ ਰੱਦ ਹੋਣ ਤੋਂ ਬਾਅਦ ਦੁਬਾਰਾ ਨਹੀਂ ਹੁੰਦੇ, ਤੁਸੀਂ ਦੁਬਾਰਾ ਕਰਾਇਆ। ਇਹ ਬਹੁਤ ਵੱਡੀ ਹਿੰਮਤ ਸੀ ਸਾਨੂੰ, ਕਿੰਨਿਆਂ ਨੇ ਹੈਲਪ ਕੀਤੀ, ਕਿਉਂਕਿ ਆਪਾਂ ਕੌਣ ਸੀਗੇ, ਅਸੀਂ 500-500 ਰੁਪਇਆ ਦੁਕਾਨਾਂ ਵਾਲਿਆਂ ਨੂੰ ਕਹਿੰਦੇ ਸੀਗੇ ਤੁਹਾਡਾ ਬੈਨਰ ਲਾਵਾਂਗੇ ਜੀ, 500 ਰੁਪਇਆ ਸਾਨੂੰ ਦੇ ਦਿਓ, ਅਸੀਂ ਪ੍ਰੋਗਰਾਮ ਕਰਾਉਣਾ। ਉਵੇਂ ਉਹ ਸਾਨੂੰ ਬੈਨਰ ਬਣਾਉਣ ਨੂੰ ਦਿੰਦੇ ਸੀ, ਫਿਰ ਅਸੀਂ ਉਹ ਬੈਨਰ ਲਾ ਕੇ ਉਹਨਾਂ ਤੋਂ ਉਹ ਪੈਸਾ ਇਕੱਠਾ, ਫਿਰ ਅਸੀਂ 1-1 ਰੁਪਈਏ ਦੇ ਕੂਪਨ ਵੰਡਦੇ ਸੀ ਕਿ ਕੂਪਨ ਹੈ ਜੀ, ਕੋਕ ਦੀ ਬੋਤਲ ਕੱਢਾਂਗੇ ਜੀ, ਝੋਲਾ ਕੱਢਾਂਗੇ ਜੀ, ਮੋਬਾਈਲ ਕੱਢਾਂਗੇ ਜੀ, ਇੱਦਾਂ ਦੇ, ਉਹ ਮੋਬਾਈਲ ਤਾਂ ਨਹੀਂ, ਉਹ ਕੀ ਹੁੰਦਾ ਸੀ, ਵਾਕਮੈਨ, ਕਿ ਵਾਕਮੈਨ ਡਰਾ 'ਚ ਕੱਢਾਂਗੇ। ਸੋ ਇਹੋ ਜਿਹੇ ਛੋਟੇ ਛੋਟੇ ਡਰਾ, ਟੀ ਸ਼ਰਟਾਂ, ਸੋ ਮੈਨੂੰ ਉਹ ਯਾਦ ਆ ਕਿ ਅਸੀਂ 100-100 ਇਨਾਮ ਕੱਢਦੇ ਸੀ ਤਾਂ ਕਿ ਉਹਦੇ ਨਾਲ। ਪਰ ਜਿਹੜਾ 150 ਬੱਚਾ ਸਾਡੇ ਕੋਲ ਆਇਆ, ਇਹਨਾਂ 'ਚੋਂ 70 ਬੱਚੇ, 250 ਬੱਚੇ, 70 ਬੱਚੇ ਅਸੀਂ ਚੁਣੇ, ਉਹ 17 ਦੇ ਪਰਿਵਾਰ ਦਰਸ਼ਕ ਸੀ। ਅਨੰਦਪੁਰ ਸਾਹਿਬ ਨੂੰ ਕਰੇਜ਼ ਸੀ ਕਿ ਸਾਡੇ ਇਲਾਕੇ ਦੇ ਬੱਚੇ ਪਰਫੋਰਮ ਕਰ ਰਹੇ ਨੇ। ਔਰ ਮੈਨੂੰ ਯਾਦ ਆ ਜਿਹੜੇ ਸਿੰਗਰਾਂ ਨੂੰ ਬੁਲਾ ਕੇ ਪ੍ਰੋਗਰਾਮ ਕਰਾਉਂਦੇ ਸੀ, ਉਹਨਾਂ 'ਚ ਜੇਕਰ 500 ਬੰਦਾ ਦੇਖਣਾ ਹੁੰਦਾ ਸੀ, ਸਾਡੇ 'ਚ 5-5 ਹਜ਼ਾਰ ਬੰਦਾ ਵੀ ਪ੍ਰੋਗਰਾਮ ਆਉਂਦਾ ਰਿਹਾ। ਸੋ ਇਸ ਲਈ ਉਹ ਮਾਣ ਸੀਗਾ ਕਿ ਅਸੀਂ ਆਪਣੇ ਬੱਚਿਆਂ ਨੂੰ ਅੱਗੇ ਵਧਣ ਦਾ ਮੌਕਾ ਵੀ ਦਿੱਤਾ, ਆਪਣੀ ਬੋਲੀ ਨਾਲ ਵੀ ਜੋੜਿਆ, ਆਪਣੇ ਰਵਾਇਤੀ ਸੱਭਿਆਚਾਰ ਨਾਲ ਵੀ ਜੋੜਿਆ। ਔਰ ਅੱਜ ਉਹ ਬੱਚੇ ਸਾਰੇ ਜਦੋਂ ਵੱਖ ਵੱਖ ਖੇਤਰਾਂ 'ਚ ਵੱਡੀਆਂ ਥਾਵਾਂ 'ਤੇ ਨੇ ਜਦੋਂ ਮਿਲਦੇ ਨੇ, ਤਾਂ ਮਾਣ ਨਾਲ ਮਿਲਦੇ ਨੇ ਕਿ ਭਾਅ ਜੀ ਆਪਾਂ ਮਿਲ ਕੇ ਜਿਹੜੇ ਪ੍ਰੋਗਰਾਮ ਕੀਤੇ ਸੀ, ਤੁਸੀਂ ਸਾਰੇ ਸਾਂਝ ਨਾਲ ਕੀਤੇ ਸੀ, ਤਾਂ ਉਹਦਾ ਹੁਣ ਤੁਸੀਂ ਕਹੀ ਜਾਓ, ਨੱਚਦਾ ਪੰਜਾਬ ਦੀਪਕ ਨੇ ਨਹੀਂ ਕਰਾ ਲਿਆ, ਉਹ ਸਾਰਿਆਂ ਮਿਲ ਕੇ ਕਰਾਇਆ, ਆਪਣੀ ਟੀਮ ਨੇ ਕਰਾਇਆ, GD ਕਲਚਰ ਐਂਡ ਵੈਲਫੇਅਰ ਸੁਸਾਇਟੀ ਦੇ ਨਾਂ 'ਤੇ ਆਪਾਂ ਉਹ ਸਮਾਗਮ ਕਰਦੇ ਸੀ। ਸੋ ਉਸ ਤੋਂ ਬਾਅਦ ਇੱਕ ਵਾਰ ਫਿਰ ਆਪਾਂ ਦੂਸਰਾ ਨੱਚਦਾ ਪੰਜਾਬ ਕਰਾਇਆ, ਇੱਕ ਵਾਰ ਕਵੀ ਦਰਬਾਰ ਕਰਾਇਆ। ਸੋ ਇਸ ਲਈ ਉਹ ਸਾਰੇ ਸਮਾਗਮ ਉਸੇ 'ਚੋਂ ਨਿਕਲੇ ਸੀਗੇ, ਤਾਂ ਕਿ ਅਸੀਂ ਪੰਜਾਬ ਦੇ ਬੱਚਿਆਂ ਦੇ ਵਿੱਚ ਇੱਕ ਨਵੀਂ ਚੇਤਨਾ, ਖਾਸ ਕਰ ਅਨੰਦਪੁਰ ਸਾਹਿਬ ਦੀ ਬੈਲਟ ਦੇ ਬੱਚਿਆਂ 'ਚ ਜਿਹਨੂੰ ਮੰਨਿਆ ਜਾਂਦਾ ਕਿ ਸੱਭਿਆਚਾਰ ਤੌਰ 'ਤੇ ਪਿੱਛੇ ਰਹਿ ਜਾਂਦਾ, ਉਹ ਅੱਜ ਉਹ ਬੱਚੇ ਕਿੰਨੇ ਥਾਵਾਂ 'ਤੇ ਖਿੜ ਕੇ ਮਹਿਕਾਂ ਬਣ ਰਹੇ ਨੇ। ਸੋ ਬਹੁਤ ਖੁਸ਼ੀ ਹੁੰਦੀ ਆ ਫਿਰ। ਬਹੁਤ ਵੱਡੀ ਦੇਣ ਹੈ ਤੁਹਾਡੀ ਸਾਡੇ ਇਲਾਕੇ ਨੂੰ। ਜੀ ਤੁਹਾਡੇ ਮਾਇੰਡ 'ਚ ਸ਼ਾਇਦ ਗੱਲ ਨਿਕਲ ਗਈ, ਸਿਰਫ ਅਨੰਦਪੁਰ ਸਾਹਿਬ ਦੀ ਧਰਤੀ ਹੀ ਇਸ ਚੀਜ਼ ਦੀ ਗਵਾਹ ਨਹੀਂ ਹੈ, ਸਾਡੇ ਨਾਲ ਲੱਗਦੀ ਹਿਮਾਚਲ ਤੋਂ ਵੀ ਬੱਚੇ ਆਏ ਸੀ, ਜੀ ਬਿਲਕੁਲ, ਹਰਿਆਣਾ ਤੋਂ ਵੀ ਬੱਚੇ ਆਏ ਸੀ, ਬਿਲਕੁਲ। ਇਹ ਉਹ ਪਲੇਟਫਾਰਮ ਦਿੱਤਾ ਸੀ ਤੁਸੀਂ, ਜਿਸ ਦੀ ਗੂੰਜ ਬਹੁਤ ਸਾਲਾਂ ਤੱਕ ਗੂੰਜਦੀ ਰਹੀ, ਔਰ ਅੱਜ ਵੀ ਨੱਚਦਾ ਪੰਜਾਬ ਦੇ ਨਾਂ ਨਾਲ ਅਗਰ ਕੋਈ ਜਾਣਿਆ ਜਾਂਦਾ ਹੈ ਤਾਂ ਉਹ ਦੀਪਕ ਸ਼ਰਮਾ ਜੀ ਹੀ ਹਨ। ਇਹ 'ਚ ਕੋਈ ਸ਼ੱਕ ਨਹੀਂ ਗਾ ਕਿ ਲੋਕ ਯਾਦ ਕਰਦੇ ਨੇ ਜਦੋਂ ਵੀ ਅਨੰਦਪੁਰ 'ਚ ਕੋਈ ਸਮਾਗਮ ਹੋਵੇ, ਕੁਛ ਹੋਵੇ, ਜਦੋਂ ਮੈਨੂੰ ਵੀ ਸੱਦਾ ਦਿੰਦੇ ਨੇ ਜਾਂ ਮੈਨੂੰ ਕਹਿੰਦੇ ਨੇ ਤੁਸੀਂ ਆਓ, ਤੇ ਤਦ ਉਹ ਜ਼ਿਕਰ ਜ਼ਰੂਰ ਆਉਂਦਾ ਕਿ, ਕਿਉਂਕਿ ਕਾਰਨ ਉਹਦਾ ਇਹ, ਖਾਸ ਕਰਕੇ ਮੈਂ ਦਰਸ਼ਕਾਂ ਨੂੰ ਦੱਸ ਦਿਆਂ ਕਿ ਜਿਹੜੇ ਦਰਸ਼ਕ ਅਨੰਦਪੁਰ ਸਾਹਿਬ ਤੋਂ ਦੂਰੋਂ ਵੀ ਸਾਨੂੰ ਸੁਣ ਰਹੇ ਨੇ, ਜੇਕਰ ਉਹ ਵੈਸੇ ਅਨੰਦਪੁਰ ਸਾਹਿਬ ਬਾਰੇ ਨਾ ਜਾਣਦੇ ਹੋ ਤਾਂ ਹੋਲੇ ਮਹੱਲੇ ਨੂੰ ਸਾਰੇ ਜਾਣਦੇ ਨੇ। ਔਰ ਹੋਲੇ ਮਹੱਲੇ ਦਾ ਜਿੱਥੇ ਸਮਾਗਮ ਮਹੱਲਾ ਹੁੰਦਾ, ਜਿੱਥੇ ਨਿਹੰਗ ਫੌਜਾਂ ਕਰਤੱਬ ਦਿਖਾਉਂਦੀਆਂ ਨੇ, ਉਹ ਸਟੇਡੀਅਮ ਹੈ, ਚਰਨ ਗੰਗਾ ਸਟੇਡੀਅਮ ਜਿਹਨੂੰ ਕਹਿੰਦੇ ਆ, ਉੱਥੇ ਜਾਂ ਤਾਂ ਹੋਲੇ ਮਹੱਲੇ ਦੇ ਸਮਾਗਮ ਹੁੰਦੇ ਨੇ ਜਾਂ ਫਿਰ ਸਟੇਡੀਅਮ ਬਣਨ ਤੋਂ ਬਾਅਦ 15 ਅਗਸਤ ਔਰ 26 ਜਨਵਰੀ ਦੇ ਸਮਾਗਮ ਹੁੰਦੇ ਨੇ। ਪਰ ਜਿਹੜੇ ਸਥਾਨਕ ਸੰਗਠਨ ਸੀਗੇ, ਜਿਹੜੇ ਕਲਚਰ ਐਕਟੀਵਿਟੀਆਂ ਕਰਾਉਣ ਵਾਲੀਆਂ ਸੰਸਥਾਵਾਂ ਸੀਗੀਆਂ, ਉਹ ਅਕਸਰ ਉਹਦੀ ਪਾਰਕਿੰਗ ਚੁਣਦੀਆਂ ਸੀ, ਸਟੇਡੀਅਮ ਨਹੀਂ ਚੁਣਦੀਆਂ ਸੀ, ਕਿਉਂਕਿ ਪਾਰਕਿੰਗ ਦੇ ਵਿੱਚ 300-400 ਬੰਦਾ ਵੀ ਆ ਜਾਵੇ ਤਾਂ ਭਰਿਆ ਲੱਗਦਾ ਸੀ, ਪਰ ਸਟੇਡੀਅਮ ਦੇ ਵਿੱਚ 5,000 ਬੰਦਾ ਆ ਕੇ ਹੀ ਲੱਗਦਾ ਸੀ ਕਿ ਕੁਛ ਭਰਿਆ। ਸੋ ਅਸੀਂ ਦੋਨੇ ਵਾਰ ਉਹ ਸਟੇਡੀਅਮ ਚੁਣਿਆ। ਸੋ ਇਹ ਵੀ ਇਹ ਮਾਣ ਇਸੇ ਲਈ ਆ ਕਿ ਸਾਨੂੰ ਆਪਣੀ ਟੀਮ 'ਤੇ, ਆਪਣੇ ਬੱਚਿਆਂ 'ਤੇ, ਆਪਣੇ ਅਨੰਦਪੁਰ ਸਾਹਿਬ ਦੀ ਨਗਰੀ 'ਤੇ, ਆਪਣੇ
ਦਰਸ਼ਕਾਂ ਤੇ ਇਲਾਕਿਆਂ ਤੇ ਭਰੋਸਾ ਸੀਗਾ ਕਿ ਉਹ ਸਾਨੂੰ ਸੁਣਨ ਆਉਂਦੇ ਨੇ, ਸਾਨੂੰ ਦੇਖਣ ਆਉਂਦੇ ਨੇ, ਇਸ ਲਈ ਦੋਨੇ ਵਾਰ ਅਸੀਂ ਉਹ ਸਟੇਡੀਅਮ ਚੁਣਿਆ। ਤੇ ਤੀਸਰੀ ਵਾਰ ਜਦੋਂ ਕਵੀ ਦਰਬਾਰ ਕਰਾਇਆ ਸੀ ਤਦ ਵੀ ਅਸੀਂ ਉਸੇ ਸਟੇਡੀਅਮ ਦੀਆਂ ਪੌੜੀਆਂ ਚੁਣੀਆਂ ਸੀਗੀਆਂ, ਉਹਨਾਂ ਪੌੜੀਆਂ ਤੇ ਤਦ ਵੀ 200 ਤੋਂ ਵੱਧ ਬੰਦਾ ਉਸ ਕਵੀ ਦਰਬਾਰ 'ਚ ਵੀ ਸ਼ਾਮਿਲ ਸੀਗਾ। ਸੋ ਇਸ ਲਈ ਔਰ ਸਾਡੇ ਅਸੀਂ ਤੈਅ ਕਰਕੇ ਬੁਲਾਉਂਦੇ ਸੀਗੇ ਕਿ ਜਿਹੜਾ ਇਲਾਕੇ ਦਾ ਨੁਮਾਇੰਦਾ ਹੋਏਗਾ ਉਹ ਬੁਲਾਵਾਂਗੇ, ਕੋਈ ਪੋਲੀਟੀਕਲੀ ਮਤਲਬ ਨਹੀਂ। ਇੱਕ ਵਾਰ ਤਾਂ ਮੈਨੂੰ ਇਹ ਵੀ ਯਾਦ ਹੈ ਕਿ ਅਸੀਂ ਤੈਅ ਕਰ ਲਿਆ ਸੀਗਾ ਕਿ ਪ੍ਰੋਗਰਾਮ 19 ਤਰੀਕ ਨੂੰ ਹੈ, ਸਮਾਗਮ ਦੀ ਤਰੀਕ ਤੈਅ ਸੀ ਨੱਚਦਾ ਪੰਜਾਬ ਦੀ, ਔਰ ਅਸੀਂ ਕਿਹਾ ਸੀਗਾ ਕਿ ਮੁੱਖ ਮਹਿਮਾਨ ਉਹ ਹੋਏਗਾ ਜਿਹੜਾ ਮੌਜੂਦਾ MP ਬਣੇਗਾ, ਕਿਉਂਕਿ ਉੱਧਰ MP ਦੀਆਂ ਵੋਟਾਂ ਪੈਣ ਵਾਲੀਆਂ ਸੀ। ਸੋ ਜਿਹੜਾ ਜਿੱਤ ਗਿਆ ਹੈਗਾ ਅਸੀਂ ਉਹਨੂੰ ਸੱਦਾਂਗੇ, ਸਾਨੂੰ ਪਤਾ ਹੈ ਉਹਦੇ ਪਿੱਛੇ ਮੈਨੂੰ ਪੋਲੀਟੀਕਲੀ ਤੰਗ ਵੀ ਕੀਤਾ ਗਿਆ ਉਸ ਮੌਕੇ, ਪਰ ਉਹਦੇ ਬਾਵਜੂਦ ਉਹ MP ਨੂੰ ਆਉਣਾ ਪਿਆ ਤੇ ਸਟੇਜ ਤੇ ਆਉਣਾ ਪਿਆ, ਕਿਉਂਕਿ ਮੈਂ ਕਹਿਤਾ ਸੀਗਾ ਜਦੋਂ ਮੈਨੂੰ ਕਿਹਾ ਗਿਆ ਕਿ ਨਹੀਂ ਜੀ ਸਾਨੂੰ ਸਥਾਨਕ ਪਾਰਟੀ ਵਾਲੇ ਸਾਡੇ ਕਹਿੰਦੇ ਨੇ ਕਿ ਹੁਣ ਆਪਾਂ ਨਾ ਜਾਈਏ ਸਟੇਜ ਤੇ ਕਿਉਂਕਿ ਇਹਨਾਂ ਨੇ ਸਾਡੀ ਪਾਰਟੀ ਨੂੰ ਨਹੀਂ ਬੁਲਾਇਆ। ਮੈਂ ਕਿਹਾ ਜੀ ਮੈਂ MP ਨੂੰ ਬੁਲਾਇਆ, ਮੈਂ ਤੁਹਾਡੀ ਪਾਰਟੀ ਦਾ ਵਰਕਰ ਨਹੀਂ ਹਾਂ, ਮੈਂ ਸਾਰੇ ਪੰਜਾਬ ਦਾ ਸਮਾਗਮ ਹੈ, ਆਨੰਦਪੁਰ ਸਾਹਿਬ ਦਾ ਸਾਂਝਾ ਸਮਾਗਮ ਹੈ। ਤੇ ਉਹ ਕਹਿੰਦੇ ਨਹੀਂ ਮੈਂ ਪ੍ਰਧਾਨ ਜੀ ਦੇ ਘਰੇ ਬੈਠਾ ਹੈ, ਉਹਨਾਂ ਨੂੰ ਸੱਦਾ ਨਹੀਂ। ਮੈਂ ਜੀ ਮੇਰੇ ਮੁੰਡੇ ਦਾ ਵਿਆਹ ਨਹੀਂ ਗਾ ਕਿ ਮੈਂ ਕਾਰਡ ਦੇਣ ਕੱਲੇ ਕੱਲੇ ਦੇ ਘਰੇ ਜਾਵਾਂ, ਇਹ ਸਾਂਝਾ ਸਮਾਗਮ ਆ, ਆਉਣਾ ਸਭ ਦਾ ਫਰਜ਼ ਬਣਦਾ। ਤੇ ਜਦੋਂ ਉਹਨਾਂ ਨੇ ਇਹ ਗੱਲ ਕੀਤੀ ਕਿ ਮੈਂ ਆ ਨਹੀਂ ਸਕਦਾ, ਮੈਨੂੰ ਮਾਫ਼ੀ ਮੈਨੂੰ, ਮੈਂ ਕਿਹਾ ਠੀਕ ਹੈ ਜੀ ਨਾ ਆਓ ਸਟੇਜ ਤੋਂ। ਮੈਂ ਕਹਿਣ ਲੱਗਿਆ ਜਿਹੜਾ 10,000 ਬੰਦਾ ਬੈਠਾ, ਬੈਠਾ 4-5,000 ਸੀ, ਪਰ ਮੈਂ ਕਹਿਣਾ ਵੀ ਹੁੰਦਾ ਨਾ ਉਸ, ਮੈਂ ਕਿਹਾ ਜਿਹੜਾ 10,000 ਬੰਦਾ ਬੈਠਾ ਮੈਨੂੰ ਕਹਿਣ ਲੱਗਿਆ ਕਿ MP ਸਾਹਿਬ ਨੂੰ ਜਿਹਨੇ ਹੁਣੇ ਵੋਟਾਂ ਪਾ ਕੇ ਤੁਸੀਂ ਜਿਤਾਇਆ, ਉਹ ਕਹਿੰਦੇ ਮੈਨੂੰ ਲੋਕਾਂ ਦੀ ਲੋੜ ਨਹੀਂ, ਮੈਨੂੰ ਚੰਦ ਪ੍ਰਧਾਨ ਚਾਹੀਦੇ ਨੇ। ਕਹਿੰਦੇ ਨਹੀਂ ਨਹੀਂ ਮੈਂ ਹੁਣੇ ਆਇਆ, ਭੱਜੇ ਆਏ ਸਟੇਜ ਤੇ ਆਏ, ਉਦਘਾਟਨ ਕੀਤਾ ਸਾਰਾ ਸਮਾਗਮ। ਇਹ ਗੱਲਾਂ ਉਸ ਸਮੇਂ ਆਪਾਂ ਤੁਹਾਨੂੰ ਨਹੀਂ ਦੱਸੀਆਂ, ਸੋ ਅੱਜ ਮੈਂ ਦਰਸ਼ਕਾਂ ਨੂੰ ਦੱਸ ਰਿਹਾ। ਸੋ ਇਸ ਲਈ ਇਹ ਚੀਜ਼ਾਂ ਜੋ ਵੀ ਆਪਾਂ ਲੰਘੇ, ਉਹਨੇ ਸਾਨੂੰ ਸਿਖਾਇਆ ਬਹੁਤ ਕੁਛ। ਉਸ ਸਮੇਂ ਤਾਂ ਬੱਚੇ ਸੀ, ਸਾਨੂੰ ਪਤਾ ਹੀ ਨਹੀਂ ਸੀ ਕਿ ਰਾਜਨੀਤੀ ਵੀ ਏਦਾਂ ਹੁੰਦੀ ਆ, ਸਾਡੇ ਨਾਲ ਇੱਦਾਂ ਖੇਲ ਹੋਏਗਾ। ਸੋ ਅਸੀਂ ਤਾਂ ਰੁਪਈਆ ਰੁਪਈਆ ਸੋਨੀਆ, ਆਪਾਂ ਕੁਰਸੀਆਂ ਆਪ ਲਾਉਂਦੇ ਸੀ, ਸਟੇਜ ਆਪ ਲਾਉਂਦੇ ਸੀ, ਰਾਤ ਨੂੰ ਸਟੇਜ ਤੇ ਸੌਂਦੇ ਰਹੇ ਆਪਾਂ ਉਹਨਾਂ ਸਟੇਜਾਂ ਤੇ, ਘਰੋਂ ਸਿਰਫ ਨਮਕੀਨ ਚੌਲ ਬਣ ਕੇ ਆ ਜਾਂਦੇ ਸੀ, ਡੋਲੂ ਭਰ ਕੇ ਦੋ ਦੋ ਆਪਾਂ ਉਹ ਖਾਂਦੇ ਰਹੇ, ਉਹ ਸਟੇਜ ਤੇ ਆਪ ਸਟੇਜ ਲਾ ਕੇ ਉੱਥੇ ਹੀ ਸੋਣਾ ਤੇ ਸਵੇਰ ਨੂੰ ਪਰਫਾਰਮ ਕਰਨਾ। ਸੋ ਇਹ ਬੱਚਿਆਂ ਦੇ ਵਿੱਚ ਜੂਝਣ ਦੀ ਤਾਕਤ ਸੀ, ਉਹ ਨਿਆਣੇ ਮੈਂ ਅੱਜ ਮਾਣ ਨਾਲ ਕਹਿ ਸਕਦਾ ਕਿ ਤੁਸੀਂ ਸਾਰੇ ਜਿਹਨਾਂ ਨੇ ਉਹ ਸਟੇਜ ਤੇ ਪਰਫਾਰਮ ਕਰ ਲਿਆ, ਉਹ ਜ਼ਿੰਦਗੀ ਦੀ ਕਿਸੇ ਮੁਸ਼ਕਲ ਨੂੰ ਫਿਰ ਘਬਰਾਉਣਗੇ ਨਹੀਂ, ਹਰ ਮੁਸ਼ਕਲ ਦਾ ਸਾਹਮਣਾ ਕਰ ਸਕਦੇ ਨੇ। ਜਿਵੇਂ ਮੀਂਹ ਨੇ ਸਾਡਾ ਰਾਹ ਰੋਕਣ ਦੀ ਕੋਸ਼ਿਸ਼ ਕੀਤੀ, ਜਿਵੇਂ ਰਾਜਨੀਤੀ ਨੇ ਸਾਡਾ ਰਾਹ ਰੋਕਣ ਦੀ ਕੋਸ਼ਿਸ਼ ਕੀਤੀ, ਜਿਵੇਂ ਕੁਝ ਧਿਰਾਂ ਨੇ ਸਾਨੂੰ ਤੰਗ ਕਰਨ ਦੀ ਕੋਸ਼ਿਸ਼ ਕੀਤੀ, ਉਹਦੇ ਬਾਵਜੂਦ ਆਪਾਂ ਸਫਲ ਹੋ ਕੇ ਨਿਕਲਦੇ ਰਹੇ ਔਰ ਪਿਆਰ ਮਿਲਦਾ ਰਿਹਾ। ਸੋ ਇਸ ਲਈ ਇਹ ਭੁੱਲਿਆ ਨਹੀਂ ਜਾ ਸਕਦਾ। ਦੀਪਕ ਸ਼ਰਮਾ ਜੀ, ਇਹ ਨਾਂ ਤਾਂ ਆਨੰਦਪੁਰ ਵਾਲੇ ਸਾਰੇ ਜਾਣਦੇ ਨੇ, ਇਸ ਏਰੀਆ ਵਾਲੇ ਸਾਰੇ ਜਾਣਦੇ ਨੇ, ਪਰ ਜਦੋਂ ਦੀਪਕ ਸ਼ਰਮਾ ਜੀ ਉੱਭਰ ਕੇ ਆਏ ਆਪਣੇ ਕਿੱਤੇ ਨਾਲ, ਬਣਨਾ ਤਾਂ ਕੁਛ ਹੋਰ ਚਾਹੁੰਦੇ ਸੀ ਔਰ ਬਣ ਕੇ ਕੁਛ ਹੋਰ ਨਿਕਲੇ, ਫਿਰ ਉਹਨਾਂ ਦੇ ਨਾਮ ਨਾਲ ਇੱਕ ਸ਼ਬਦ ਜੁੜਿਆ, ਚਨਾਰਥਲ। ਇਹ ਸ਼ਬਦ ਸਾਰਿਆਂ ਲਈ ਬਹੁਤ ਹੀ ਖਿੱਚ ਦਾ ਕਾਰਨ ਬਣਦਾ ਹੈ ਕਿ ਦੀਪਕ ਸ਼ਰਮਾ ਚਨਾਰਥਲ ਕਦੋਂ ਹੋ ਗਏ, ਇਹ ਸ਼ਬਦ ਤੁਹਾਡੀ ਲਾਈਫ ਵਿੱਚ ਕਦੋਂ ਕਿਵੇਂ ਆਇਆ? ਸੁਣਿਆ ਅਕਸਰ ਕਿ ਖਾਸ ਕਰਕੇ ਤੁਹਾਡਾ ਸਵਾਲ ਬਹੁਤ ਜਾਇਜ਼ ਔਰ ਵਾਜਬ ਆ, ਕਿਉਂਕਿ ਜਦੋਂ ਤੱਕ ਆਪਾਂ ਇਕੱਠੇ ਕੰਮ ਕਰਦੇ ਰਹੇ ਹਾਂ, ਚਾਹੇ ਤੁਸੀਂ ਬੱਚੇ ਹੋ ਮੇਰੇ ਲਈ ਸਾਡੇ, ਅਤੇ ਪਰ ਆਪਾਂ ਟੀਮ 'ਚ ਕੰਮ ਕੀਤਾ, ਇਕੱਠਿਆਂ ਨੇ ਮਿਲ ਕੇ ਸੰਗਠਨ 'ਚ ਕੰਮ ਕੀਤਾ, ਅਤੇ ਉਸ ਦੌਰਾਨ ਮੈਨੂੰ ਸਾਰਾ ਇਲਾਕਾ ਦੀਪਕ ਸ਼ਰਮਾ ਦੇ ਨਾਂ ਨਾਲ ਜਾਣਦਾ ਸੀ। ਸੋ ਜਦੋਂ ਇਸ ਮੌਕੇ ਮੇਰੇ ਨਾਂ ਨਾਲ ਜਦੋਂ ਚਨਾਰਥਲ ਵਜੋਂ ਜਾਣਿਆ ਜਾਂਦਾ ਤਾਂ ਆਨੰਦਪੁਰ ਸਾਹਿਬ ਤੋਂ ਅਕਸਰ ਮੇਰੇ ਮਿੱਤਰ ਸੱਜਣ ਚਾਹੁਣ ਵਾਲੇ ਪਿਆਰ ਕਰਨ ਵਾਲੇ ਜਿੱਥੇ ਮਿਲਦੇ ਨੇ, ਭਾਅ ਜੀ ਆਨੰਦਪੁਰ ਸਾਹਿਬ ਵੀ ਲਾਓ ਨਾਂ ਦੇ ਨਾਲ, ਮੈਂ ਕਿਹਾ ਆਨੰਦਪੁਰ ਸਾਹਿਬ ਤਾਂ ਮੇਰੇ ਅੰਦਰ ਵੱਸਦਾ, ਉਹ ਮੇਰੀ ਕਿਰਤ ਦੀ ਭੂਮੀ ਆ, ਸੋ ਇਸ ਲਈ ਉਹਨੂੰ ਤਾਂ ਭੁਲਾਇਆ ਨਹੀਂ ਜਾ ਸਕਦਾ। ਹਾਂ, ਚਨਾਰਥਲ ਤੱਕ ਸਵਾਲ ਹੈ, ਮੇਰਾ ਪਿੰਡ ਹੈ, ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਜਿੱਥੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੈ, ਜਿੱਥੋਂ ਸਾਨੂੰ ਚਾਨਣ ਮਿਲਦਾ, ਦੁਨੀਆ ਦੀ ਸਭ ਤੋਂ ਵੱਡੀ ਲਾਸ਼ਾਨੀ ਸ਼ਹਾਦਤ ਜਿਸ ਥਾਂ 'ਤੇ ਹੁੰਦੀ ਆ। ਸੋ ਉਸ ਜ਼ਿਲ੍ਹੇ ਦਾ ਸਭ ਤੋਂ ਵੱਡਾ ਪਿੰਡ ਹੈ ਚਨਾਰਥਲ ਕਲਾਂ, ਅਤੇ ਮੈਨੂੰ ਇਹ ਮਹਿਸੂਸ ਹੁੰਦਾ ਸੁਣੀਆ ਕਿ ਲੋਕ ਪਿੰਡਾਂ ਦੇ ਵਿੱਚੋਂ ਨਿਕਲ ਕੇ ਆ ਜਾਂਦੇ ਨੇ, ਸ਼ਹਿਰਾਂ ਦੇ ਵਿੱਚ ਆ ਵੱਸਦੇ ਨੇ, ਅਤੇ ਫਿਰ ਉਹ ਜਦੋਂ ਪਿੰਡਾਂ 'ਚ ਮੁੜਦੇ ਨੇ ਤਾਂ ਲਾਸ਼ਾਂ ਬਣ ਕੇ ਮੁੜਦੇ ਨੇ, ਮਤਲਬ ਕਿ ਫਿਰ ਬੱਚੇ ਉਹਨਾਂ ਨੂੰ ਲੈ ਕੇ ਜਾਂਦੇ ਨੇ। ਅਤੇ ਮੈਂ ਇੱਕ ਤਾਂਘ ਰੱਖਦਾ ਕਿ ਮੈਂ ਚੰਡੀਗੜ੍ਹ ਵਰਗੇ ਸ਼ਹਿਰ 'ਚ ਜੇ ਰਹਿਣਾ, ਇਸ ਪੱਥਰਾਂ ਦੇ ਸ਼ਹਿਰ 'ਚੋਂ ਜਿਉਂਦਾ ਜੀ ਪਿੰਡ ਵਾਪਸ ਮੁੜਾਂ, ਮੇਰੀ ਅੰਤਮ ਦਿਨ ਮੇਰੇ ਪਿੰਡ 'ਚ ਗੁਜ਼ਰਨ। ਸੋ ਇਸ ਲਈ ਮੈਂ ਪਿੰਡ 'ਚੋਂ ਨਿਕਲ ਆਇਆ, ਪਰ ਪਿੰਡ ਮੇਰੇ 'ਚੋਂ ਨਹੀਂ ਨਿਕਲਿਆ, ਅਤੇ ਮੈਂ ਤੈਅ ਕੀਤਾ ਕਿ ਮੈਂ ਆਪਣੀ ਪਹਿਚਾਣ ਆਪਣੇ ਪਿੰਡ ਦੇ ਨਾਂ ਨਾਲ ਬਣਾਵਾਂਗਾ। ਸੋ ਅੱਜ ਜੇਕਰ ਮੈਨੂੰ ਦੇਸ਼ ਦੇ ਨਾਲ ਨਾਲ ਦੁਨੀਆ ਭਰ ਦੇ ਵਿੱਚ ਜਾਣਿਆ ਜਾਂਦਾ ਤਾਂ ਦੀਪਕ ਸ਼ਰਮਾ ਚਨਾਰਥਲ ਦੇ ਨਾਮ ਨਾਲ ਜਾਣਿਆ ਜਾਂਦਾ, ਔਰ ਇਹਦੇ ਲਈ ਮੈਂ ਜਿੱਥੇ ਮਾਣ ਮਹਿਸੂਸ ਕਰਦਾ ਉੱਥੇ ਮੇਰਾ ਪਿੰਡ। ਇੱਥੋਂ ਤੱਕ ਸੋਨੀਆ ਜੀ, ਖਾਸ ਗੱਲ ਇਹ ਆ ਕਿ ਪੰਜਾਬ ਦੇ ਵਿੱਚ 3 ਚਨਾਰਥਲ ਨੇ, ਇੱਕ ਮੇਰਾ ਜੱਦੀ ਪਿੰਡ ਚਨਾਰਥਲ ਕਲਾਂ, ਇੱਕ ਉਹ ਤੋਂ ਹੀ 1 ਕਿਲੋਮੀਟਰ ਪਹਿਲਾਂ ਚਨਾਰਥਲ ਖੁਰਦ, ਮਤਲਬ ਚਨਾ ਕਲਾਂ ਦਾ ਮਤਲਬ ਬੜਾ ਹੁੰਦਾ, ਖੁਰਦ ਦਾ ਮਤਲਬ ਛੋਟਾ ਹੁੰਦਾ, ਬੜਾ ਚਨਾਰਥਲ ਅਤੇ ਛੋਟਾ, ਦੋਵੇਂ ਨਾਲ ਨਾਲ ਨੇ।
ਸੋ ਇਸ ਲਈ ਉਹ ਵੀ ਪਿੰਡ ਮੇਰਾ ਬਣ ਗਿਆ। ਪਰ ਇੱਕ ਪਿੰਡ ਬਠਿੰਡਾ ਇਲਾਕੇ 'ਚ ਪੈਂਦਾ, ਮੌੜ ਮੰਡੀ ਕੰਨੀ ਉੱਧਰ ਇੱਕ ਚਨਾਰਥਲ ਪੈਂਦਾ। ਸੋ ਉੱਥੋਂ ਵੀ ਅਕਸਰ ਮੈਨੂੰ ਫੋਨ ਆਉਂਦੇ ਨੇ। ਉੱਥੇ ਦੀ ਇੱਕ ਖਾਸ ਘਟਨਾ ਇਹ ਹੋਈ ਕਿ ਇੱਕ ਵਾਰ ਕੋਈ ਸਾਡਾ ਪੱਤਰਕਾਰ ਸਾਥੀ ਗਿਆ ਅਤੇ ਉਹ ਕਹਿੰਦਾ ਬਾਈ ਜੀ ਮੈਂ ਤੁਹਾਡੇ ਪਿੰਡ ਖੜਾ ਅਤੇ ਦੱਸੋ ਕੋਈ ਕੁਛ ਲਿਆਉਣਾ ਤਾਂ ਨਹੀਂ। ਮੈਂ ਕਿਹਾ ਪਿੰਡ ਤਾਂ ਹੁਣ ਸਾਰਾ ਹੀ ਮੇਰਾ ਹੈ, ਪਰ ਪਿੰਡ 'ਚ ਮੇਰਾ ਸਿੱਧਾ ਪਰਿਵਾਰ ਮੈਂਬਰ ਤਾਂ ਕੋਈ ਰਹਿੰਦਾ। ਮੈਂ ਕਿਹਾ ਗੱਲ ਕਰਾ ਦੇ ਤੂੰ ਕਿੱਥੇ ਖੜਾ ਕਿਹਦੇ ਨਾਲ। ਕਹਿੰਦਾ ਬਾਈ ਜੀ ਸੱਥ 'ਚ ਬਾਹਰ ਚੌਂਕ 'ਤੇ ਖੜੇ ਹਾਂ, ਇੱਦਾਂ ਇੱਦਾਂ ਉਹ ਪਿੱਪਲ ਥੱਲੇ, ਮੈਂ ਗੱਲ ਕਰਾਂ। ਜਦੋਂ ਗੱਲ ਕਰਾਈ ਤਾਂ ਉਹ ਖੜਾ ਸੀ ਬਠਿੰਡਾ ਵਾਲੇ ਉੱਥੇ, ਅਤੇ ਚਲੋ ਮੇਰੀ ਗੱਲ ਹੋ ਗਈ। ਮੈਂ ਕਿਹਾ ਜੀ ਫੜਾਇਓ ਦੁਬਾਰਾ ਫੋਨ ਪੱਤਰਕਾਰ ਨੂੰ। ਅਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਬਾਈ ਪਿੰਡ ਤਾਂ ਇਹ ਚਨਾਥਲ ਆ ਪਰ ਮੇਰੇ ਵਾਲਾ ਨਹੀਂ ਗਾ, ਮੇਰਾ ਫਤਿਹਗੜ੍ਹ ਜ਼ਿਲ੍ਹੇ 'ਚ, ਅਸੀਂ ਬਠਿੰਡਾ ਵਾਲੇ। ਕਹਿੰਦਾ ਅੱਛਾ, ਮੈਂ ਇਹਨਾਂ ਨੂੰ ਕਿਹਾ ਸੀਗਾ ਕਿ ਜਿਹੜਾ ਪੱਤਰਕਾਰ ਆ ਚਨਾਥਲ ਕਲਾਂ ਵਾਲਾ, ਚਨਾਥਲ ਵਾਲਾ ਕਿਉਂ ਤੁਹਾਡਾ? ਇਹ ਕਹਿੰਦਾ, ਕਹਿੰਦੇ ਹਾਂਜੀ ਸਾਡੀ ਪਿੰਡ ਦਾ ਬਹੁਤ ਦੇਰ ਪਹਿਲਾਂ ਚੱਲ ਗਏ ਸੀ। ਮੈਂ ਕਿਹਾ ਹੁਣ ਦੀਪਕ ਸਾਰਿਆਂ ਦਾ ਹੈ, ਸੋ ਇਸ ਲਈ ਉਹ ਮਾਣ ਮਹਿਸੂਸ ਕਰਦੇ ਨੇ। ਇਸੇ ਤਰ੍ਹਾਂ ਇੱਕ ਪਿੰਡ ਹਰਿਆਣੇ 'ਚ ਪੈਂਦਾ ਚਨਾਥਲ, ਸੋ ਪਰ ਮੈਂ ਆਪਣੇ ਨਾਂ ਨਾਲ ਆਪਣਾ ਪਿੰਡ ਲਾਇਆ, ਪਰ ਮੈਨੂੰ ਲੱਗਦਾ ਮੈਨੂੰ ਸਾਰੇ ਪੰਜਾਬ ਨੇ ਜਾਂ ਸਾਰੇ ਦੇਸ਼ ਨੇ ਜਾਂ ਦੁਨੀਆ ਨੇ ਅਪਣਾ ਲਿਆ। ਸੋ ਅੱਜ ਜਿਸ ਤਰ੍ਹਾਂ ਦਾ ਪਿਆਰ, ਜਿਸ ਤਰ੍ਹਾਂ ਦਾ ਮੋਹ ਮਿਲ ਰਿਹਾ, ਸੋ ਇਹ ਪਿੰਡ ਮੇਰੇ ਨਾਲ ਜੁੜ ਕੇ ਰਿਹਾ। ਪਰ ਤੁਸੀਂ ਇੱਕ ਗੱਲ ਕਹੀ, ਉਹ ਮੈਨੂੰ ਸਮਝ ਨਹੀਂ ਆਈ, ਮੈਂ ਉਹ ਥੋੜ੍ਹਾ ਜਿਹਾ ਦੁਬਾਰਾ ਜਾਣਨਾ ਚਾਹੁੰਦਾ। ਤੁਸੀਂ ਕਿਹਾ ਕਿ ਬਣਨਾ ਕੁਝ ਹੋਰ ਚਾਹੁੰਦੇ ਸੀ, ਬਣ ਕੁਝ ਹੋਰ ਗਏ, ਮਤਲਬ ਜਿਹੜੀ ਦੀਪਕ ਸ਼ਰਮਾ ਜੀ ਨੂੰ ਮੈਂ ਜਾਣਦੀ ਹਾਂ, ਉਹਨਾਂ 'ਚ ਤਾਂ ਸੀਗੀ ਇੱਕ ਐਸੀ ਸਟੇਜ ਪਾਉਣ ਲਈ ਜਿਹਦੇ 'ਚ ਪੂਰੀ ਉਹਨਾਂ ਨੂੰ ਦੇਖੇ ਨਹੀਂ, ਦੇਖਦੀ ਆ ਪੂਰੀ ਦੁਨੀਆ, ਸੁਣਦੀ ਆ ਤੇ ਦੇਖਦੀ ਆ। ਇਹ ਤੋਂ ਬਾਅਦ ਹਾਂ ਮੈਂ ਦੱਸ ਦਿੰਦਾ ਕਿ ਮੈਂ ਦਿੱਲੀ ਜਦੋਂ ਪਲੱਸ ਵਨ ਪਲੱਸ ਟੂ 'ਚ ਪੜ੍ਹ ਰਿਹਾ ਸੀਗਾ ਤੇ ਸਾਡੇ ਪਲੱਸ ਟੂ ਦੇ ਬੋਰਡ ਦੇ ਪੇਪਰ ਸੀ। ਪ੍ਰਾਈਵੇਟ ਸਕੂਲ ਸੀਗਾ, ਭੂਆ ਕੋਲ ਰਹਿ ਕੇ ਪੜ੍ਹ ਰਿਹਾ ਸੀਗਾ ਤੇ ਸਾਰੀ ਕਲਾਸ 'ਚ ਮੈਂ ਹੀ ਇੱਕ ਬੱਚਾ ਸੀਗਾ ਜਿਹੜਾ ਸਾਈਕਲ 'ਤੇ ਜਾਂਦਾ ਸੀ। ਉਹ ਵੀ ਫੁੱਫੜ ਜੀ ਨੇ ਆਪਣੀ ਫੈਕਟਰੀ 'ਚੋਂ ਆਪਣੇ ਕਿਸੇ ਸਾਥੀ ਦਾ, ਕਿਸੇ ਮਜ਼ਦੂਰ ਦਾ, ਗੇਟਮੈਨ ਦਾ, ਉਹਦਾ ਬੱਚਾ ਪੜ੍ਹ ਕੇ ਸਕੂਲ ਤੋਂ ਨਿਕਲ ਗਿਆ ਅਤੇ ਉਹਦਾ ਸਾਈਕਲ ਸੀ, ਲਾਲ ਸਾਈਕਲ, ਕੁੜੀ ਵਾਲਾ ਸਾਈਕਲ ਸੀ, ਅਤੇ ਮੈਂ ਉਹਨੂੰ ਲੋਹੇ ਦੀ ਚੈਨ ਲਾ ਕੇ ਤਾਲਾ ਲਾਉਂਦਾ ਸੀਗਾ। ਅਤੇ ਬਾਕੀ ਸਾਰੀ ਕਲਾਸ ਜਾਂ ਕਾਰਾਂ 'ਚ ਆਉਂਦੀ ਸਮੇਂ ਵੀ ਅਤੇ ਜਾਂ ਬੱਸਾਂ ਛੱਡਣ ਆਉਂਦੀਆਂ ਸੀ ਜਾਂ ਪੇਰੈਂਟਸ ਛੱਡਣ ਆਉਂਦੇ ਸੀ, ਮੈਂ ਇਕੱਲਾ ਜਵਾਕ ਸੀਗਾ ਉਸ ਸਕੂਲ ਦੇ ਵਿੱਚ ਜਿਹੜਾ ਮੈਂ ਸਾਈਕਲ 'ਤੇ ਜਾਂਦਾ ਸੀ ਅਤੇ ਬੱਚੇ ਮੇਰੇ ਮਜ਼ਾਕ ਵੀ ਉਡਾਉਂਦੇ ਸੀ, ਪਰ ਮੈਂ ਪਰਵਾਹ ਨਹੀਂ ਕਰਦਾ। ਸੋ ਉਹ ਉਸ ਮੌਕੇ ਉੱਥੇ ਪੜ੍ਹਦੇ ਹਾਂ ਪਲੱਸ ਟੂ ਦੇ ਪੇਪਰਾਂ ਦੇ ਦੌਰਾਨ ਸਾਡੀ ਮੈਨੇਜਮੈਂਟ ਦਾ ਪੰਗਾ ਪੈਂਦਾ ਅਤੇ ਸਾਨੂੰ ਰੋਲ ਨੰਬਰ ਨਹੀਂ ਮਿਲਦੇ। ਜਦੋਂ ਰੋਲ ਨੰਬਰ ਅਲੋਟ ਨਹੀਂ ਹੁੰਦੇ ਤਾਂ ਅਸੀਂ ਸਕੂਲ ਦੇ ਬਾਹਰ ਧਰਨਾ ਲਾ ਦਿੰਦੇ ਹਾਂ ਅਤੇ ਮੈਂ ਬੱਚਿਆਂ ਨੂੰ ਪ੍ਰੇਰਿਤ ਕਰਦਾ ਕਿ ਆਪਾਂ ਧਰਨਾ ਲਾਉਣਾ, ਆਪਣਾ ਸਾਲ ਮਰ ਜੂਗਾ, ਬਰਬਾਦ ਹੋ ਜੂਗਾ। ਅਤੇ ਪੇਰੈਂਟਸ ਉਹਨਾਂ ਬੱਚਿਆਂ ਦੇ ਕਹਿੰਦੇ ਨੇ ਕਿ ਆਹ ਕਿਹੜੇ ਕੰਮਾਂ 'ਚ ਪੈ ਗਏ, ਅਸੀਂ ਗੱਲ ਕਰਦੇ ਹਾਂ ਮੈਨੇਜਮੈਂਟ ਨਾਲ, ਅਸੀਂ ਪੁਲਿਸ ਨਾਲ ਗੱਲ ਕਰਦੇ ਹਾਂ। ਪਰ ਮੈਂ ਧੰਨਵਾਦ ਕਰਦਾ ਦਿੱਲੀ ਦੇ ਉਹਨਾਂ ਨਿਆਣਿਆਂ ਦਾ ਵੀ ਜਿਹਨਾਂ ਨੂੰ ਮੈਂ ਮੰਨਦਾ ਸੀਗਾ ਕਿ ਇਹ ਬ੍ਰੈਡ ਪੀਜ਼ੇ ਖਾਣ ਵਾਲੇ ਨਿਆਣੇ ਇਹ ਧਰਨੇ 'ਤੇ ਕਿੱਥੇ ਬਹਿ ਜਾਣਗੇ। ਉਸ ਸਮੇਂ ਮੇਰੇ ਨਾਲ ਉਹ ਧਰਨਿਆਂ 'ਤੇ ਬੈਠੇ ਅਤੇ ਅਸੀਂ ਧਰਨਾ 6 ਦਿਨ ਚੱਲਿਆ। 7ਵੇਂ ਦਿਨ ਜਿੱਦਣ ਸਵੇਰ ਨੂੰ ਪਹਿਲਾ ਪੇਪਰ ਸੀ, ਉਹ ਤੋਂ ਇੱਕ ਰਾਤ ਪਹਿਲਾਂ ਸਾਨੂੰ ਸਕੂਲ ਦੇ ਸਾਹਮਣੇ ਮੰਦਰ ਦੀ ਲਾਈਟ 'ਚ ਰਾਤ ਨੂੰ 8 ਵਜੇ ਰੋਲ ਨੰਬਰ ਮਿਲੇ। ਪਰ ਉਹ ਧਰਨਿਆਂ ਦੇ ਦੌਰਾਨ ਰੋਜ਼ ਸ਼ਾਮ ਨੂੰ ਅਸੀਂ ਜਦੋਂ ਧਰਨਾ ਖਤਮ ਕਰਨਾ ਅਤੇ ਮੈਂ ਇੱਕ ਕਾਗਜ਼ ਦੇ ਉੱਤੇ ਪ੍ਰੈਸ ਨੋਟ ਮੰਗ ਖਬਰ ਲਿਖਣੀ ਕਿ ਆਹ ਕੁਛ ਹੋਇਆ, ਅੱਜ ਵਿਦਿਆਰਥੀਆਂ ਨੇ ਆਹ ਧਰਨਾ ਲਾਇਆ ਅਤੇ ਆਹ ਕੁਛ ਕੀਤਾ। ਅਤੇ ਉੱਥੇ ਰਾਸ਼ਟਰੀ ਸਹਾਰਾ ਅਖਬਾਰ, ਵੱਡੀ ਅਖਬਾਰ ਹੈ ਨੋਇਡਾ ਦੇ ਵਿੱਚ, ਉਹਦਾ ਦਫ਼ਤਰ ਸੀਗਾ। ਅਤੇ ਰੋਜ਼ ਮੇਰੇ ਨਾਲ ਇੱਕ ਦੋਸਤ ਨੇ, ਕਾਈਨੀ ਹੁੰਦਾ ਸੀ, ਕਨਾਈਟਿਕ ਕਹਿੰਦੇ ਆ ਉਹਨੂੰ, ਮੈਂ ਕਿਹਾ ਸਕੂਟਰੀ ਜੀ, ਜਦੋਂ ਐਕਟਿਵਾ ਉਕਟਰਾ ਨਹੀਂ ਸੀਗਾ, ਉਹ ਕਾਈਨੀ, ਅਤੇ ਉਹਦੇ ਨਾਲ ਬੈਠ ਕੇ ਜਾਣਾ ਅਤੇ ਅਸੀਂ ਗੇਟ 'ਤੇ ਉਹ ਖਬਰ ਫੜਾਇਆ ਹੋਣੀ। ਅਤੇ ਸਵੇਰ ਨੂੰ ਛੋਟੀ ਜਿਹੀ ਕੋਲਮ, 2 ਕੋਲਮ ਦੀ ਖਬਰ ਲੱਗ ਜਾਂਦੀ, ਸਾਡੇ ਲਈ ਵੱਡੀ ਗੱਲ ਸੀਗੀ, ਅਖਬਾਰ 'ਚ ਸਾਡੀ ਖਬਰ ਲੱਗੀ ਆ। ਸੋ ਜਦੋਂ 3 ਦਿਨ ਅਸੀਂ ਉਹ ਖਬਰ ਦੇਣ ਜਾਂਦੇ ਰਹੇ ਸੋਨੀਆ ਜੀ, ਤਾਂ 4th ਦਿਨ ਸਾਨੂੰ ਗੇਟ ਵਾਲੇ ਨੇ ਰੋਕ ਲਿਆ। ਰੋਕ ਕੇ ਕਹਿੰਦਾ ਕਿ 1 ਮਿੰਟ ਰੁਕੋ। ਅਸੀਂ ਪਹਿਲਾਂ ਤਾਂ ਘਬਰਾ ਗਏ ਕਿ ਹੋ ਗਿਆ, ਪਲੱਸ ਟੂ 'ਚ ਪੜ੍ਹਦੇ ਨਿਆਣੇ ਆ ਅਤੇ ਲੈ ਵੀ ਕੋਈ ਗਲਤੀ ਹੋ ਗਈ, ਪਤਾ ਨਹੀਂ। ਉਹਨੇ ਉੱਪਰ ਫੋਨ ਕੀਤਾ ਕਿ ਮੈਡਮ ਉਹ ਸਟੂਡੈਂਟ ਆਏ ਹੈ ਜੋ ਰੋਜ਼ ਖਬਰ ਦੇਣੇ ਆ, ਕਹਿੰਦੇ ਉਹਨਾਂ ਨੂੰ ਉੱਪਰ ਭੇਜ ਦਿਓ। ਅਸੀਂ ਹੋਰ ਡਰ ਗਏ ਅਤੇ ਸਾਨੂੰ ਉੱਪਰ ਬੁਲਾਇਆ ਗਿਆ ਅਤੇ ਉੱਪਰ ਅਸੀਂ, ਮੈਂ ਗਿਆ ਅਤੇ ਮੇਰੇ ਨਾਲ ਉਹ ਦੋਸਤ, ਉਹ ਮੇਰੇ ਪਿੱਛੇ ਹੋਵੇ, ਮੈਂ ਉਹਦੇ ਪਿੱਛੇ ਹੋਵਾਂ ਕਿ ਲੈ ਵੀ ਅੱਜ ਕਲਾਸ ਲੱਗਣੀ, ਪਤਾ ਨਹੀਂ ਕੀ ਹੋ ਗਿਆ। ਅਤੇ ਕੈਬਨ 'ਚ ਇੱਕ ਮੈਡਮ ਬੈਠੀ ਆ ਅਤੇ ਸਾਨੂੰ ਕਹਿੰਦੀ ਆ, ਇਹ ਖਬਰ ਆਪ ਦੇ ਕੇ ਜਾਤੇ ਹੋ, ਕੌਣ ਲਿਖਤਾ ਹੈ ਖਬਰ? ਅਸੀਂ ਚੁੱਪ ਇੱਕ ਦੂਏ ਕਹਿੰਦੀ ਦੇਖੀਏ ਅਤੇ ਬਤਾਓ ਬਤਾਓ। ਮੈਂ ਡਰਦੇ ਡਰਦੇ ਨੂੰ ਕਿਹਾ ਮੈਂ ਲਿਖਦਾ ਜੀ, ਬੈਠੋ ਕਹਿੰਦੀ। ਅਸੀਂ ਦੋਨੇ ਬੈਠ ਕੇ, ਉਹਨੇ ਪਾਣੀ ਮੰਗਾਇਆ ਅਤੇ ਅਸੀਂ ਪਾਣੀ ਨਹੀਂ ਪੀਤਾ, ਤਾਂ ਵੀ ਅਸੀਂ ਕਿਹਾ ਨਹੀਂ ਜੀ ਤੁਸੀਂ ਦੱਸੋ। ਕਹਿੰਦੀ ਕੌਣ ਸੀ ਕਲਾਸ ਮੈਂ ਪੜ੍ਹਦੇ? ਮੈਂ ਕਿਹਾ ਜੀ ਪਲੱਸ ਟੂ 'ਚ ਪੜ੍ਹਦਾ, ਕਿਆ ਕਰੋਗੇ ਅੱਗੇ ਜਾ ਕੇ? ਅਤੇ ਮੈਂ ਆਰਾਮ ਨਾਲ ਬੈਠਾ ਜਵਾਬ ਦੇ ਰਿਹਾ, ਜੋ ਮੰਮੀ ਪਾਪਾ ਕਹਿਣਗੇ ਜੀ ਉਹ ਕਰਾਂਗੇ ਜੀ, ਠੀਕ ਹੈ। ਕਹਿੰਦੀ ਆਹ ਲੈ ਮੇਰਾ ਕਾਰਡ, ਪਲੱਸ ਟੂ ਦੇ ਪੇਪਰਾਂ ਤੋਂ ਬਾਅਦ ਤੂੰ ਮੇਰੇ ਕੋਲ ਆ ਜਾਣਾ, ਤੈਨੂੰ ਇਸ ਅਖਬਾਰ ਦੇ ਵਿੱਚ ਬਤੌਰ ਪੱਤਰਕਾਰ ਮੈਂ ਨੌਕਰੀ ਰੱਖੂੰਗੀ ਅਤੇ ਤੈਨੂੰ ਮੈਂ ਕਹਿੰਦੀ ਕੋਰਸ ਕਰਾਊਂਗੀ। ਉਹਦਾ ਇੰਨਾ ਕਹਿਣ ਦੀ ਦੇਰ ਸੀ ਸੋਨੀਆ, ਮੈਂ ਉੱਠ ਕੇ ਖੜਾ ਹੋ ਗਿਆ ਅਤੇ ਮੈਂ ਪਹਿਲਾਂ ਉਹਨੂੰ ਹਿੰਦੀ ਜਵਾਬ ਦੇ ਰਿਹਾ ਸੀ, ਜਿੱਦਾਂ ਹੀ ਉਹਨੇ ਕਿਹਾ ਕਿ ਤੂੰ ਮੇਰੇ ਕੋਲ ਆ ਜਾਈਂ, ਤੈਨੂੰ ਪੱਤਰਕਾਰ ਦੀ ਨੌਕਰੀ ਅਤੇ ਕੋਰਸ ਵੀ ਮੈਂ ਕਰਾਊਂਗੀ, ਅਤੇ ਮੈਂ ਉੱਠ ਕੇ ਖੜਾਊਂਗਾ। ਮੈਂ ਕਿਹਾ ਮੈਡਮ ਜੀ ਕਿਹੜੀਆਂ ਗੱਲਾਂ ਕਰ ਦਿਓ, ਐਕਟਰ ਬਣਨਾ, ਬੰਬੇ ਜਾਣਾ, ਮੈਂ ਨਹੀਂ ਇਹ ਕੰਮ ਕਰਨੇ।
ਸੋ ਮੈਂ ਤਾਂ ਹੀ ਉਹ ਸਵਾਲ ਤੁਹਾਨੂੰ ਪੁੱਛਿਆ ਸੀਗਾ। ਬਿਲਕੁਲ ਮਨ ਚ ਸੀਗਾ, ਆਨੰਦਪੁਰ ਸਾਹਿਬ ਮੇਰੇ ਮਾਮਿਆਂ ਦੇ ਘਰ ਦੇ ਸਾਹਮਣੇ ਇੱਕ ਘਰ ਆ, ਮਹਿੰਦਰ ਅੰਕਲ ਕਹਿੰਦੇ ਸੀ ਉਹਨਾਂ ਨੂੰ। ਤੇ ਹਾਂ, ਤੇ ਉਹ ਜਦੋਂ ਮੈਂ ਸਵੇਰ ਨੂੰ ਕੋਠੇ ਤੇ, ਮਤਲਬ ਕਿ ਮੇਰੇ ਪੁੱਠੇ ਸਿੱਧੇ ਕੰਮ ਹੁੰਦੇ ਸੀ, ਪੈਂਟਾਂ ਮੈਂ ਉਹ ਸਾਈਡਾਂ ਦੇ ਬਟਨਾਂ ਲਾ ਕੇ ਵਾਲੀਆਂ ਪਾ ਜਾਣੀਆਂ, ਕਮੀਜ਼ਾਂ ਮੈਂ ਉਹ ਹੰਸ ਰਾਜ ਦੀ ਖੁੱਲੀ ਜੀ ਮੰਗ ਹੋਏ ਜੇ ਡਿਜ਼ਾਇਨ ਵਾਲੀਆਂ ਪਾ ਜਾਣੀਆਂ ਪੁੱਠੇ ਸਿੱਧੇ, ਹਨਾ, ਕਦੇ ਹੈਟ ਲੈ ਕੇ ਚਲੇ ਗਏ ਕਦੇ ਕੁਛ। ਬਿਲਕੁਲ ਸ਼ੌਂਕ ਸੀਗੇ ਉਹ ਜੇ, ਤੇ ਥੀਏਟਰ ਕਰਦੇ ਸੀ, ਯੂਨੀਵਰਸਿਟੀ ਲੈਵਲ ਤੇ ਮੈਡਲ ਜਿੱਤੇ ਨੇ, ਲਗਾਤਾਰ ਡਿਬੇਟ ਡੈਕਲਾਮੇਸ਼ਨ ਨਾਟਕ ਸਕਿੱਟਾਂ ਦੇ ਵਿੱਚ ਚੰਗਾ ਪਿਆਰ ਖੱਟਿਆ, ਕਿੰਨੇ ਮੁਕਾਬਲਿਆਂ ਚੋਂ ਘਰੇ ਮੋਇੰਟੋਆਂ ਦੇ, ਮਤਲਬ ਕੋਈ ਲੈਨ ਲੱਗੀ ਰਹਿੰਦੀ ਸੀ ਉਸ ਸਮੇਂ। ਸੋ ਇਸ ਲਈ ਉਹਦੇ ਵਿੱਚ ਇੱਕ ਸੁਪਨਾ ਸੀ। ਉਹ ਮਹਿੰਦਰ ਅੰਕਲ ਮੈਨੂੰ ਵਾਰ ਵਾਰ ਕਹਿੰਦੇ ਹੁੰਦੇ ਸੀ, ਐਕਟਰ ਤਾਂ ਇੰਨੇ ਲੰਬੇ ਹੁੰਦੇ ਨੇ, ਫਲਾਣਾ ਹੁੰਦੇ ਨੇ, ਮੈਂ ਕਹਿੰਦਾ ਲੈ ਸਲਮਾਨ ਖਾਨ ਤੇ ਅਮੀਰ ਖਾਨ ਨਹੀਂ ਦੇਖਿਆ। ਸੋ ਇਸ ਲਈ ਉਸ ਮੌਕੇ ਕੋਈ ਸ਼ੱਕ ਨਹੀਂ, ਪਰ ਜੋ ਕੁਦਰਤ ਨੂੰ ਮਨਜ਼ੂਰ ਹੁੰਦਾ ਔਰ ਜੋ ਤੁਹਾਡੇ ਅੰਦਰ ਹੈ ਤੁਹਾਨੂੰ ਆਪ ਨੂੰ ਨਹੀਂ, ਤਾਂ ਉਸ ਮੌਕੇ ਉਸ ਮੈਡਮ ਨੇ ਸ਼ਾਇਦ ਪਛਾਣਿਆ ਕਿ ਹਾਂ ਇਹਦੇ ਅੰਦਰ ਇੱਕ ਪੱਤਰਕਾਰ ਹੈ, ਪਰ ਮੇਰਾ ਮਨ ਜੋ ਮਰਜ਼ੀ ਕਰਦਾ ਹੋਵੇ ਪਰ ਇੱਕ ਪਾਰਖੂ ਨਜ਼ਰ ਤੁਹਾਨੂੰ ਪਹਿਚਾਣ ਲੈਂਦੀ ਹੈ। ਉਹ ਤੋਂ ਵੀ ਪਹਿਲਾਂ ਸੱਤਵੀਂ ਦੇ ਵਿੱਚ, ਜਦੋਂ ਮੈਂ ਸੱਤਵੀਂ ਕਲਾਸ 'ਚ ਪਿੰਡ ਦੇ ਸਰਕਾਰੀ ਚਨਾਸਰ ਕਲਾਂ ਦੇ ਸਰਕਾਰੀ ਸਕੂਲ 'ਚ ਪੜ੍ਹਦਾ ਸੀ, ਤਾਂ ਸਾਡੇ ਟੀਚਰ ਰੋਜ਼ ਸਵੇਰ ਨੂੰ ਸਾਨੂੰ ਤਿੰਨ ਚਾਰ ਬੱਚਿਆਂ ਨੂੰ ਕੱਢ ਲੈਂਦੇ ਸੀ, ਉਹਨਾਂ ਨੂੰ ਅੱਜ ਮੇਰੀ ਵਾਰੀ, ਦੂਏ ਦਿਨ ਦੂਸਰੇ ਬੱਚੇ ਦੀ ਵਾਰੀ, ਅਖਬਾਰ ਪੰਜਾਬੀ ਟ੍ਰਿਬਿਊਨ ਆਉਂਦੀ ਸੀ, ਉਹਦੇ ਪਰ ਨਾ ਹੈਡਲਾਈਨ ਨੂੰ ਗੋਲ ਚੱਕਰ ਮਾਰ ਕੇ ਚਾਰ ਪੰਜ ਖਬਰਾਂ ਸਾਨੂੰ ਦੇ ਦਿੰਦੇ ਸੀ, ਤੇ ਅਸੀਂ ਸਟੇਜ ਤੇ ਜਾ ਕੇ ਪ੍ਰੇਅਰ ਤੋਂ ਬਾਅਦ ਉਹ ਬੋਲਣੀ ਹੁੰਦੀ ਸੀ ਕਿ ਅੱਜ ਦੀਆਂ ਮੁੱਖ ਮੁੱਖ ਖਬਰਾਂ, ਤਾਂ ਕਿ ਬੱਚਿਆਂ ਨੂੰ ਪਤਾ ਲੱਗੇ ਅੱਜ ਖਬਰਾਂ। ਉਹਦੇ ਵਿੱਚ ਮਤਲਬ ਕਿ ਅਜਿਹਾ ਦਿਨ ਆ ਗਿਆ ਸੀਗਾ ਸੋਨੀਆ, ਸੱਤਵੀਂ ਤੋਂ ਬਾਅਦ ਅੱਠਵੀਂ ਤੱਕ ਜਾਂਦਿਆਂ ਜਾਂਦਿਆਂ, ਕਿ ਮੈਂ ਅਖਬਾਰ ਦੇ ਹੈਡਲਾਈਨ ਪੜ੍ਹ ਕੇ ਸਟੇਜ ਤੇ ਜਾ ਕੇ ਮੂੰਹ ਜਵਾਨੀ ਬੋਲ ਦਿੰਦਾ ਸੀ ਕਿ ਅੱਜ ਆਹ ਖਬਰਾਂ ਨੇ। ਫਿਰ ਇਸੇ ਤਰ੍ਹਾਂ ਪਿੰਡ ਸਾਡੇ ਜਿੱਥੇ ਸੱਥ ਲੱਗਦੀ ਆ, ਉੱਥੇ ਜਿਹੜੀ ਸਾਂਝੀ ਅਖਬਾਰ ਆਉਂਦੀ ਆ, ਉਹ ਉਸ ਅਖਬਾਰ ਦੇ ਉੱਤੋਂ ਮੈਂ ਖਬਰਾਂ ਪੜ੍ਹਿਆ ਹੋਣੀਆਂ। ਸਾਡੇ ਘਰੇ ਮਿਸਤਰੀ ਲੱਗਾ ਹੁੰਦਾ ਸੀ, ਉਹਨੂੰ ਮੈਂ ਆ ਕੇ ਪੂਰੀ ਖਬਰ ਮੂੰਹ ਜਵਾਨੀ ਸੁਣਾ ਦੇਣੀ, ਤਾਂ ਉਹਨੇ ਕਹਿਣਾ ਕਿ ਨਾ, ਮਤਲਬ ਕਿ ਤੂੰ ਹੁਣੇ ਥੱਲਿਓਂ ਪੜ੍ਹ ਕੇ, ਮੈਂ ਕਿਹਾ ਨਾ ਉਹ ਤਾਂ ਸਵੇਰੇ ਮੈਂ ਸੁਣ ਕੇ ਆਇਆ ਸੀ। ਸੋ ਇਸ ਲਈ ਉਹ ਖਬਰਾਂ ਨਾਲ ਵਾਹ ਵਾਸਤਾ ਕਿਤੇ ਨਾ ਕਿਤੇ ਤੁਸੀਂ ਕਹਿ ਸਕਦੇ ਹੋ ਬਚਪਨ ਤੋਂ ਪੈਂਦਾ ਰਿਹਾ, ਪਰ ਆਪ ਨੂੰ ਨਹੀਂ ਪਤਾ ਸੀ। ਸੋ ਜਦੋਂ ਇਸ ਲਾਈਨ 'ਚ ਆਏ ਤਾਂ ਇੰਨਾ ਪਿਆਰ, ਮਤਲਬ ਕਿ ਅਖਬਾਰੀ ਲਾਈਨ ਤੋਂ ਮੈਂ ਸਫ਼ਰ ਸ਼ੁਰੂ ਕਰਦਾ ਤੇ ਟੀ ਵੀ ਲਾਈਨ ਤੱਕ ਆਉਣਾ, ਸੋ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਕਿਸ ਮੁਕਾਮ ਤੇ ਪਹੁੰਚ ਗਏ। ਬਣਨਾ ਬੰਦਾ ਬਹੁਤ ਕੁਛ ਚਾਹੁੰਦਾ ਹੁੰਦਾ, ਪਤਾ ਨਹੀਂ ਹਰੇਕ ਬੰਦੇ ਦੇ ਸੁਪਨੇ ਕਿੰਨੇ ਹੁੰਦੇ ਨੇ, ਪਰ ਜੋ ਪਰਮਾਤਮਾ ਨੂੰ ਮਨਜ਼ੂਰ ਹੈ, ਜੋ ਕੁਦਰਤ ਨੂੰ ਮਨਜ਼ੂਰ ਹੈ, ਔਰ ਜੋ ਤੁਹਾਡੇ ਅੰਦਰ ਸਭ ਤੋਂ ਵੱਡੀ ਤਾਕਤ ਹੈ, ਉਹੀ ਤੁਸੀਂ ਉਸੇ ਰਾਹ ਤੇ ਜਾਂਦੇ ਹੋ। ਸੋ ਇਸ ਲਈ ਮੈਨੂੰ ਇਸ ਖੇਤਰ 'ਚ ਮਾਣ ਮਿਲਣਾ ਸੀ, ਉਸ ਖੇਤਰ 'ਚ ਅੱਗੇ ਵਧੇ। ਜੀ ਦੀਪਕ ਜੀ, ਜੋ ਪਰਿਆਵਰਨ ਦੇ ਪ੍ਰੇਮੀ ਨੇ, ਪੰਜਾਬੀ ਬੋਲੀ ਲਈ ਜੁਦਾਈ ਨੇ, ਹਰ ਇੱਕ ਖੇਤਰ ਵਿੱਚ ਮੱਲਾਂ ਮਾਰਨ ਦੇ ਨਾਲ ਨਾਲ ਤੇ ਨਸ਼ਿਆਂ ਖਿਲਾਫ ਸਮਾਜਿਕ ਕੁਰੀਤੀਆਂ ਕਰਲਾ, ਇਹਨਾਂ ਨੇ ਬਹੁਤ ਕੰਮ ਕੀਤਾ ਹੈ। ਇਹਨਾਂ ਦੇ ਸਾਰੇ ਇਹਨਾਂ ਕੰਮਾਂ ਬਾਰੇ ਇੱਕ ਛੋਟੀ ਜਿਹੀ ਵੀਡੀਓ ਕਲਿੱਪਿੰਗ, ਜੋ ਇਹਨਾਂ ਦੇ ਸਾਰੇ ਪ੍ਰਾਪਤੀਆਂ ਅਚੀਵਮੈਂਟ ਬਾਰੇ ਝਾਤ ਪਾਉਂਦੀ ਹੈ। ਸੋ ਮੈਂ ਉਹ ਛੋਟੀ ਜਿਹੀ ਵੀਡੀਓ ਕਲਿੱਪਿੰਗ ਰਾਹੀਂ ਇਹਨਾਂ ਦੇ ਜੀਵਨ ਦੇ ਸਫ਼ਰ ਉੱਤੇ ਝਾਤ ਪਾਵਾਂਗੀ, ਤਾਂ ਜੋ ਸਾਡੇ ਸਰੋਤੇ ਵੀ ਜਾਣੂ ਹੋ ਸਕੇ। Thank you.
ਵਰਗੀ, ਪੰਜਾਬੀ ਬਜ਼ੁਰਗ ਦੀ ਦੁਆ ਵਰਗੀ, ਪੰਜਾਬੀ ਨਿਰੀ ਖੁਦਾ ਵਰਗੀ, ਪੰਜਾਬੀ ਵਾਰਿਸ ਦੀ ਹੀਰ ਵਰਗੀ, ਪੰਜਾਬੀ ਨੈਣਾ ਦੇ ਨੀਰ ਵਰਗੀ, ਭੁੱਲ ਕੇ ਵੀ ਨਾ ਭੁਲਾਣਾ ਇਸਨੂੰ ਕਿਉਂਕਿ ਪੰਜਾਬੀ ਹੈ ਮੇਰੀ ਮਾਂ ਵਰਗੀ। ਦੀਪਕ ਜੀ, ਤੁਸੀਂ ਪੰਜਾਬੀ ਬੋਲੀ ਲਈ ਬਹੁਤ ਸੰਘਰਸ਼ ਕਰ ਰਹੇ ਹੋ ਔਰ ਇੱਕ ਸ਼ੁਦਾਈ ਬਣ ਕੇ ਪੰਜਾਬੀ ਦੀ ਸੇਵਾ ਕਰ ਰਹੇ ਹੋ। ਕਦੇ ਮੈਂ ਤੁਹਾਨੂੰ ਸੜਕਾਂ ਤੇ ਦੇਖਦੀ ਹਾਂ ਤੇ ਕਦੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਹੋਏ ਕਿਸੇ ਮੰਚ ਤੇ। ਪੰਜਾਬੀ ਬੋਲੀ ਲਈ ਤੁਹਾਡੀ ਇਹ ਅਣਥੱਕ ਸੇਵਾ, ਇਹਦੇ ਲਈ ਬਾਰੇ ਸਾਡੇ ਸਰੋਤਿਆਂ ਨਾਲ ਸਾਂਝ ਜ਼ਰੂਰ ਪਾਓ। ਮੈਂ ਕਦੀ ਦੇਖਿਆ ਸੀਗਾ ਸ਼ੇਅਰ ਆ, ਜਿਸ ਦੀ ਧਾਰ ਨਹੀਂ ਚੰਗੀ ਉਹ ਤਲਵਾਰ ਨਹੀਂ ਰਹੀ, ਜਿਸ ਦੀ ਧਾਰ ਨਹੀਂ ਚੰਗੀ ਉਹ ਤਲਵਾਰ ਨਹੀਂ ਰਹਿੰਦੀ, ਪਾਠ ਜਾ ਵਿੱਚ ਚਮੜਾ ਉਸ ਢੋਲਕ ਦੀ ਆਵਾਜ਼ ਨਹੀਂ ਰਹਿੰਦੀ, ਨਾ ਕੀਤੀ ਸੰਭਾਲ ਤਾਂ ਦੀਪਕ ਮਰ ਜਾਵੇਗੀ ਮਾਂ ਬੋਲੀ, ਨਲੈਕ ਨਿਕਲੇ ਔਲਾਦ ਤਾਂ ਮਾਂ 'ਚ ਜਾਨ ਨਹੀਂ ਰਹਿੰਦੀ। ਸੋ ਮਾਂ ਬੋਲੀ ਪੰਜਾਬੀ ਤੱਕ ਜਿੱਥੇ ਫਰਜ਼ ਲੱਗਦਾ ਮੈਨੂੰ, ਉੱਥੇ ਉਹ ਹਰ ਪੰਜਾਬੀ ਦਾ ਫਰਜ਼ ਚਾਹੀਦਾ। ਕਿਸੇ ਵੀ ਬੋਲੀ ਪ੍ਰਤੀ ਉਸ ਬੋਲੀ ਦੇ ਬੱਚਿਆਂ ਦਾ ਫਰਜ਼ ਬਣਦਾ ਕਿ ਉਹ ਆਪਣੀ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਲਈ, ਉਸਦਾ ਸਤਿਕਾਰ ਕਰਨ ਲਈ, ਉਸਦਾ ਰੁਤਬਾ ਕਾਇਮ ਕਰਨ ਲਈ ਜੂਝਣਾ ਚਾਹੀਦਾ। ਜਿੱਥੋਂ ਤੱਕ ਪੰਜਾਬੀ ਬੋਲੀ ਦਾ ਮਸਲਾ, ਮੈਂ ਅਕਸਰ ਸੋਨੀਆ ਜੀ ਦੇਖਦਾ ਕਿ ਜਿੰਨੇ ਸਾਡੇ ਵੱਡੇ ਗਾਇਕ ਨੇ, ਵੱਡੇ ਸਾਡੇ ਲਿਖਾਰੀ ਨੇ, ਜਾਂ ਵੱਡੇ ਸਾਡੇ ਕੋਈ ਰਾਗੀ ਢਾਡੀ ਨੇ, ਜਿਹੜੇ ਪੰਜਾਬੀ ਦੇ ਵਿੱਚ ਆਪਣੀ ਗੀਤ, ਗਜ਼ਲ, ਕਵਿਤਾ, ਭਾਸ਼ਣ, ਤਕਰੀਰਾਂ, ਜਾਂ ਪ੍ਰੋਫੈਸਰ ਪੰਜਾਬੀ ਭਾਸ਼ਾ ਦੇ ਵੱਡੇ ਵੱਡੇ, ਜਿਹਨਾਂ ਨੂੰ ਸਨਮਾਨ ਸ਼੍ਰੋਮਣੀ ਅਵਾਰਡ ਮਿਲੇ, ਵੱਡੇ ਇਨਾਮ ਮਿਲੇ, ਅਤੇ ਉਸ ਦੇ ਨਾਲ ਨਾਲ ਜਿਹੜੇ ਸ਼੍ਰੋਮਣੀ ਰਾਗੀ ਨੇ, ਅਤੇ ਉਹ ਸਾਰੀਆਂ ਜਿਹੜੀਆਂ ਧਿਰਾਵਾਂ ਨੇ, ਜਿਹੜੀਆਂ ਚਾਹੇ ਬਾਰਾਂ ਗਾਉਂਦੀਆਂ ਨੇ, ਚਾਹੇ ਸ਼ਬਦ ਕੀਰਤਨ ਗਾਉਂਦੀਆਂ ਨੇ, ਚਾਹੇ ਕਵਿਤਾਵਾਂ ਪੜ੍ਹਦੇ ਨੇ, ਚਾਹੇ ਗੀਤ ਸੁਣਾਉਂਦੇ ਨੇ, ਚਾਹੇ ਜਿਹੜੇ ਚਾਹੇ ਫਿਲਮੀ ਸਟਾਰ ਨੇ ਪੰਜਾਬੀ ਦੇ, ਉਹਨਾਂ ਨੂੰ ਪੁੱਛ ਕੇ ਦੇਖੋ, ਉਹ ਕਹਿਣਗੇ ਅਸੀਂ ਮਾਂ ਬੋਲੀ ਪੰਜਾਬੀ ਦੀ ਸੇਵਾ ਕਰ ਰਹੇ ਹਾਂ ਜੀ। ਕਮਾਲ ਹੈ ਜੀ, ਸੇਵਾ ਉਹ ਕਰ ਰਹੇ ਨੇ ਕਿ ਮਾਂ ਬੋਲੀ ਉਹਨਾਂ ਦੀ ਸੇਵਾ ਕਰ ਰਹੀ। ਮਾਂ ਬੋਲੀ ਪੰਜਾਬੀ ਬੋਲ ਕੇ ਉਹ ਲੱਖਾਂ ਕਰੋੜਾਂ ਕਮਾਉਂਦੇ ਨੇ, ਮਾਣ ਤਾਣ ਹਾਸਲ ਕਰਦੇ ਨੇ, ਫਿਰ ਉਹ ਬੋਲੀ ਦੀ ਸੇਵਾ ਥੋੜਾ ਕਰ ਰਹੇ ਨੇ, ਬੋਲੀ ਉਹਨਾਂ ਦੀ ਸੇਵਾ ਕਰ ਰਹੀ ਹੈ। ਪਰ ਸਵਾਲ ਕਿ ਜਦੋਂ ਆਪਣੀ ਵਾਰੀ ਆਉਂਦੀ ਹੈ ਤਾਂ ਅਸੀਂ ਬੋਲੀ ਨੂੰ ਮੋੜ ਕੇ ਕੀ ਦੇ ਰਹੇ ਹਾਂ, ਅਸੀਂ ਆਪਣੀ ਬੋਲੀ ਨੂੰ ਬਚਾਉਣ ਲਈ ਕੀ ਕਰ ਰਹੇ ਹਾਂ। ਅੱਜ ਜਿਹੋ ਜਿਹੀ ਹਾਲਤ ਪੰਜਾਬ ਦੇ ਅੰਦਰ, ਮੈਨੂੰ ਇੱਕ ਗੱਲ ਦੱਸ ਦਿਓ, ਤੁਸੀਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਰਹਿੰਦੇ ਹੋ, ਅੱਜ ਸ਼ਾਮ ਨੂੰ ਆਪਣੇ ਘਰੋਂ ਨਿਕਲੇ ਹੋ ਸੋਨੀਆ ਜੀ, ਤੇ ਚੋਈ ਬਾਜ਼ਾਰ ਚੋਂ ਹੋ ਕੇ ਪਰਲੇ ਬਾਜ਼ਾਰ ਤੱਕ, ਥੱਲੇ ਅੱਡੇ ਵਾਲੇ ਬਾਜ਼ਾਰ ਤੱਕ ਜਾ ਕੇ ਮੁੜ ਕੇ ਆਇਓ, ਤੁਹਾਨੂੰ 99% ਦੁਕਾਨਾਂ ਦੇ ਬੋਰਡ ਅੰਗਰੇਜ਼ੀ ਚ ਮਿਲਣਗੇ। ਮੈਂ ਕਹਿਣਾ ਸਰਕਾਰਾਂ ਨੂੰ ਦੋਸ਼ ਬਾਅਦ ਚੋਂ ਦੇਵਾਂਗੇ, ਮੈਨੂੰ ਇਹ ਦੱਸ ਦਿਓ ਕਿ ਕਿਹੜੀ ਦੁਕਾਨ ਆ ਜਿਹਦੇ ਪਰ ਰੋਜ਼ ਅੰਗਰੇਜ਼ ਗਾਹਕ ਚੜ੍ਹਦੇ ਨੇ, ਫਿਰ ਅੰਗਰੇਜ਼ੀ ਚ ਬੋਰਡ ਕਿਉਂ ਬਈ? ਆਪਣੀ ਬੋਲੀ ਚ ਲਿਖਣ ਲੱਗਿਆਂ ਸ਼ਰਮ ਕਿਉਂ ਆਉਂਦੀ ਆ ਜਦੋਂ ਗਾਹਕ ਆਪਣਾ ਪੰਜਾਬੀ ਆਉਣਾ? ਹਾਂ, ਇਸੇ ਤਰ੍ਹਾਂ ਸਰਕਾਰਾਂ ਨੂੰ ਸਮਝ ਕਿਉਂ ਨਹੀਂ ਆਉਂਦੀ ਕਿ ਆਪਣੀ ਬੋਲੀ ਨੂੰ ਮਾਣ ਕਿਉਂ ਨਹੀਂ ਦੇ ਸਕਦੇ? ਤੁਸੀਂ ਗੁਜਰਾਤ 'ਚ ਜਾ ਕੇ, ਤੁਸੀਂ ਪੱਛਮੀ ਬੰਗਾਲ 'ਚ ਜਾ ਕੇ, ਤੁਸੀਂ ਕੇਰਲਾ 'ਚ ਜਾ ਕੇ ਆਪਣੀ ਦੁਕਾਨ ਦਾ ਬੋਰਡ ਹੋਰ ਭਾਸ਼ਾ 'ਚ ਲਿਖ ਕੇ ਤਾਂ ਦੇਖੋ, ਤੁਹਾਨੂੰ ਨਾ ਡੰਡਾ ਮਾਰਨਗੇ, ਨਾ ਗਾਲ ਕੱਢਣਗੇ, ਨਾ ਝਿੜਕਣਗੇ, ਦਰੀ ਲੈ ਕੇ ਆਉਣਗੇ ਤੁਹਾਡੀ ਦੁਕਾਨ ਮੂਹਰੇ, ਰੋਜ਼ ਸਵੇਰੇ ਆ ਕੇ ਬੈਠ ਜਾ ਕਰਨਾ, ਉਹਨਾਂ ਨੇ ਜਾਣਾ ਹੀ ਨਹੀਂ ਜਦੋਂ ਤੱਕ ਤੁਸੀਂ ਬੋਰਡ ਨਹੀਂ ਬਦਲਦੇ। ਇੱਥੇ ਅਸੀਂ ਮਾਣ ਮਹਿਸੂਸ ਕਰ ਰਹੇ ਹਾਂ ਕਿ ਅਸੀਂ ਅੰਗਰੇਜ਼ੀ 'ਚ ਲਿਖਦੇ ਹਾਂ, ਸ਼ਰਮ ਆਉਣੀ ਚਾਹੀਦੀ ਹੈ ਸਾਨੂੰ। ਸਾਡੇ ਘਰਾਂ ਦੇ ਬਾਹਰ ਸਾਡੀਆਂ ਨੇਮ ਪਲੇਟਾਂ ਦੇ ਨਾਂ ਦੇ ਉੱਤੇ ਅਸੀਂ ਸ਼ੁਰੂ ਕਰ ਦਿੱਤਾ ਅੰਗਰੇਜ਼ੀ ਲਿਖਣਾ, ਅਸੀਂ ਵਿਆਹਾਂ ਦੇ ਕਾਰਡ, ਭੋਗਾਂ ਦੇ ਕਾਰਡ, ਮੈਨੂੰ ਦੱਸ ਦਿਓ ਕਿ ਕਿਹੜੇ ਅੰਗਰੇਜ਼ਾਂ ਨੂੰ ਸੱਦਾ ਦੇਣਾ ਹੁੰਦਾ ਭਾਈ? ਸੋ ਇਹ ਜਦੋਂ ਤੱਕ ਅਸੀਂ ਫਿਰਤ ਨਹੀਂ ਸ਼ੁਰੂ ਕਰਦੇ, ਕਿਸੇ ਨੇ ਸਿਖਾਉਣਾ ਨਹੀਂ ਹੁੰਦਾ। ਮੈਨੂੰ ਨਹੀਂ ਪਤਾ ਸੀਗਾ ਕਿ ਮੈਨੂੰ ਮਾਂ ਬੋਲੀ ਲਈ ਜੂਝਣਾ ਪੈਣਾ। ਮੈਂ ਆਪਣੇ ਸਕੂਲ 'ਚ ਪੜ੍ਹਦਿਆਂ ਮੈਨੂੰ ਯਾਦ ਆ ਕਿ ਅਸੀਂ ਇੱਕ ਵਾਰ ਹੜਤਾਲ ਕਰਤੀ ਸੀ ਕਿ ਅਸੀਂ ਹੋਰ ਕਿਸੇ ਭਾਸ਼ਾ ਦਾ ਪੇਪਰ ਨਹੀਂ ਦੇਣਾ। ਹਾਲੇ 7ਵੀਂ 8ਵੀਂ 'ਚ ਪੜ੍ਹਦੇ ਸੀ ਅਸੀਂ, ਅਤੇ ਮੇਰੇ ਨਾਲ 3 ਕਲਾਸਾਂ ਧਰਨੇ 'ਤੇ ਬਹਿ ਗਈਆਂ। ਅਸੀਂ ਕਿਹਾ ਜੀ ਅਸੀਂ ਨਹੀਂ, ਸਾਡੀ ਤਾਂ ਬੋਲੀ ਪੰਜਾਬੀ, ਅਸੀਂ ਨਹੀਂ ਪੜ੍ਹ ਦੇਣਾ, ਜਦੋਂ ਕਿਹੜਾ ਪਤਾ ਸੀ। ਇਸੇ ਤਰ੍ਹਾਂ ਜਦੋਂ ਮੈਂ ਵਿਆਹ ਦਾ ਕਾਰਡ ਛਪਾਇਆ, ਉਸ ਸਮੇਂ ਮਤਲਬ ਕਿ 15 ਰੁਪਏ ਦਾ, 20 ਰੁਪਈਏ ਦਾ, 30 ਰੁਪਈਏ ਦਾ, 50 ਰੁਪਈਏ ਦਾ ਐਂ ਕਾਰਡ ਬਣਦੇ ਸੀ, ਅਤੇ ਮੈਂ 90 ਪੈਸੇ ਛਪਾਇਆ, ਪਰ ਕਵਿਤਾ ਦੇ ਰੂਪ 'ਚ ਪੰਜਾਬੀ ਛਪਾਇਆ, ਜਦ ਮੈਨੂੰ ਨਹੀਂ ਪਤਾ ਸੀ ਕਿ ਬਾਅਦ 'ਚੋਂ ਮੈਨੂੰ। ਸੋ ਇਸ ਲਈ ਕਿਤੇ ਨਾ ਕਿਤੇ ਤੁਹਾਡੇ ਅੰਦਰ ਉਹ ਚਿਣਕ ਹੁੰਦੀ ਆ। ਸੋ ਜਦੋਂ ਮੈਂ ਚੰਡੀਗੜ੍ਹ ਪਹੁੰਚਿਆ, ਤਦ ਮੇਰੇ ਇਹ ਗੱਲ ਸਭ ਤੋਂ ਬੜੀ ਧਿਆਨ 'ਚ ਆਈ ਕਿ ਉੱਥੇ ਇੱਕ ਚੰਡੀਗੜ੍ਹ ਪੰਜਾਬੀ ਮੰਚ ਬਣਿਆ, ਜਿਹਦੇ ਰਾਹੀਂ ਉਹ ਲੜ ਰਹੇ ਸੀਗੇ ਕਿ ਚੰਡੀਗੜ੍ਹ ਦੀ ਅਧਿਕਾਰਤ ਭਾਸ਼ਾ, ਸਰਕਾਰੀ ਭਾਸ਼ਾ ਪੰਜਾਬੀ ਹੋਣੀ ਚਾਹੀਦੀ ਆ। ਜਦੋਂ ਮੈਂ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਮੇਰੇ ਗੱਲ ਦਿਲ ਨੂੰ ਲੱਗੀ ਅਤੇ ਮੈਨੂੰ ਤਕਲੀਫ ਉਹ ਕੀਤੀ ਕਿ ਕਮਾਲ ਆ, ਪੰਜਾਬ ਦੀ ਰਾਜਧਾਨੀ ਹੋਵੇ ਅਤੇ ਪੰਜਾਬ ਦੀ ਰਾਜਧਾਨੀ ਦੀ ਅਧਿਕਾਰਤ ਭਾਸ਼ਾ, ਸਰਕਾਰੀ ਭਾਸ਼ਾ ਅੰਗਰੇਜ਼ੀ ਹੋਵੇ। ਅਸੀਂ ਅੰਗਰੇਜ਼ੀ ਦੇ ਖਿਲਾਫ ਨਹੀਂ,
ਅਸੀਂ ਹਿੰਦੀ ਦੇ ਖਿਲਾਫ਼ ਨਹੀਂ, ਅਸੀਂ ਕਿਸੇ ਭਾਸ਼ਾ ਦੇ ਖਿਲਾਫ਼ ਨਹੀਂ। ਮੈਂ ਚਾਹੁੰਦਾ ਸਾਡੇ ਬੱਚੇ ਸਾਰੀਆਂ ਭਾਸ਼ਾਵਾਂ ਸਿੱਖਣ, ਪਰ ਪਹਿਲਾਂ ਆਪਣੀ ਮਾਂ ਬੋਲੀ, ਉਸ ਤੋਂ ਬਾਅਦ ਜਿਹੜੀ ਮਰਜ਼ੀ ਸਿੱਖ ਲਓ। UNO ਦਾ ਸਰਵੇ ਕਹਿੰਦਾ ਕਿ ਜਿਹੜਾ ਬੱਚਾ ਪ੍ਰਾਇਮਰੀ ਤੱਕ ਦੀ ਸਿੱਖਿਆ ਆਪਣੀ ਮਾਂ ਬੋਲੀ 'ਚ ਕਰਦਾ, ਉਸ ਤੋਂ ਬਾਅਦ ਉਹ ਦੂਜੀਆਂ ਭਾਸ਼ਾਵਾਂ ਹੋਰ ਆਸਾਨੀ ਨਾਲ ਸਿੱਖ ਸਕਦਾ। ਪਰ ਸਾਨੂੰ ਇਕੱਠੀਆਂ ਤਿੰਨ ਭਾਸ਼ਾਵਾਂ ਥੋਪ ਦਿੱਤੀਆਂ ਜਾਂਦੀਆਂ। ਘਰੇ ਦਾਦੀ ਕਹਿ ਰਹੀ ਹੁੰਦੀ ਆ ਵੀ ਪੁੱਤ ਪੱਖਾ ਚਲਾ ਦੇ, ਮੰਮੀ ਕਹਿ ਰਹੀ ਹੁੰਦੀ ਆ ਪੰਖਾ ਔਨ ਕਰ ਦਿਓ, ਟੀਚਰ ਕਹਿ ਰਹੀ ਹੁੰਦੀ ਆ ਐਫ ਫਾਰ ਫੈਨ, ਅਤੇ ਨਿਆਣਾ ਇੱਕੋ ਟਾਈਮ 'ਚ ਪਾਗਲ ਹੋ ਜਾਂਦਾ ਕਿ ਹੈ ਕੀ ਆ। ਉਹਨੂੰ ਇੱਕ ਚੀਜ਼ ਪ੍ਰਵੱਖ ਹੋਣ ਦਿਓ, ਉਹ ਤੋਂ ਬਾਅਦ ਉਹ ਆਪਣੇ ਆਪ ਦੂਸਰੀਆਂ 'ਚ ਸਿੱਖ ਲਏਗਾ। ਸੋ ਇਸ ਲਈ ਜਦੋਂ ਚੰਡੀਗੜ੍ਹ ਮੈਨੂੰ ਪਤਾ ਲੱਗਾ ਕਿ ਚੰਡੀਗੜ੍ਹ, ਸੋ ਇਸ ਲਈ ਅਸੀਂ ਉਹ ਲੜਾਈ ਲੜੀ ਕਿ ਪੰਜਾਬ ਦੇ ਪਿੰਡ ਉਜਾੜੇ ਨੇ, ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਤੁਸੀਂ ਪੰਜਾਬ ਦੀ ਰਾਜਧਾਨੀ ਬਣਾਈ ਆ, ਅਤੇ ਉਹਦੀ ਅਧਿਕਾਰਤ ਭਾਸ਼ਾ ਅੰਗਰੇਜ਼ੀ ਕਿਵੇਂ ਹੋ ਗਈ? ਅੰਗਰੇਜ਼ੀ ਤਾਂ ਭਾਰਤ ਦੇ ਸੰਵਿਧਾਨ ਦੀ ਭਾਸ਼ਾ ਨਹੀਂ ਆ, ਉਹ ਸਾਡੀ ਸੰਪਰਕ ਭਾਸ਼ਾ ਹੋ ਸਕਦੀ ਆ ਕਿ ਤੁਹਾਨੂੰ ਵੀ ਮੇਰੇ ਵਾਲੀ ਭਾਸ਼ਾ ਨਹੀਂ ਆਉਂਦੀ, ਮੈਨੂੰ ਤੁਹਾਡੇ ਵਾਲੀ ਭਾਸ਼ਾ ਨਹੀਂ ਆਉਂਦੀ, ਫਿਰ ਅਸੀਂ ਗਵਲਾ ਰਾਹ ਕੱਢ ਲੈ ਕੇ ਆਪਾਂ ਅੰਗਰੇਜ਼ੀ 'ਚ ਬੋਲ। ਪਰ ਜਦੋਂ ਸਾਨੂੰ ਭਾਸ਼ਾ ਆਉਂਦੀ ਹੋਵੇ ਆਪਣੀ, ਤਦ ਵੀ ਸਾਡੇ ਬੱਚੇ ਅੱਧਾ ਕੰਪਨੀਆਂ ਦੇ ਫੋਨ ਆਉਂਦੇ ਨੇ, ਉਹ ਹਿੰਦੀ 'ਚ ਬੋਲਣ, ਅੰਗਰੇਜ਼ੀ 'ਚ ਬੋਲਣ, ਮੈਂ ਜਵਾਬ ਪੰਜਾਬੀ 'ਚ ਦੇ। ਮੇਰੇ ਨਾਲ ਕੋਈ ਕਿਤੇ ਗੱਲ ਕਰੇ, ਜਿੱਥੇ ਨਹੀਂ ਗੱਲ ਬਣਦੀ, ਮੈਂ ਇੱਕ ਦੌਰ ਦੇ ਵਿੱਚ ਗੁਜਰਾਤ ਤੱਕ ਗਿਆ, ਗੁਜਰਾਤ ਤੱਕ ਮੈਂ ਨਰਿੰਦਰ ਮੋਦੀ ਦੇ ਘਰੇ ਗਿਆ, ਉਹਦੇ ਭਰਾ ਦੀ ਇੰਟਰਵਿਊ ਕਰਨ ਲਈ ਗਿਆ, ਅਤੇ ਮੈਂ ਉਹਨੂੰ ਪਹਿਲਾਂ ਸਵਾਲ ਆਪਣੇ ਦਰਸ਼ਕਾਂ ਨੂੰ ਪੰਜਾਬੀ 'ਚ ਕਰਦਾ ਸੀ, ਫਿਰ ਉਹਨੂੰ ਉਲਥਾ ਕਰਕੇ ਜਦੇ ਹਿੰਦੀ 'ਚ ਕਰਦਾ ਸੀ। ਮੈਂ ਆਪਣੀ ਬੋਲੀ ਨਹੀਂ ਛੱਡੀ, ਅਤੇ ਕਿਉਂ ਅਸੀਂ ਇਹ ਅਪਣਾ ਲਿਆ ਕਿ ਦੂਜੀ ਭਾਸ਼ਾ ਬੋਲ ਕੇ ਅਸੀਂ ਵੀਰ ਅੱਜ ਪੰਜਾਬੀ ਬੋਲ ਕੇ ਮੈਨੂੰ ਆਪਣਾ ਪਹਿਰਾਵਾ ਪਾ ਕੇ ਮੈਨੂੰ ਪੂਰਾ ਮਾਣ ਮਿਲਦਾ, ਪੂਰਾ ਸਤਿਕਾਰ ਮਿਲਦਾ, ਮੈਨੂੰ ਮਾਣ ਹੈ ਕਿ ਮੈਂ ਪੰਜਾਬੀ ਹਾਂ ਔਰ ਇਸ ਮਿੱਟੀ ਦਾ ਜਾਇਆ, ਇਸ ਪਿੰਡ 'ਚ ਜੰਮਿਆ, ਇਸ ਧਰਤੀ 'ਤੇ ਜੰਮਿਆ, ਪੰਜਾਬ ਦੇ ਖਿੱਤੇ 'ਚ, ਔਰ ਵਾਰ ਵਾਰ ਚਾਹਵਾਂਗਾ ਕਿ ਇਸੇ ਖਿੱਤੇ 'ਚ ਜਨਮਾਂ, ਇਸੇ ਧਰਤੀ 'ਤੇ ਜਨਮਾਂ, ਔਰ ਹਰ ਵਾਰ ਮੇਰੀ ਮਾਂ ਬੋਲੀ ਪੰਜਾਬੀ ਹੋਵੇ। ਸੋ ਜਦੋਂ ਤੱਕ ਅਸੀਂ ਆਪਣੀ ਬੋਲੀ ਦੇ ਉੱਤੇ, ਆਪਣੀ ਧਰਤੀ ਦੇ ਉੱਤੇ, ਆਪਣੀ ਮਾਂ ਦੇ ਉੱਤੇ ਮਾਣ ਨਹੀਂ ਕਰਾਂਗੇ, ਤਦ ਤੱਕ ਅਸੀਂ ਕੁਛ ਨਹੀਂ ਸਵਾਰ ਸਕਦੇ। ਮਾਸੀਆਂ, ਚਾਚੀਆਂ, ਤਾਈਆਂ ਜਿੰਨੀਆਂ ਮਰਜ਼ੀ ਲੜਦੀਆਂ ਹੋਣ, ਮਾਂ ਨਹੀਂ ਬਣ ਸਕਦੀਆਂ। ਸਾਹਿਤ ਦੇ ਖੇਤਰ ਦੇ ਵਿੱਚ ਇੱਕ ਨਾ ਇੱਕ ਰਿਵਾਜ ਬਣਾਇਆ ਹੋਇਆ, ਮਤਲਬ ਕਿ ਸਾਡੇ ਨਾ ਜਿਵੇਂ ਸਿਸਟਮ ਆ ਕਿ ਪਹਿਲਾਂ ਤੁਸੀਂ ABC ਵਾਲਾ ਕਾਇਦਾ ਪੜ੍ਹਨਾ, ਫਿਰ ਦੋ ਅੱਖਰ ਜੋੜ ਕੇ ਵਾਲਾ ਪੜ੍ਹਨਾ, ਫਿਰ ਪੂਰਾ ਸ਼ਬਦ ਪੜ੍ਹਨਾ, ਫਿਰ ਸੈਂਟੈਂਸ ਬਣਾਉਣਾ ਸਿੱਖ ਲੈਣਾ, ਫਿਰ ਉਸ ਤੋਂ ਬਾਅਦ ਤੁਹਾਨੂੰ ਜੀ ਪਹਿਲਾਂ ਐਪਲੀਕੇਸ਼ਨ ਸਿਖਾਉਣੀ IML ਵਾਲੀ, ਫਿਰ ਥਸਟੀ ਕਰੋ ਪੜ੍ਹਾਉਣਾ। ਸੋ ਅਸੀਂ ਉਹ ਇੱਕ ਪੱਕਾ ਪਰਫੋਰਮਾ ਜਿਹਾ ਬਣਾ ਲਿਆ ਕਿ ਐਂ ਚਲਾਉਣਾ। ਇਸੇ ਤਰ੍ਹਾਂ ਸਾਹਿਤ ਦੇ ਵਿੱਚ ਇੱਕ ਸਿਸਟਮ ਬਣਿਆ ਕਿ ਪਹਿਲਾਂ ਬੰਦਾ ਕਵਿਤਾ ਲਿਖਦਾ ਜੀ, ਫਿਰ ਬੰਦਾ ਕਹਾਣੀ ਕੰਨੀ ਨੂੰ ਆਉਂਦਾ, ਫਿਰ ਵਾਰਤਕ ਕੰਨੀ ਨੂੰ ਆਉਂਦਾ, ਫਿਰ ਨਾਵਲ ਕੰਨੀ ਨੂੰ ਆਉਂਦਾ। ਪਰ ਪਤਾ ਨਹੀਂ ਮੈਂ ਉਲਟ ਰਿਹਾ, ਮੈਂ ਸਕੂਲ ਕਾਲਜ ਪੜ੍ਹਦੇ ਹੋਏ ਕਹਾਣੀਆਂ ਲਿਖਦਾ ਸੀ, ਅਤੇ ਉਹ ਕਹਾਣੀਆਂ ਕਿਤੇ ਪਿੱਛੇ ਰਹਿ ਗਈਆਂ, ਅਤੇ ਅੱਜ ਕੱਲ੍ਹ ਮੈਨੂੰ ਕਵੀ ਦੇ ਵਜੋਂ ਵੀ ਪਿਆਰ ਬਹੁਤ ਮਿਲਦਾ। ਸੋ ਬਤੌਰ ਕਵੀ ਮੈਂ ਇੱਕ ਦੋ ਸ਼ੇਅਰ ਜ਼ਰੂਰ ਤੁਹਾਡਾ ਸਾਂਝੇ ਕਰਾਂਗਾ। ਸੋ ਇਸ ਲਈ ਮੈਂ ਫਿਰ ਜਦੋਂ ਕਵਿਤਾ ਵਾਲਾ ਸੀਗਾ ਤਾਂ ਮੈਨੂੰ ਲੱਗਿਆ ਕਿ ਮੈਨੂੰ ਇਸ ਖੇਤਰ 'ਚ ਕਵਿਤਾ ਵੱਲ ਨੂੰ ਮੇਰਾ ਸ਼ੌਂਕ ਸੀ, ਜਾਂ ਇਹ ਕਹਿ ਲਓ ਮੈਂ ਕਹਾਣੀ ਤੋਂ ਇੱਧਰ ਨੂੰ ਆਇਆ, ਅਤੇ ਮੈਂ ਸਧਾਰਨ ਕਵਿਤਾਵਾਂ ਲਿਖਦਾ, ਮੈਨੂੰ ਨਹੀਂ ਉਹ ਇਸ਼ਕ ਮੁਸ਼ਕ ਵਾਲੀਆਂ ਕਵਿਤਾਵਾਂ ਲਿਖਣੀਆਂ ਆਉਂਦੀਆਂ, ਮੈਨੂੰ ਸਮਾਜਿਕ ਕਵਿਤਾਵਾਂ ਹੀ ਲਿਖਣੀਆਂ ਆਉਂਦੀਆਂ, ਸਮਾਜਿਕ ਮੁੱਦੇ ਮੈਨੂੰ ਦਿਖਦੇ ਨੇ ਕਿ ਹਾਂ ਆਹ ਸਮੱਸਿਆਵਾਂ ਨੂੰ ਆਪਣੀ ਕਵਿਤਾ 'ਚ ਤੁਸੀਂ ਕਿਵੇਂ ਪਰੋ ਸਕਦੇ ਹੋ। ਸੋ ਇਸ ਲਈ ਮੈਂ ਉਸੇ ਨੂੰ ਧਿਆਨ 'ਚ ਰੱਖ ਕੇ ਕਾਲਜ ਪੜ੍ਹਦਿਆਂ ਮੈਂ ਕਵਿਤਾ ਲਿਖਣ ਲੱਗ ਗਿਆ ਸੀਗਾ, ਅਤੇ ਉਹ ਮੈਂ ਲਿਖੀਆਂ ਵੀ। ਮੈਂ ਇੱਕ ਵਾਰ ਇੱਕ ਕਵੀ ਦਰਬਾਰ 'ਚ ਜਾਣ ਦਾ ਮੌਕਾ ਵੀ ਮਿਲਿਆ, ਅਤੇ ਉਸ ਤੋਂ ਬਾਅਦ ਮੈਨੂੰ ਚਿਣਗ ਲੱਗੀ, ਅਤੇ ਮੈਂ ਕਵਿਤਾਵਾਂ ਲਿਖਦਾ ਰਿਹਾ, ਇਕੱਠੀਆਂ ਕਰਕੇ ਰੱਖਦਾ ਰਿਹਾ, ਪਰ ਮੈਨੂੰ ਨਹੀਂ ਸੀਗਾ ਕਿ ਮੈਂ ਉਹਨੂੰ ਕਿਤਾਬ ਦਾ ਰੂਪ ਦੇ ਸਕਦਾ ਜਾਂ ਇਸ 'ਚ ਅੱਗੇ ਵੱਧ ਸਕਦਾ। 2012 'ਚ ਜਦੋਂ ਪਿਤਾ ਜੀ ਚੜ੍ਹਾਈ ਕਰਦੇ ਨੇ, ਅਤੇ ਉਸ ਤੋਂ ਬਾਅਦ ਅਸੀਂ ਘਰ ਦੀ ਰੈਨੋਵੇਸ਼ਨ ਲਈ ਕੁਝ ਸਾਫ਼ ਸਫਾਈ ਕਰਦੇ ਹਾਂ, ਅਤੇ ਮੇਰੀਆਂ ਉਹ ਪੁਰਾਣਾ ਖਰੜਾ, ਪੁਰਾਣੀਆਂ ਕੱਚੇ ਕਾਗਜ਼ਾਂ 'ਤੇ ਲਿਖੀਆਂ ਕਵਿਤਾਵਾਂ ਮੇਰੇ ਹੱਥ ਲੱਗਦੀਆਂ, ਅਤੇ ਮੈਨੂੰ ਲੱਗਿਆ ਕਿ ਮੈਂ ਆਪਣੇ ਬਾਪੂ ਦੇ ਨਾਂ 'ਤੇ ਇਹਨਾਂ ਨੂੰ ਹੀ ਸਮੇਟ ਕੇ ਕੁਝ ਕਰਾਂ। ਸੋ ਮੈਂ ਪਹਿਲੀ ਕਿਤਾਬ 2015 'ਚ ਤੂਫਾਨ ਆਈ, ਅਤੇ ਮਤਲਬ ਕਿ ਮੇਰਾ ਉਹਦਾ ਸ਼ੇਅਰ ਸੀਗਾ, ਮੈਨੂੰ ਚੁੱਪ ਵੇਖ ਕੇ ਨਾ ਸਮਝ ਲੈਣਾ, ਮੈਨੂੰ ਚੁੱਪ ਵੇਖ ਕੇ ਨਾ ਸਮਝ ਲੈਣਾ ਕਿ ਮੈਂ ਸਾਊਪਣੇ ਦੀ ਪਹਿਚਾਣ ਰੱਖਦਾ, ਮੈਨੂੰ ਚੁੱਪ ਵੇਖ ਕੇ ਨਾ ਸਮਝ ਲੈਣਾ ਕਿ ਮੈਂ ਸਾਊਪਣੇ ਦੀ ਪਹਿਚਾਣ ਰੱਖਦਾ, ਬਾਹਰੋਂ ਵਹਿੰਦਾ ਸ਼ਾਂਤ ਦਰਿਆ ਹਾਂ, ਅੰਦਰੋਂ ਸਮੁੰਦਰੀ ਤੂਫਾਨ ਰੱਖਦਾ। ਸੋ ਉਸ ਤੂਫਾਨ ਨਾਂ ਦੀ ਕਿਤਾਬ ਮੇਰੀ ਪਹਿਲੀ ਕਿਤਾਬ ਸੀਗੀ,
ਤੇ ਉਸ ਤੋਂ ਬਾਅਦ ਫਿਰ 2017 ਦੇ ਵਿੱਚ ਮੇਰੀ ਇੱਕ ਮਿੰਨੀ ਕਹਾਣੀਆਂ ਦੀ ਅਨੁਵਾਦ ਕਿਤਾਬ, ਹਿੰਦੀ ਦੇ ਸਿਮਰਸ ਦੋਸ਼ ਉਹਨਾਂ ਦੀ ਕਿਤਾਬ ਸੀ, ਉਹ ਤੋਂ ਮੈਂ ਅਨੁਵਾਦ ਕੀਤਾ ਆਟੇ ਦਾ ਦੀਵਾ, ਮਿੰਨੀ ਕਹਾਣੀਆਂ ਦੀ ਕਿਤਾਬ ਅਨੁਵਾਦ ਵਾਲੀ ਉਹ ਆਈ। ਫਿਰ 2019 ਦੇ ਵਿੱਚ ਮੇਰੀ ਤੀਸਰੀ ਮੇਰੀ ਨਿੱਜੀ ਕਵਿਤਾਵਾਂ ਦੀ ਕਿਤਾਬ ਇੱਕ ਹੋਰ ਜੜ੍ਹਾਂ ਆਈ, ਜਿਹਨੂੰ ਸਟੇਟ ਅਵਾਰਡ ਵੀ ਮਿਲਿਆ, ਮਤਲਬ ਕਿ ਸਟੇਟ ਦਾ ਪੁਰਸਕਾਰ ਮਿਲਿਆ। ਤੇ ਇਸ ਦੌਰਾਨ ਕਵਿਤਾ ਪੜ੍ਹਦਿਆਂ ਮੈਨੂੰ ਮਤਲਬ ਕਿ ਮੰਚ ਜਿੰਨੇ ਮਿਲੇ ਮੈਂ ਉਹ ਧੰਨਵਾਦ ਕਰਨਾ ਚਾਹੁੰਦਾ ਕਿ ਜਿਸ ਛੋਟੀ ਉਮਰ ਦੇ ਵਿੱਚ ਜਿਸ ਸਟੇਜ ਦੇ ਉੱਤੇ ਪਦਮ ਸ਼੍ਰੀ ਸੁਰਜੀਤ ਪਾਤਰ ਵਰਗਿਆਂ ਨੂੰ ਥਾਂ ਮਿਲਦੀ ਹੋਵੇ, ਜਿਸ ਸਟੇਜ ਦੇ ਉੱਤੇ ਸ਼੍ਰੋਮਣੀ ਸਾਹਿਤਕਾਰ ਦਰਸ਼ਨ ਬੁੱਟਰ ਵਰਗਿਆਂ ਨੂੰ, ਮਨਮੋਹਨ ਜੀ ਹੋਰਾਂ ਨੂੰ ਥਾਂ ਮਿਲਦੀ ਹੋਵੇ, ਜਿਸ ਸਟੇਜ ਦੇ ਉੱਤੇ ਸੁਖਵਿੰਦਰ ਅੰਮ੍ਰਿਤ ਮਨਜੀਤ ਇੰਦਰਾ ਵਰਗੇ ਕਵੀਆਂ ਨੂੰ ਥਾਂ ਮਿਲਦੀ ਹੋਵੇ, ਉਸ ਸਟੇਜ ਦੇ ਉੱਤੇ ਮੈਨੂੰ ਮਾਣ, ਮਤਲਬ ਕਿ ਮੈਂ 4 ਰਾਸ਼ਟਰੀ ਕਵੀ ਦਰਬਾਰ ਸੰਬੋਧਨ ਕਰ ਚੁੱਕਿਆ, ਤੇ ਜਿਹਨਾਂ ਦੇ ਵਿੱਚੋਂ 3 ਇੱਕ ਸੋਸ਼ਲ ਉਹਦੇ ਰਾਹੀਂ ਸੀਗਾ ਜਿਹੜਾ ਕਰੋਨਾ ਕਾਰ ਕਾਰਨ, ਉਹ ਤੋਂ ਬਿਨਾਂ 2 26 ਜਨਵਰੀ ਤੇ 15 ਅਗਸਤ ਦਾ ਜਿਹੜਾ ਲਾਲ ਕਿਲੇ ਵਾਲੇ ਕਵੀ ਦਰਬਾਰ ਨੇ ਉਹਨਾਂ 'ਚ ਪੰਜਾਬੀ ਰਾਸ਼ਟਰੀ ਕਵੀ ਦਰਬਾਰਾਂ 'ਚ ਜਾਣ ਦਾ ਮੌਕਾ ਮਿਲੇ। ਇਹ ਤੋਂ ਵੱਡਾ ਹੋਰ ਮਾਣ ਤੁਹਾਡੇ ਲਈ ਹੋ ਸਕਦਾ? ਫਿਰ ਜਦੋਂ ਤੁਹਾਨੂੰ ਦੇਸ਼ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲੇ, ਉਸ ਤੋਂ ਵੱਡਾ ਮਾਣ ਕੀ ਹੋ ਸਕਦਾ ਕਿ ਦੁਬਈ ਦੇ ਵਿੱਚ ਵਰਲਡ ਬੁੱਕ ਫੇਅਰ ਲੱਗਦਾ, ਉਹਦੇ ਵਿੱਚ ਭਾਰਤ ਨੂੰ ਵੀ ਸੱਦਾ ਹੁੰਦਾ, ਭਾਰਤ ਦੇ ਵਿੱਚੋਂ 5 ਭਾਸ਼ਾਵਾਂ ਨੂੰ ਚੁਣਿਆ ਜਾਂਦਾ ਸੱਦੇ ਦੇ ਲਈ, ਉਹਨਾਂ ਭਾਸ਼ਾਵਾਂ 'ਚ ਪੰਜਾਬੀ ਭਾਸ਼ਾ ਨੂੰ ਵੀ ਸੱਦਾ ਹੁੰਦਾ, ਔਰ ਪੰਜਾਬੀ ਭਾਸ਼ਾ 'ਚੋਂ 5 ਕਵੀ ਚੁਣੇ ਜਾਂਦੇ ਨੇ, ਜਿਹਨਾਂ 'ਚ ਦੀਪਕ ਚਨਾਰਥਨ ਨੂੰ ਵੀ ਸੱਦਾ ਆਉਂਦਾ। ਸੋ ਸੁਰਜੀਤ ਪਾਤਰ ਜੀ ਤੇ ਉਹਦੇ ਨਾਲ ਡਾਕਟਰ ਲਖਵਿੰਦਰ ਜੌਲ ਜੀ, ਸਰਜੀਤ ਕੌਰ ਸੋਹਲ ਜੀ, ਫਿਰ ਸੁਰਜੀਤ ਜੱਜ ਜੀ ਤੇ ਦੀਪਕ ਚਨਾਰਥਨ। ਸੋ ਮਤਲਬ ਇੰਨੇ ਛੋਟੇ ਨੂੰ ਪਤਾ ਨਹੀਂ, ਉਹ ਮਤਲਬ ਕਿ ਸ਼ਬਦਾਂ ਨੂੰ ਮਾਣ ਹੈ, ਉਹ ਭਾਸ਼ਾ ਨੂੰ ਮਾਣ ਹੈ, ਉਹ ਮੈਨੂੰ ਮਾਣ ਨਹੀਂ ਹੈਗਾ, ਉਹ ਮੇਰੀ ਮਾਂ ਬੋਲੀ ਨੂੰ ਮਾਣ ਹੈ ਕਿ ਉਸ ਨੇ ਮੈਨੂੰ ਉੱਥੇ ਤੱਕ। ਸੋ ਉਸ ਕਵੀ ਦਰਬਾਰ 'ਚ ਜਾਣਾ, ਫਿਰ ਕੈਨੇਡਾ ਜਦੋਂ 2015 'ਚ ਗਿਆ ਤਦ ਉੱਥੋਂ ਜਿੰਨੇ ਮਾਣ ਪਿਆਰ ਝੋਲੀ ਭਰ ਕੇ ਕੈਨੇਡਾ ਵਾਲਿਆਂ ਨੇ ਭੇਜਿਆ, ਉਸ ਕਵਿਤਾ ਨੂੰ ਜੋ ਪਿਆਰ ਦਿੱਤਾ, ਜੋ ਇਸ ਮੇਰੀ ਪੱਤਰਕਾਰੀ ਨੂੰ ਪਿਆਰ ਦਿੱਤਾ, ਉਹਦਾ ਮੈਂ ਮੁੱਲ ਨਹੀਂ ਧਾਰ ਸਕਦਾ। ਸੋ ਇਸ ਕਵਿਤਾ ਨੇ ਮੈਨੂੰ ਦੇਸ਼ ਵੀ ਕਮਾਇਆ ਤੇ ਵੱਡੇ ਵੱਡੇ ਮੰਚ ਵੀ ਪ੍ਰਦਾਨ ਕਰਾਏ ਨੇ। ਸੋ ਮੈਂ ਲਿਖਦਾ ਸਿੱਧਾ ਸਾਧਾ ਜਾਂ, ਜੜ੍ਹਾਂ ਤੋਂ ਟੁੱਟ ਕੇ ਦਰਖਤ ਕਦੀ ਹਰਾ ਨਹੀਂ ਰਹਿੰਦਾ, ਜੜ੍ਹਾਂ ਤੋਂ ਟੁੱਟ ਕੇ ਦਰਖਤ ਕਦੀ ਹਰਾ ਨਹੀਂ ਰਹਿੰਦਾ, ਮਾਂ ਬੋਲੀ ਤੋਂ ਮੁੱਖ ਮੋੜ ਕੇ ਧੀ ਪੁੱਤ ਫਿਰ ਖਰਾ ਨਹੀਂ ਰਹਿੰਦਾ। ਸੋ ਅਜਿਹੀ ਕੁਝ ਸ਼ੇਰੋ ਸ਼ਾਇਰੀ ਲਿਖਦਾ ਮੈਂ 2 ਲਾਈਨਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਦਾ। ਮੇਰਾ ਇੱਕ ਕਵਿਤਾ ਹੈ ਮੇਰਾ ਪੰਜਾਬ, ਇਹ ਪੰਜਾਬ ਨਹੀਂ ਹੈ, ਇਹ ਪੰਜਾਬ ਨਹੀਂ ਹੈ ਮੇਰਾ, ਜਿੱਥੇ ਅੰਮ੍ਰਿਤ ਵਰਗਾ ਪਾਣੀ ਜ਼ਹਿਰੀ ਹੋ ਗਿਆ, ਜਿੱਥੇ ਜੋਬਨ ਸਾਰਾ ਨਸ਼ਾ ਧਾਰੀ ਹੋ ਗਿਆ, ਜਿੱਥੇ ਧਰਮ ਹੁਣ ਫਣ ਧਾਰੀ ਹੋ ਗਿਆ, ਜਿੱਥੇ ਲਹੂ ਲਹੂ ਦਾ ਬੈਰੀ ਹੋ ਗਿਆ, ਇਹ ਪੰਜਾਬ ਨਹੀਂ ਹੈ ਮੇਰਾ, ਇਹ ਪੰਜਾਬ ਨਹੀਂ ਹੈ ਮੇਰਾ, ਜਿੱਥੇ ਖੋ ਗਏ ਹਲਟਾਂ ਤੇ ਗੱਡੇ, ਜਿੱਥੇ ਔਲਾਦ ਹੀ ਪਿਓ, ਜਿੱਥੇ ਔਲਾਦ ਹੀ ਪਿਓ ਨੂੰ ਘਰੋਂ ਕੱਢੇ, ਜਿੱਥੇ ਦਹੇਜ ਖਾਤਰ ਸਾਕ ਨੇ ਛੱਡੇ, ਜਿੱਥੇ ਭਰਾ ਹੀ ਭਰਾ ਨੂੰ ਵੱਢੇ, ਇਹ ਪੰਜਾਬ ਨਹੀਂ ਹੈ ਮੇਰਾ, ਇਹ ਪੰਜਾਬ ਨਹੀਂ ਹੈ ਮੇਰਾ, ਜਿੱਥੇ ਚੋਰੀ ਹੋਈਆਂ ਪੱਗਾਂ ਤੇ ਦੁਪੱਟੇ, ਜਿੱਥੇ ਸੱਭਿਆਚਾਰ ਦਾ ਘਰ ਰੋਜ਼ ਟੱਠੇ, ਜਿੱਥੇ ਨਹੀਂ ਲੱਭਦੇ ਹੁਣ ਟੱਬਰ ਇਕੱਠੇ, ਜਿੱਥੇ ਬਿਰਸਾ ਵੇਚ ਪੈਸੇ ਨੇ ਵੱਟੇ, ਇਹ ਪੰਜਾਬ ਨਹੀਂ ਹੈ ਮੇਰਾ। ਲਹੂ ਨਾਲ ਸਿੰਜ ਪਾਲਿਆ ਸੀ ਪੰਜਾਬ, ਲਹੂ ਨਾਲ ਸਿੰਜ ਪਾਲਿਆ ਸੀ ਪੰਜਾਬ, ਉਸਨੂੰ ਕਿਸ ਦਰਿਆ ਰੋੜ ਦਿੱਤਾ, ਦੁੱਧ ਵਰਗਾ ਮਿੱਠਾ ਸੀ ਪੰਜਾਬ, ਉਸਨੂੰ ਕਿਉਂ ਨਸ਼ਿਆਂ ਦਾ ਕੋੜ ਦਿੱਤਾ, ਉਸਨੂੰ ਕਿਉਂ ਨਸ਼ਿਆਂ ਦਾ ਕੋੜ ਦਿੱਤਾ। ਬਸ ਅਜਿਹੀਆਂ ਨਜ਼ਮਾਂ ਲਿਖਦਾ ਸੋਨੀਆ ਜੀ। ਸੋ ਇਹ ਸਾਹਿਤ ਦਾ ਸਫ਼ਰ ਮੈਨੂੰ ਪਾਤਰ ਸਾਹਿਬ ਹੋਰੀ, ਲਖਵਿੰਦਰ ਜੌਲ ਜੀ ਹੋਰੀ ਬਹੁਤ ਪਿਆਰ ਦਿੰਦੇ ਨੇ, ਪੰਜਾਬੀ ਲੇਖਕ ਸਭਾ ਨਾਲ ਜੁੜਿਆ, ਕੇਂਦਰੀ ਪੰਜਾਬੀ ਲੇਖਕ ਸਭਾ ਨਾਲ ਜੁੜਿਆ, ਦਰਸ਼ਨ ਬੁੱਟਰ ਜੀ, ਸੁਸ਼ੀਲ ਦਸਾਂਝ ਜੀ, ਸਰਬਜੀਤ ਜੀ, ਇਹ ਸਾਰੀਆਂ ਸਰਸਾ ਜੀ ਹੋਰੀ। ਸੋ ਬੜਾ ਪਿਆਰ ਮਿਲਦਾ ਵੱਖ ਵੱਖ ਸਭਾਵਾਂ ਨਾਲ। ਪੰਜਾਬ ਸਾਹਿਤ ਅਕੈਡਮੀ 'ਚ ਕਾਰਜਕਾਰੀ ਦਾ ਮੈਂਬਰ ਹਾਂ ਉਹਦਾ, ਜਿਹਦੇ ਸਰਜੀਤ ਸੋਹਲ ਮੈਡਮ ਹੋਰੀ ਪ੍ਰਧਾਨ ਨੇ, ਸਤੀਸ਼ ਵਰਮਾ ਜੀ, ਰਵੇਲ ਜੀ ਹੋਰੀ, ਉਹ ਸਾਰੇ ਮੈਂਬਰ ਨੇ। ਸੋ ਦਿੱਲੀ ਅਕੈਡਮੀ ਲਗਾਤਾਰ ਸੱਦਾ ਦਿੰਦੀ ਆ, ਸੋ ਇਸ ਲਈ ਇਹ ਸਾਰੀਆਂ ਸੰਸਥਾਵਾਂ ਨਾਲ ਜੁੜਨਾ, ਉਹਨਾਂ ਦੇ ਮੰਚ 'ਤੇ ਜਾਣਾ, ਮੈਨੂੰ ਲੱਗਦਾ ਮੇਰੇ ਲਈ ਇਹ ਸਕੂਲਿੰਗ ਆ, ਅਜੇ ਵੀ ਮੈਂ ਸਿੱਖ ਰਿਹਾ। ਸੋ ਉਹ ਬੜੇ ਅਦੀਬਾਂ 'ਚ ਬੈਠਣਾ, ਬੜੇ ਕਲਾਕਾਰਾਂ 'ਚ ਬੈਠਣਾ, ਬੜੇ ਲੇਖਕਾਂ 'ਚ ਬੈਠਣਾ, ਉਹਨਾਂ ਦੀ ਸੰਗਤ ਮਾਨਣਾ, ਮਤਲਬ ਆਪਣੀ ਝੋਲੀ 'ਚ ਕੁਝ ਨਵੇਂ ਸ਼ਬਦ, ਨਵੀਆਂ ਕਲਾਵਾਂ, ਨਵਾਂ ਸਾਹਿਤ, ਨਵੀਆਂ ਵਿਧਾਵਾਂ, ਨਵੀਂ ਸੋਚ ਲੈ ਕੇ ਪਰਤਣਾ, ਰੋਜ਼ ਝੋਲੀ ਭਰ ਕੇ ਘਰੇ ਮੁੜਦਾ ਤੇ ਉਹਨੂੰ ਸਹੇਜਦਾ ਤੇ ਆਪਣੇ ਅੰਦਰ ਉਤਾਰਦਾ, ਬਸ ਆਹੀ ਮੇਰਾ ਸਾਹਿਤਕ ਸਭ। ਬਹੁਤ ਮੈਂ ਮਾਣ ਮਹਿਸੂਸ ਕਰਦੀ ਹਾਂ ਕਿ ਪੰਜਾਬ, ਪੰਜਾਬ ਦੀ ਧਰਤੀ, ਇਸਦੇ ਨਾਲ ਨਾਲ ਨਸ਼ਾ ਮੁਕਤ ਸਮਾਜ ਦਾ ਹਿੱਸਾ ਬਣਨ ਦਾ, ਤੁਹਾਡੇ ਨਾਲ ਕੰਮ ਕਰਨ ਦਾ ਮੈਨੂੰ ਵੀ ਮੌਕਾ ਮਿਲਿਆ। ਦੀਪਕ ਜੀ, ਇੱਕ ਬਹੁਤ ਹੀ ਦੁਖਦਾਈ ਸਮਾਂ ਸੀ, ਹੰਡਾਇਆ ਹੈ, ਸਾਰੇ ਪੰਜਾਬ ਨੇ ਆਪਣੇ ਪਿੰਡੇ ਤੇ ਦੁੱਖ ਹੰਡਾਇਆ ਹੈ, ਉਹ ਸੀ ਕਿਸਾਨੀ ਅੰਦੋਲਨ, ਜਿਸ ਵਿੱਚ ਦੀਪਕ ਸ਼ਰਮਾ ਚਨਾਰਥਲ ਦੇ ਨਾਂ ਨਾਲ ਉੱਭਰ ਕੇ ਸਾਹਮਣੇ ਆਏ। ਉਹ ਬੰਦਾ ਜੋ ਸੜਕਾਂ ਤੇ ਦੇਖਿਆ ਗਿਆ,
जिसने पत्रकारी तो उपर उठ के पत्रकारी नाल अपना वास्ता निभाया, इस बारे तुसी की कहना चाहोगे? सुनिया जी, किसान अंदोलन जदों कानूनां दे रूप सामने आया तां लड़ाई जदों पंजाब तों शुरू हुई, हरियाणा नाल जुड़िया, तां असीं पत्रकार भाईचारे ने समुचे पंजाब दा पत्रकार, हरियाणा दा पत्रकार, दिल्ली दा पत्रकार उस नूं कवर करन लई निकलिया। तां जदों धरातल ते जाके स्थिति देखी तां लगा कि इह अन्नदाते नाल धक्का है, इस मिट्टी दे पुत्त नाल धक्का है। जिहड़ा किसान देश दे भड़ोले भरदा, जिहड़ा लोकां दा ढिड भरदा, उह सड़कां ते रुले ते सरकारां सुणन, इसे देश दे नागरिक ने, इही नागरिक वोटां पा के सरकारां नूं चुणदे वी ने, यही नागरिक देश के भड़ोले भरते हैं। इन्हां लई यह धक्का 380 दिन सड़कां ते गुजारना ते सरकार गल ना सुने, 700 तो वध किसानां दी शहादत। तो इसलिए मैं लिखिया सीगा कि जमीन तो सखणा हाँ जमीर तो नहीं, जमीन तो सखणा हाँ जमीर तो नहीं, ना मां बोली रुसण देंगे, ना धरत माते नूं खुसण देंगे, ना धरत माते नूं खुसण देंगे। यह मसला जमीना का नहीं सी, यह मसला जमीर का सी, यह मसला नस्लां दा, फसलां दा सी, यह मसला मां दा सी, धरत मां दा सी। तो इसलिए इस लड़ाई दे विच मैनूं लग्या कि सानूं पत्रकारी दा धर्म, पत्रकारी दे विच सुणी एक गल अक्सर साडे मूहरे कही जांदी आ कि जी तुसीं निरपक्ष पत्रकार होने चाहीदे हो। निरपक्ष दा मतलब दो धिरां च लड़ाई होवे, दो धिरां दा मसला होवे, दो धिरां च टकराव होवे, तुसीं उहदा भी पक्ष लैणा ते उहदा भी पक्ष लैणा, लोकां मूहरे सांझा पक्ष रखणा। पर जो तुम साझा पक्ष रखते हो तद यद मतलब तुम दोगले हो, तुम लोगों मूहरे सही पक्ष रखना। मैनू लगता मैं निरपक्ष पत्रकार नहीं हाँ, मैं पक्षी पत्रकार हाँ। यह वक्री गल है कि मैं सत्ता पक्षी नहीं हाँ, मैं समाज पक्षी हाँ, मैं लोग पक्षी हाँ, मैं मिट्टी पक्षी हाँ, मैं धरती पक्षी हाँ, मैं अपने आवाम पक्षी हाँ। तो इसलिए मैं पक्षी पत्रकार कहना कह लैन, पर इस किसान अंदोलन के मैं मिट्टी जुड़ के पत्रकारी कर गया। और हाँ, तशद्दद भी ते ने, अथरू गैस के गोले भी मारे गए, डांगा भी साढ़े तराइया गई, पुलिस नाल धक्का मुक्की भी हुई आ, चाहे यूपी जाना हो, चाहे गुजरात जाना हो, चाहे राजस्थान जाना हो, चाहे दिल्ली के बार्डर से हो, तारा चो लंघ दें, बैरीकेड टप दें, सारा कुछ चलिया, पर परवाह नहीं सी क्योंकि मसला धरत मां का सी। सो जदों जदों मां का मसला आएगा, चाहे वह जननी हो, चाहे वह धरत मां हो, चाहे मां बोली हो, जूझांगे भी, लड़ांगे भी, तो जित के मुड़ांगे भी। ਵੱਖਰੀ ਪਛਾਣ ਕਿਸਾਨੀ ਅੰਦੋਲਨ ਨੇ ਦੀਪਕ ਜੀ ਨੂੰ ਦਿੱਤੀ। ਇਸ ਦੇ ਨਾਲ ਮੈਨੂੰ ਸੋਨੀਆ ਇਸ ਅੰਦੋਲਨ ਦੇ ਵਿੱਚ ਦੀਪਕ ਸ਼ਰਮਾ ਚਨਾਰਥਲ ਤੋਂ ਵੀ ਅੱਗੇ ਜੇਕਰ ਸ਼ਬਦ ਮਿਲਿਆ ਤਾਂ ਬਾਈ ਜੀ ਸ਼ਬਦ, ਮਤਲਬ ਇੰਨਾ ਪਿਆਰ, ਬਾਈ ਜੀ ਖੜੇ ਹੋ ਫੋਟੋ ਖਿਚਾਉਣੀ, ਬਾਈ ਜੀ ਮਿਲਣਾ, ਮਤਲਬ ਕਿ ਮੈਨੂੰ ਲੋਕਾਂ ਨੇ ਇੰਨਾ ਪਿਆਰ ਦਿੱਤਾ ਜਿਹਦਾ ਮੈਂ ਆਸ ਵੀ ਨਹੀਂ ਕਰਦਾ ਸੀ। ਜਦੋਂ ਅੰਦੋਲਨ ਮੁੜਿਆ 11 ਤਰੀਕ ਨੂੰ ਤੇ ਹਰਿਆਣਾ ਤੋਂ ਲੈ ਕੇ ਸ਼ੰਭੂ ਬਾਰਡਰ ਤੱਕ, ਔਰ ਜਦੋਂ 13 ਤਰੀਕ ਨੂੰ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਸ਼ੁਕਰਾਨਾ ਅਰਦਾਸ ਕਰਨ ਗਏ, ਤਾਂ ਮੈਨੂੰ ਨਹੀਂ ਪਤਾ ਕਿੰਨੇ ਸਰੋਪੇ, ਕਿੰਨੇ ਹਾਰ, ਕਿੰਨੀਆਂ ਫੋਟੋਆਂ, ਕਿੰਨੇ ਫੁੱਲਾਂ ਦੀ ਵਰਖਾ, ਕਿੰਨੀ ਵਾਰ ਮਿੱਠਾ ਮੂੰਹ, ਲੋਕਾਂ ਨੇ ਮੈਨੂੰ ਗੱਡੀ 'ਚ ਨਹੀਂ ਜਾਣ ਦਿੱਤਾ, ਰਾਹ 'ਚ ਤਾਰਿਆ, 4-4 ਘੰਟੇ ਮੈਨੂੰ, 3.5-4 ਘੰਟੇ ਬਿਆਸ ਤੋਂ ਦਰਬਾਰ ਸਾਹਿਬ ਤੱਕ ਪਹੁੰਚਣ ਲਈ ਲੱਗੇ। ਸੋ ਉਸ ਪਿਆਰ ਦਾ, ਉਸ ਕਰਜ਼ੇ ਦਾ ਮੈਂ ਮੁੱਲ ਨਹੀਂ ਤੋੜ ਸਕਦਾ। ਹਰ ਰੋਜ਼ ਮੈਨੂੰ ਸੈਂਕੜਿਆਂ ਥਾਵਾਂ ਤੋਂ, ਮਤਲਬ ਹਰ ਰੋਜ਼ 5-7 ਫੋਨ ਅਜਿਹੇ ਆਉਂਦੇ ਨੇ ਜਿਹੜੇ ਕਹਿੰਦੇ ਨੇ ਸਾਡੇ ਪਿੰਡ ਆਓ, ਸਾਡੇ ਸ਼ਹਿਰ ਆਓ, ਸਾਡੇ ਸਮਾਗਮ 'ਚ ਆਓ, ਅਸੀਂ ਤੁਹਾਨੂੰ ਮਾਣ ਕਰਨਾ ਚਾਹੁੰਦੇ ਹਾਂ। ਮੈਂ ਕਹਿੰਦਾ ਕਿ ਭਰਾ, ਮੈਂ ਪੰਜਾਬ ਦਾ ਬੱਚਾ, ਤੁਹਾਡੇ ਵਰ ਗਈ ਹਾਂ, ਮੈਂ ਉਹ ਕੰਮ ਕਰਨਾ। ਸੋ ਇਸ ਲਈ ਮੈਂ ਨਿੱਤ ਦਿਨ 4-5 ਸੰਸਥਾਵਾਂ ਤੋਂ ਮਾਫ਼ੀ ਮੰਗਦਾ, ਅਤੇ ਨਾ ਮੈਂ ਸਮਾਗਮਾਂ 'ਚ ਸਾਰੇ ਥਾਂ ਪਹੁੰਚ ਸਕਦਾ, ਨਾ ਮੈਂ ਇੱਦਾਂ ਦੀਆਂ ਇੰਟਰਵਿਊਆਂ 'ਚ ਸਾਰੇ ਥਾਂ ਪਹੁੰਚ ਸਕਦਾ, ਕਿਉਂਕਿ ਮੈਂ ਲੱਗਦਾ ਕਿ ਪੰਜਾਬ ਲਈ ਅਜੇ ਬਹੁਤ ਕੁਛ ਕਰਨਾ ਬਾਕੀ ਆ। ਇਸ ਆਪਣੀ ਬੋਲੀ ਦਾ ਕਰਜ਼ਾ, ਇਸ ਮਿੱਟੀ ਦਾ ਕਰਜ਼ਾ ਤਾਰਨਾ ਬਹੁਤ ਬਾਕੀ ਆ। ਸੋ ਇਸ ਲਈ ਉਹਦੇ ਲਈ ਜੂਝਣ 'ਚ ਲੱਗਿਆ। ਸੋ ਕਈ ਵਾਰ ਮਾਫ਼ੀਆਂ ਮੰਗਣੀਆਂ ਪੈਂਦੀਆਂ, ਮੈਨੂੰ ਪਤਾ ਸੋਨੀਏ, ਤੋ ਤੁਸੀਂ ਵੀ ਮੇਰੇ ਤੋਂ 3-4 ਵਾਰ ਕਹਿੰਦੇ ਰਹੇ ਹੋ ਕਿ ਆਪਾਂ ਪ੍ਰੋਗਰਾਮ 'ਚ ਆਉਣਾ, ਪਰ ਸਮਾਂ ਨਹੀਂ ਬਣ ਰਿਹਾ ਸੀ। ਸੋ ਅੱਜ ਉਹ ਸਬੱਬ ਬਣਿਆ। ਸੋ ਮੈਂ ਤੁਹਾਡਾ ਬੱਚੇ ਬਹੁਤ ਰਿਣੀ ਰਹੂੰਗਾ, ਤੁਸੀਂ ਹਰ ਘੜੀ ਉਸ ਮੇਰੇ ਸਫ਼ਰ 'ਚ, ਜਦੋਂ ਤੁਸੀਂ ਆਪ ਬੱਚੇ ਸੀ ਤਦ ਵੀ ਹੌਸਲੇ ਨਾਲ, ਮੈਨੂੰ ਯਾਦ ਆ ਕਿ ਜਦੋਂ ਬੂਟੇ ਵੰਡਣ ਜਾਂਦੇ ਸੀ ਤਾਂ ਸੋਨੀਆ ਉਹ ਬੂਟਿਆਂ ਦਾ ਕਰੇਟ ਆਪਣੇ ਹੱਥਾਂ 'ਚ ਚੱਕ ਕੇ ਸਿਰ 'ਤੇ ਰੱਖ ਕੇ ਵੀ ਬੂਟੇ ਵੰਡਦੀ ਰਹੀ ਹੈ। ਸੋ ਇਸ ਲਈ ਇਹਨਾਂ ਬੱਚਿਆਂ 'ਚ ਜਾਨ ਆ। ਤੋ ਅੱਜ ਜਦੋਂ ਮੈਨੂੰ ਅਧਿਆਪਨ ਦੇ ਖੇਤਰ 'ਚ ਦੇਖਦਾ, ਉਹ ਖਿੜਦਾ ਫੁੱਲ ਗੁਲਾਬ, ਅਤੇ ਮੈਨੂੰ ਖੁਸ਼ੀ ਹੁੰਦੀ ਹੈ ਕਿ ਸਾਡਾ ਇੱਕ ਲਾਇਆ ਹੋਇਆ ਪੌਦਾ ਅੱਜ ਮਹਿਕਾ ਬਣ ਰਿਹਾ। ਸੋ ਮਾਣ ਰਹੇਗਾ ਬੱਚੇ ਤੁਹਾਡੇ ਅਤੇ ਤੁਹਾਡੇ ਵਰਗੇ ਹੋਣਾ ਸਾਰੇ ਬੱਚਿਆਂ 'ਤੇ ਜਿਹੜੇ ਆਪਣੇ ਨਾਲ ਟੀਮ ਬਣ ਕੇ ਤੁਰੇ ਰਹੇ ਨੇ। ਜੀ ਸੋਨੀ, ਇਹ ਉਂਗਲੀ ਫੜ ਕੇ ਚੱਲਣਾ ਸਿੱਖਿਆ ਸੀਗਾ, ਹਲੇ ਤਾਂ ਦੌੜਨਾ ਬਾਕੀ ਹੈ। ਜਿਉਂਦੇ ਰਹੋ ਬੱਚੇ। ਉਹ ਰੰਗੇ ਬੂਤੇ ਪੁਜਾਰੀਓ, ਉਹ ਰੰਗੇ ਬੂਤੇ ਪੁਜਾਰੀਓ, ਅੱਜ ਇਸ਼ਕ ਦਾ ਭਾਅ ਕਿੰਨਾ ਮੰਦਾ ਹੈ, ਇੱਜ਼ਤਾਂ ਲੁੱਟੀਆਂ ਜਾਂਦੀਆਂ ਨੇ ਸਰੇ ਬਾਜ਼ਾਰ, ਇੱਜ਼ਤਾਂ ਲੁੱਟੀਆਂ ਜਾਂਦੀਆਂ ਨੇ ਸਰੇ ਬਾਜ਼ਾਰ,
ਅੱਜ ਆਸ਼ਿਕ ਵੀ ਇੱਕ ਦਰਿੰਦਾ ਹੈ, ਅੱਜ ਆਸ਼ਿਕ ਵੀ ਦਰਿੰਦਾ ਹੈ। ਦੀਪਕ ਜੀ, ਨਿਰਭਇਆ ਕੇਸ ਦਿੱਲੀ ਦਾ, ਉਸਨੇ ਦਿੱਲੀ ਨੂੰ ਹੀ ਨਹੀਂ, ਦਿੱਲੀ ਦੀ ਰੂਹ ਹੀ ਨਹੀਂ ਕੰਬਾਈ ਸੀ, ਪੂਰੇ ਵਰਲਡ ਵਿੱਚ, ਪੂਰੀ ਦੁਨੀਆਂ ਵਿੱਚ ਹਰ ਅੱਖ ਚੋਂ ਹੰਝੂ ਡਿੱਗਿਆ ਸੀ। ਉਹ ਸੰਤਾਪ ਤੁਹਾਡੇ ਪੱਤਰਕਾਰੀ ਦੇ ਉੱਤੇ ਤੇ ਤੁਹਾਡੇ ਰੂਹ ਉੱਤੇ, ਜਾਂ ਔਰਤਾਂ ਲਈ ਤੁਸੀਂ ਕੀ ਕਹਿਣਾ ਚਾਹੋਗੇ? ਸੁਣਿਆ, ਬਾਬੇ ਨਾਨਕ ਨੇ ਵੀ ਜਿਵੇਂ ਔਰਤ ਨੂੰ ਮਾਣ ਦਿੱਤਾ ਕਿ ਸੋ ਕਿਉਂ ਮੰਦਾ ਆਖਿਆ ਜਿੱਤ ਜੰਮੇ ਰਜਾਨ। ਤੇ ਸਾਨੂੰ ਇਹ ਗੱਲਾਂ ਪਤਾ ਨਹੀਂ ਕਿਉਂ ਨਹੀਂ ਸਮਝ ਆਉਂਦੀਆਂ ਸਾਡੇ ਸਮਾਜ ਨੂੰ, ਕਿ ਜਿਹੜੀ ਸਾਡੀ ਜਨਨੀ ਹੈ, ਜਿਹੜੀ ਭੈਣ ਹੈ, ਜਿਹੜੀ ਮਾਂ ਹੈ, ਜਿਹੜੀ ਪਤਨੀ ਹੈ, ਉਹ ਕਿਸ ਰੂਪ 'ਚ ਹੈ? ਉਹ ਹਮੇਸ਼ਾ ਸਾਡੀ ਮਦਦਗਾਰ ਹੈ, ਸਾਨੂੰ ਅੱਗੇ ਤੋਰਨ ਦੇ ਵਿੱਚ ਸਹਾਈ ਹੈ। ਸੋ ਅਸੀਂ ਉਹਦੇ ਨਾਲ ਜਦੋਂ ਅਜਿਹੀਆਂ ਦਰਿੰਦਗੀ, ਤਾਂ ਮੈਨੂੰ ਤਕਲੀਫ ਹੁੰਦੀ ਹੈ, ਚਾਹੇ ਆ ਨਿਰਭੈ ਕਾਂਡ ਦੀ ਗੱਲ ਹੋਵੇ ਤੇ ਚਾਹੇ ਉਹ ਤੋਂ ਪਹਿਲਾਂ ਤੰਦੂਰ ਕਾਂਡ ਹੋਇਆ ਸੀਗਾ, ਕਾਤੀਆ ਕਾਂਡ। ਮੇਰੇ ਉਹ ਜਹਿਨ 'ਚ ਉਸ ਸਮੇਂ ਅਸੀਂ ਕਾਲਜ ਪੜ੍ਹਦੇ ਸੀ ਤੇ ਰੋਪੜ 'ਚ ਇੱਕ ਪ੍ਰੋਗਰਾਮ ਸੀਗਾ ਜਿਹਦੇ ਵਿੱਚ ਮੈਨੂੰ ਸ਼ਾਮਿਲ ਹੋਣ ਦਾ ਮੌਕਾ ਮਿਲਿਆ, ਤੇ ਉੱਥੇ ਵਿਸ਼ਾ ਸੀਗਾ ਕਿ ਦਹੇਜ ਤੇ ਨਕਲ। ਤੇ ਮੈਨੂੰ ਕਾਲਜ ਵਾਲੇ ਕਹਿੰਦੇ ਕਿ ਨਕਲ ਤੇ ਇੱਕ ਦਹੇਜ ਤੇ ਇੱਕ ਕੁੜੀ ਬੋਲੂਗੀ, ਨਕਲ ਤੇ ਤੂੰ ਬੋਲੂ। ਮੈਂ ਕਿਹਾ ਜੀ, ਮੈਂ ਨਕਲ ਤੇ ਨਹੀਂ ਬੋਲ ਸਕਦਾ ਜ਼ਿੰਦਗੀ 'ਚ, ਪਤਾ ਨਹੀਂ ਮੈਂ ਕਦੇ ਨਕਲ ਦਾ ਸਹਾਰਾ ਲਿਆ ਹੋਵੇ ਜਾਂ ਲੈਣਾ ਪੈ ਜਾਵੇ, ਮੈਂ ਦਹੇਜ ਤੇ ਬੋਲੂੰਗਾ। ਤੇ ਕਹਿੰਦੇ ਦਹੇਜ 'ਤੇ ਤਾਂ ਕੁੜੀਆਂ ਹੋਣਗੀਆਂ, ਤੂੰ ਕੀ ਜਿੱਤੇਗਾ? ਮੈਂ ਕਿਹਾ ਜੀ ਨਹੀਂ, ਮੈਂ ਦਹੇਜ 'ਤੇ। ਮੈਂ ਉੱਥੇ ਦਹੇਜ 'ਤੇ ਬੋਲਿਆ, ਔਰ ਲਗਭਗ ਸਾਰਿਆਂ ਕੋਲ ਮੈਟਰ ਉਹੋ ਜਿਹਾ ਹੀ ਸੀਗਾ, 3 ਤੋਂ 5 ਮਿੰਟ ਦਾ ਸਮਾਂ ਸੀ, ਉਹੀ ਕੁਛ ਬੋਲਿਆ ਕਿ ਸਟੋਪ, ਉਸ ਸਮੇਂ ਸਟੋਪ ਵਾਲਾ ਦੌਰ ਸੀ, ਅੱਗ ਲਾ ਕੇ ਫੂਕ ਦਿੰਦੇ ਨੇ, ਮਿੱਟੀ ਦਾ ਤੇਲ ਛਿੜਕਦੇ ਨੇ, ਤੰਦੂਰ ਕਾਂਡ ਹੈ। ਪਰ ਮੈਂ ਅਖੀਰ 'ਚ ਉੱਥੇ ਖੜ ਕੇ, ਮੈਨੂੰ ਪਤਾ ਸੀ ਕਿ ਮੈਂ ਇਨਾਮ ਲੈਣ ਲਈ ਨਹੀਂ ਆਇਆ, ਸੋ ਇਸ ਲਈ ਮੈਂ ਅਖੀਰ 'ਚ ਖੜ ਕੇ ਕਿਹਾ, ਭਾਸ਼ਾ ਵਿਭਾਗ ਵੱਲੋਂ ਕਰਾਇਆ ਗਿਆ ਸਮਾਗਮ ਸੀਗਾ ਉਹ, ਮੈਂ ਕਿਹਾ ਜਿਹੜੇ ਜੱਜ ਅੱਜ ਸਾਨੂੰ ਫਸਟ ਸੈਕਿੰਡ ਥਰਡ ਕੱਢਣ ਆਏ ਨੇ, ਇਹਨਾਂ ਜੱਜਾਂ ਨੇ ਆਪਣੇ ਵਿਆਹਾਂ 'ਚ ਦਹੇਜ ਲਿਆ ਹੋਊਗਾ, ਆਪਣੇ ਨਿਆਣਿਆਂ ਦੇ ਵਿਆਹਾਂ 'ਚ ਲੈਣਗੇ, ਔਰ ਜਿਹੜੀਆਂ ਕੁੜੀਆਂ ਅੱਜ ਦਹੇਜ ਦੇ ਖਿਲਾਫ ਬੋਲ ਰਹੀਆਂ ਨੇ, ਆਪਣੇ ਮਾਂ ਪਿਓ ਦੇ ਗਲ ਗੁੱਠਾ ਦੇ ਕੇ ਦਹੇਜ ਲੈ ਕੇ ਜਾਣਗੀਆਂ, ਔਰ ਮੇਕੀ ਨੇ ਦੇਖਿਆ ਕਿ ਮੈਂ ਕੱਲ੍ਹ ਨੂੰ ਦਹੇਜ ਲਿਆ ਜਾਂ ਨਹੀਂ ਲਿਆ, ਇਸ ਲਈ ਕਹਿਣ ਨਾਲ ਨਹੀਂ ਕਰਨ ਨਾਲ ਹੋਏਗਾ। ਇਹਨਾਂ ਸਾਰੇ ਪੰਡਾਲ 'ਚ ਬੈਠੀਆਂ ਕੁੜੀਆਂ 'ਚੋਂ ਕੋਈ ਕੁੜੀ ਉੱਠੇ, ਮੈਂ ਹੁਣੇ ਬਿਨਾਂ ਦਹੇਜ ਤੋਂ ਵਿਆਹ ਕਰਾਉਣ ਲਈ ਤਿਆਰ। ਮੈਂ ਇਹ ਵੱਡਾ ਉੱਥੇ, ਮਤਲਬ ਕਿ ਮੈਂ ਆ ਕੇ ਚੁੱਪ ਕਰਕੇ ਆਪਣੀ ਸੀਟ ਤੱਕ ਬੈਠ ਗਿਆ ਸੀ, ਪੰਡਾਲ 'ਚ ਸਨਾਟਾ ਛਾ ਗਿਆ, ਫਿਰ ਜੱਜਾਂ 'ਚੋਂ ਇੱਕ ਜੱਜ ਖੜਾ ਹੋਇਆ ਤੇ ਉਹਨੇ ਕਿਹਾ ਕਿ ਤਾੜੀ ਤਾਂ ਮਾਰੋ, ਬੱਚੇ ਨੇ ਬਹੁਤ ਵੱਡਾ ਫੈਸਲਾ ਲਿਆ। ਔਰ ਮਾਣ ਹੈ ਮੈਨੂੰ ਉਸ ਮਾਂ ਦੇ ਉੱਤੇ ਜਿਹਨੇ ਮੈਨੂੰ ਜਨਮ ਦਿੱਤਾ, ਮਾਣ ਹੈ ਮੈਨੂੰ ਆਪਣੇ ਬਾਪੂ ਤੇ ਜਿਹਨਾਂ ਨੇ ਮੈਨੂੰ ਆਦਰਸ਼ ਦਿੱਤੇ, ਔਰ ਮੈਂ ਅੱਜ ਉਹ ਨਿਭਾ ਸਕਿਆ। ਸੋ ਅੱਜ ਮੇਰੀ ਮੇਰੇ ਸਹੁਰਿਆਂ ਨਾਲ ਸਿਰਫ ਮਿਠਾਈ ਦੇ ਡੱਬੇ ਦੀ ਸਾਂਝ ਆ, ਸੋ 1 ਰੁਪਈਏ ਨਾਲ ਮਤਲਬ ਕਿ ਵਿਆਹ ਕੀਤਾ। ਸੋ ਇਸ ਲਈ ਇਹ ਪ੍ਰਥਾਵਾਂ ਤੋੜਨੀਆਂ ਕਿਹਨੇ ਨੇ, ਔਰਤ ਨੂੰ ਸਨਮਾਨ ਦੇਣਾ ਕਿਹਨੇ ਸ਼ੁਰੂ ਕਰਨਾ? ਸੋ ਜਦੋਂ ਤੱਕ ਤੁਸੀਂ ਔਰਤ ਦਾ ਮਾਣ ਨਹੀਂ ਕਰੋਗੇ, ਮੈਂ ਚਾਹੁੰਦਾ ਕਿ ਮੈਂ ਬੱਸ ਚੜ੍ਹਾਂ ਹੈ ਤੇ ਮੇਰੇ ਨਾਲ ਕੋਈ ਸੋਹਣੀ ਕੁੜੀ ਬੈਠੀ ਹੋਵੇ, ਤੇ ਜਿੱਦਣ ਮੇਰੀ ਮਾਂ ਭੈਣ ਚੜ੍ਹੇ ਉਦਣ ਮੈਂ ਕਹਾਂ ਨਾ 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 ਕਿਸੇ ਮੁੰਡੇ ਨਾਲ ਨਾ ਬੈਠੋ। ਠੀਕ ਹੈ ਨਾ? ਇਹ ਦੋਹਰਾ ਚਿਹਰਾ ਕਿਉਂ ਹੈ ਸਾਡੇ ਬੰਦਿਆਂ ਦੇ ਅੰਦਰ? ਜਦੋਂ ਅਸੀਂ ਚਾਹੁੰਦੇ ਹਾਂ ਤਦ ਅਸੀਂ ਚਾਹੁੰਦੇ ਹਾਂ ਕਿ ਜਦੋਂ ਮੈਂ ਸਿਨੇਮੇ 'ਚ ਜਾਵਾਂ ਤਾਂ ਮੇਰੇ ਨਾਲ ਖੇਂਦੀ ਕੁਰਸੀ ਦੇ ਉੱਤੇ ਇੱਕੋ ਕੁਰਸੀ ਦੀ ਬਾਂਹ ਹੁੰਦੀ ਹੈ, ਕੁੜੀ ਉਹਦੇ ਨਾਲ ਲੱਗਦੀ ਹੋਵੇ, ਕੁੜੀ ਬੈਠੀ ਹੋਵੇ, ਤੇ ਜਦੋਂ ਸਾਡੇ ਮਾਵਾਂ ਭੈਣਾਂ ਜਾਣ ਤਾਂ ਉਹਨਾਂ ਨੂੰ ਕਹੀਏ ਨਾ ਨਾ 3 ਟਿਕਟਾਂ ਬੁੱਕ ਕਰਾ ਲਓ, ਚਾਹੇ 1 ਸੀਟ ਖਾਲੀ ਛੱਡਣੀ ਪਵੇ, ਵਿਚਾਲੇ ਬੈਠ ਜਾਓ ਤੁਸੀਂ, ਗੱਭੇ ਅਲਦਲੇ ਅਸੀਂ ਬੈਠਾਂ। ਦੋਹਰਾ ਮਾਪਦੰਡ ਕਿਉਂ? ਜਦੋਂ ਅਸੀਂ ਆਪਣੀ ਮਾਂ ਭੈਣ ਦਾ ਸਨਮਾਨ ਕਰਨਾ ਜਾਣਦੇ ਹਾਂ ਤਾਂ ਦੂਸਰੀ ਔਰਤ ਦਾ ਵੀ ਮਾਣ ਕਰਨਾ ਸਿੱਖਣਾ ਪਏਗਾ, ਇਹ ਸਾਨੂੰ ਆਪਣੇ ਘਰੋਂ ਸਿਖਾਉਣਾ ਪਏਗਾ ਆਪਣੇ ਬੱਚਿਆਂ ਨੂੰ। ਸੋ ਇਸ ਲਈ ਜਦੋਂ ਵੀ ਔਰਤ ਦੀ ਗੱਲ ਆਉਂਦੀ ਆ, ਇੱਕੋ ਤਾਂ ਹੈ ਜਿਹਦੀ ਕਦੇ ਛੁੱਟੀ ਨਹੀਂ ਜੀਵਨ ਦੇ ਵਿੱਚ, ਕਦੇ ਘਰੇ ਆਪਣੇ ਝਾਤ ਮਾਰ ਕੇ ਦੇਖੋ, ਕਦੇ ਮਾਂ ਨੂੰ ਨੌਕਰੀ ਤੋਂ ਛੁੱਟੀ ਮਿਲੀ ਆ, ਕਦੇ ਪਤਨੀ ਨੂੰ ਨੌਕਰੀ ਤੋਂ ਛੁੱਟੀ ਮਿਲੀ ਆ, ਉਹ ਇੱਕ ਟਾਈਮ 'ਚ 5-5 ਕੰਮ, ਦੁਰਗਾ ਮਾਤਾ ਦੇ ਹੱਥੋਂ ਹੀ ਨਹੀਂ ਕਿ 10। ਤੁਸੀਂ ਬੰਦੇ ਨੂੰ ਕਿਸੇ ਨੂੰ ਕਹਿ ਕੇ ਦੇਖੋ ਕਿ ਆਹ ਮਾੜਾ ਜਿਹਾ ਜੀ ਆਹ ਕੰਮ ਕਰਿਓ, ਜਦੋਂ ਉਹ ਕੰਮ ਸ਼ੁਰੂ ਕਰੇ ਤੁਸੀਂ ਉਹਨੂੰ ਕਹਿ ਦਿਓ ਜੀ ਆ ਲਓ ਜੀ ਮਾੜਾ ਜਿਹਾ ਝਾੜੂ ਮਾਰ ਦਿਓ, ਜੇ ਤਾਂ ਉਹ ਪਹਿਲਾਂ ਝਾੜੂ ਮਾਰਨਾ ਹੀ 100 ਵਾਰ ਸੋਚਦਾ ਕਿ ਮੈਂ ਝਾੜੂ ਮਾਰਾਂ, ਜੇ ਮਾਰਨ ਲੱਗ ਜਾਵੇ ਜਾਨੂੰ ਉਹਨੂੰ ਕਹਿ ਦਿਓ ਜੀ ਆਹ ਨਾਲ ਟਿਫਨ ਵੀ ਫੜਾਇਓ, ਉਹ ਕਹੂਗਾ 1 ਕੰਮ ਤਾਂ ਕਰ ਰਿਹਾ। ਪਰ ਔਰਤ ਇੱਕ ਟਾਈਮ 'ਚ 5-5, 7-7, 10-10 ਕੰਮ ਇਕੱਠੇ ਕਰ ਰਹੀ ਹੁੰਦੀ ਆ, ਬੱਚੇ ਵੀ ਸੰਭਾਲ ਰਹੀ ਆ, ਰਸੋਈ ਵੀ ਕਰ ਰਹੀ ਆ, ਝਾੜੂ ਪੋਚਾ ਵੀ ਕਰ ਰਹੀ ਆ, ਕਿਸੇ ਆਏ ਗਏ ਰਿਸ਼ਤੇਦਾਰ ਨੂੰ ਵੀ ਸਾਂਭ ਰਹੀ ਆ, ਬਜ਼ੁਰਗਾਂ ਨੂੰ ਵੀ ਦੇਖ ਰਹੀ ਆ। ਸੋ ਇਸੇ ਲਈ ਦੁਰਗਾ ਮਾਂ ਦੇ 10 ਹੱਥ ਨੇ ਕਿ ਉਹ ਔਰਤ ਹੀ ਕਰ ਸਕਦੀ ਆ, ਬੰਦੇ ਨਹੀਂ ਕਰ ਸਕਦੇ। ਔਰਤ ਨੂੰ ਮਾਣ ਦੇਣਾ ਪਏਗਾ, ਔਰਤ ਜਗ ਜਨਨੀ ਨੂੰ ਮਾਣ ਦੇਣਾ ਪਏਗਾ, ਉਹ ਤੋਂ ਬਿਨਾਂ ਸਮਾਜ ਅੱਗੇ ਨਹੀਂ ਵੱਧ ਸਕਦਾ ਜੀ। ਦੀਪਕ ਜੀ, ਇੱਕ ਕਾਮਯਾਬ ਬੰਦੇ ਪਿੱਛੇ ਔਰਤ ਦਾ ਹੱਥ ਹੁੰਦਾ ਹੈ, ਤੁਹਾਡੀ ਕਾਮਯਾਬੀ ਪਿੱਛੇ ਇੱਕ ਔਰਤ ਕਿਵੇਂ ਦੀ ਭੂਮਿਕਾ ਨਿਭਾਈ ਰਹੀ ਹੈ ਉਸ ਔਰਤ ਨੂੰ? ਮੇਰੀ ਕਾਮਯਾਬੀ ਪਿੱਛੇ ਜੇ ਮੈਂ ਕਹਾਂ ਕਿ ਮੇਰੇ ਪਿਤਾ ਤੋਂ ਇਲਾਵਾ, ਮੇਰੇ ਬਾਪੂ ਤੋਂ ਇਲਾਵਾ ਜੇ ਕਿਸੇ ਹੱਥ ਹੈ ਤਾਂ ਔਰਤਾਂ ਹੀ ਔਰਤਾਂ ਨੇ। ਮੇਰੀ ਉਹ ਜਗਜਨੀ ਮਾਂ ਦਾ ਆਸ਼ੀਰਵਾਦ ਜਿਹਨੇ ਮੈਨੂੰ ਇਸ ਧਰਤੀ 'ਤੇ ਜਨਮ ਦਿੱਤਾ, ਮੇਰੀ ਉਹ ਧਰਤ ਮਾਂ ਜਿਹਨੇ ਮੈਨੂੰ ਆਪਣੀ ਗੋਦ 'ਚ ਖਿਲਾਇਆ, ਮੇਰੀ ਉਹ ਮਾਂ ਬੋਲੀ ਜਿਹਨੇ ਮੈਨੂੰ ਆਪਣੀ ਬੋਲੀ ਦਿੱਤੀ ਅਤੇ ਅੱਜ ਉਸ ਬੋਲੀ ਦੇ ਬਦੌਲਤ ਮੈਂ ਅੱਜ ਇਸ ਥਾਂ 'ਤੇ ਹਾਂ, ਉਹ ਸਰਸਵਤੀ ਮਾਤਾ ਜਿਹੜੀ ਹਮੇਸ਼ਾ ਮੇਰੀ ਜੀਭ 'ਤੇ ਮੇਰੇ ਮਨ 'ਚ ਵੱਸਦੀ ਆ, ਜਿਹਨੇ ਮੈਨੂੰ ਬੋਲਣ ਕਾਬਲ ਬਣਾਇਆ। ਸੋ ਇਸ ਲਈ ਮੈਂ ਉਹ ਕਿਵੇਂ ਭੁੱਲ ਸਕਦਾ ਉਹ ਮਾਵਾਂ ਦਾ ਕਰਜ਼ਾ।
उस तो बाद एक दौर वह भी आता कि थोड़ी पत्नी भी थोड़े ना वर च मां वर्गा व्यवहार कर लग हूँ अजक वह भी मेरी बेबे बनी आ हर औखे दौर च मेरे नाल खड़ी असी सोनिया वह दौर भी लंघाया ब्याह तो बाद के एक कोक की बोतल से एक चिप्स के पैकेट ना असी रेलवे स्टेशन से रात भी कट्टिया सो इसलिए उन्हें वह औखा दौर भी मेरे ना कटाया असी बाजार जाते हुए 2 रुपए की मूंगफली लैन लगे भी सोचते सी वह दौर भी असी हंडाया सो इसलिए उन्हें मेरी पत्नी ने वह दौर भी मेरे नाल हंडाया तो हुण हुण वह मेरी बेबे बन गया हुण मैनू सारे दिशा निर्देश भी दिंदी आ पर अज जेकर दीपक नूं कोई पहचानदा तां उहदे पिछे मेरी माँ और मेरी पत्नी का बहुत वड्डा योगदान जे मैं किसान अंदोलन दे विच घरों बेफिक्र होके 4-4 महीने 4.5-5 महीने लगातार उत्थे ही रहिंदा रहा ते उस लई उहने करे परिवार भी सांभिया बच्चे भी सांभे रिश्तेदारी भी सांभी दुखी सुखी कुछ होना जाना सारा उहने संभालिया तो इस लई इह बखूबी है कि बंदा उस समय होर मजबूत हो जाता जदों तुहाडी माँ तुहाडी भैण तुहाडी धर्म पत्नी तुहाडी धी कहे कि तुसी डट के काम करो असी हैगे आ घर संभालण नूं फिर बंदा बेखौफ होके तो इसलिए मैं हर औरत नूं सलाम करदा उस धरत माँ नूं सलाम करदा उस मिट्टी नूं सलाम करदा उस माँ बोली नूं सलाम करदा उस अपनी सारिया मावां भैणां नूं सलाम करदा जिहड़ा जिहड़ियां मेरी ताकत ने जिहड़ा मेरी चानण ने सूरज की हर किरण मैनू माँ लगती है कि वह मैनू रोशनी दिंदी है तो मैनू चानण दिंदी है सो इसलिए मैं हर माँ नूं उस सूरज कन्नी देख करदा जी सारे मसले हल हो जाए जो असि दूसरे कन्नी देख के तकते हैं कि वह आ कर रहा मैं भी आ कर सकता वह कर सकता तुसी अपनी ताकत नूं पहचानो अपनी होंद नूं पहचानो अपने जज्बे नूं पहचानो अपने आप नूं पहचानो जदों बंदा अपने आप नूं पहचानण लग गया फिर वह विश्व नूं जित सकदा पूरी दुनिया नूं हरा सकदा अज जिस मकाम ते भी हाँ वह अपने करके अपने दी ताकत करके हाँ सो इसलिए मेरी सारे नूं बेनती यही आ कि जदों भी तुसी कोई कदम पुट्टो तां कोटी कोटी नमन इस मिट्टी नूं करिया करो जिहड़ी मिट्टी तुहाडे नाल खड़ी है जिहड़ा बंदा मिट्टी नूं भुल जांदा अपनी बोली नूं भुल जांदा उन्हूं फिर देश और दुनिया भुल जाती है उन्हूं लोग नहीं याद रखते लोग उन्हूं याद रखते जिहड़े धरातल नाल जुड़े हुंदे तुहाडा सिर आसमान नाल होवे ते पैर पर धरती ते टिकरन यही मेरा संदेश आ कि हमेशा धरत नाल जुड़े रहो सच नाल जुड़े रहो देश नाल जुड़े रहो अपनी बोली नाल जुड़े रहो अपने समाज नाल जुड़े रहो जदों समाज मिल के चलता तो जित के मुड़दा किसान अंदोलन साढ़े सामने भी उदाहरण आ असी हुण तक इतिहास सुनिया ही सी कि आजादी की लड़ाई च साढ़े आलिया ने यह कुर्बानियां दित्तियां असी सुनिया ही सी कि कुंजियां दा मोर्चा लग्या पानियां दा मोर्चा लग्या पंजाबी बोली दा मोर्चा लग्या पंजाबी सूबे दा मोर्चा लग्या पर अज असी गवाह आए कि असी उसे कौम चो हाँ उसे मिट्टी चो हाँ साढ़े अंदर उही बाबा नानक धड़कदा साढ़े अंदर उही गीता धड़कदी आ साढ़े अंदर उही गुरु गोबिंद सिंह वाला जज्बा धड़कदा साढ़े अंदर उही भगत सिंह अजे भी जिउंदा है कि असी लड़ना भी जाणदे हक सच लई जूझना भी जाणदे आ ते जित के मुड़ना भी जाणदे इसलिए अपने ते भरोसा करो अपनी बोली ते अपनी मिट्टी ते भरोसा करो तुहानू कोई दुनिया की ताकत हरा नहीं सकती बहुत बहुत प्यार दीपक जी साढ़े रंग एफएम परिवार वालों ਤੁਹਾਡਾ ਬਹੁਤ ਬਹੁਤ ਸ਼ੁਕਰੀਆ ਔਰ ਅਸੀਂ ਆਸ ਕਰਦੇ ਹਾਂ ਕਿ ਅੱਗੇ ਵੀ ਤੁਸੀਂ ਆਪਣੀ ਸਾਂਝ ਤੁਹਾਡੇ ਪਰਿਵਾਰ ਨਾਲ ਐਵੇਂ ਹੀ ਬਰਕਰਾਰ ਰੱਖੋਗੇ ਇਹਨਾਂ ਸ਼ਬਦਾਂ ਨਾਲ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਬਹੁਤ ਧੰਨਵਾਦ ਸੋਨੀਆ ਜੀ ਤੁਹਾਡਾ ਸਾਰੇ ਰੰਗ ਐਫ ਐਮ ਦਾ ਤੁਹਾਡੀ ਸਮੁੱਚੀ ਟੀਮ ਦਾ ਤੇ ਸਮੁੱਚੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਧੰਨਵਾਦ रंग 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 एफएम रंग 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 एफएम चुप नू भी हुण बोल मिले ने सत्ते बूहे खोल मिले ने हर चानण दा जाया ओ जिंदगी संग बोलूगा हुण रंग बोलूगा।